ਕਤਲ ਕਰਨ ਤੋਂ ਬਾਅਦ ਨਹਿਰ ਤੇ ਲ ਜਾ ਕੇ 40 40 ਕਿਲੋ ਦੇ ਪੱਥਰ ਬੰਨੇ 17 ਚਾਕੂਆਂ ਦੇ ਵਾਰ ਸੀ ਉਹਦੇ ਢਿੱਡ ਤੇ ਪਿਆ ਕਰੋ ਪੈਰ ਬੰਨੇ ਹੋਏ ਹੱਥ ਬੰਨੇ ਚਾਕੂਆਂ ਨਾਲ ਸਾਰਾ ਢਿੱਡ ਪਾੜਿਆ ਮੈਂ ਪੇਟੀਆਂ ਜੋ ਕੱਢੀਆਂ ਮੈਂ ਬੋਰੀਆਂ ਜੋ ਕੱਢੀਆਂ ਮੈਂ ਟੁਕੜੀਆਂ ਚ ਕੱਢੀਆਂ ਮੈਂ ਨਚੋੜ ਕੱਢ ਲਿਆ ਕਿ ਅੱਜ ਘਰ ਦੇ ਵਗਰ ਪੰਜ ਮੈਂਬਰ ਨੇ ਨਾ ਜੀ ਤੇ ਕੋਈ ਪਤਾ ਨਹੀਂ ਕਿਹੜਾ ਪਹਿਲਾਂ ਕਿੰਨੂੰ ਮਾਰਦਾ ਅੱਛਾ ਜੀ ਨਾ ਜੀ ਅਸੀਂ ਇੰਨੀ ਅਪੀਲ ਮੈਂ ਕਰ ਰਿਆ ਸੋਸ਼ਲ ਮੀਡੀਆ ਦੇ ਨੌਜਵਾਨਾਂ ਨੂੰ ਬੱਚਿਓ ਬਚੋ 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 ਨਹਿਰਾ ਤੋਂ ਦੂਰ ਰਹੋ ਤਲਾਬਾਂ ਤੋਂ ਕਿਉਂਕਿ ਮੈਂ ਮਾਪਿਓ ਰੋਂਦੇ ਵੇਖੇ ਔਰ 7 ਸਾਲ ਤੋਂ ਮੇਰਾ ਸਟੇਟਸ ਵੇਖ ਰਹੀ ਔਰ ਜਦੋਂ ਵੀ ਲਵਾਰਿਸ਼ ਲਾਸ਼ ਮਿਲਦੀ ਪਹਿਲਾ ਕਮੈਂਟ ਹੁੰਦਾ ਅੰਕਲ ਜੀ ਮੇਰੇ ਡੈਡੀ ਤੋਂ ਨਹੀਂ ਆਏ ਨਹਿਰਾ ਦੇ ਉੱਤੇ ਜਿਹੜੇ ਕੁੱਤੇ ਨੇ ਉਹ ਪਿੰਡ ਰੋਟੀ ਖਾਂ ਨਹੀਂ ਜਾਂਦੇ ਉਹ ਕੁੱਤੇ ਮਾਸ ਤੇ ਨਿਰਭਰ ਹੋ ਗਏ ਨੇ ਭਾਜੀ 1 ਘੰਟੇ ਦੇ ਵਿੱਚ ਇੱਕ ਬਾਡੀ ਨੂੰ ਖਤਮ ਕਰ ਖਾ ਜਾਂਦੇ ਸਾਰੇ ਮੈਂ ਤੇਰੇ ਪਰਗੜ ਤੋਂ ਆਪਣਾ ਜਿੰਦਾ ਲੈਣ ਨਹੀਂ ਆਈ ਮੈਂ ਤੇਰੇ ਪਰਗੜ ਤੋਂ ਆਖਰੀ ਵਾਰ ਆਪਣੇ ਬੱਚੇ ਦੀ ਲਾਸ਼ ਤੇ ਹੱਥ ਜੋੜਨ ਆਈ ਜਾਂ ਮਰਿਆ ਦੇ ਦੇ ਬਸ ਜਦੋਂ ਮੈਂ ਆਖਰੀ ਵਾਰ ਮਿੱਟੀ ਖਾੜ ਕੇ ਫ੍ਰੀ ਆਫ ਕੁਸ਼ਟ ਤੇ ਨਾ ਤੇ ਉਹ ਹੱਥ ਜੋੜ ਕੇ ਕਹਿੰਦੇ ਜੀ ਸਰਦਾਰਾਂ ਬਾਰੇ ਸੁਣਿਆ ਥਾ ਦੇਖ ਵੀ ਲਿਆ ਮੈਂ ਹਿੰਦੂ ਵੀਰਾਂ ਵਾਸਤੇ ਵੀ ਖੜਿਆ ਮੈਂ ਮੁਸਲਮਾਨਾਂ ਵੀਰਾਂ ਵਾਸਤੇ ਵੀ ਖੜਿਆ ਮੈਂ ਹਰ ਮੇਰਾ ਤੁਸ ਯਕੀਨ ਕਰਿਓ ਲਾਸ਼ ਕੱਢਣ ਤੋਂ ਬਾਅਦ ਸ਼ਾਇਦ 2 ਮਹੀਨੇ ਬਾਅਦ ਵੀ ਮੈਨੂੰ ਨਹੀਂ ਪਤਾ ਹੁੰਦਾ ਮੈਂ ਕਿਹਦਾ ਬੱਚਾ ਕੱਢ ਕੇ ਮੈਂ ਇਹੋ ਜਿਹਾ ਦਰਦ ਵੇਖਿਆ ਸ਼ੁਰੂਆਤੀ ਦੌਰ ਤੇ ਜਦੋਂ ਮੇਰੀ ਵਾਈਫ ਨੇ ਚੀਜ਼ ਵੇਖੀ ਨਾ ਮੈਨੂੰ ਆਪਣੀਆਂ ਕੁੜੀਆਂ ਨੂੰ ਹੱਥ ਲਾਣ ਦੀ ਇਜਾਜ਼ਤ ਨਹੀਂ ਸੀ ਮੇਰੀ ਵਾਈਫ ਦੇ ਦੀ। ਅਸੀਂ ਵੇਖਿਆ ਤੇ ਇੱਕ ਲੇਡੀਸ ਵਾਲ ਖੁੱਲੇ ਆਪਣੇ ਆਪ ਚ ਦਰਦਨਾਕ ਜਿਹਾ ਸੀਨ 12ਵਾਂ ਮਹੀਨਾ ਤੰਦ ਪਈ ਤੇ ਉਲਾਸ ਕੱਟੇ ਦੇ ਉੱਤੇ ਉਹ ਲੇਡੀਸ ਪਈ। ਪਾੜ ਗ ਜਾ ਬੰਦੀ ਦਾ ਬਿੱਲੇ ਮਾਰ ਜਾ। ਬਿੱਲੇ ਚੱਲ ਜਲ ਸੋਨੂ ਮਾਰ ਰਣਾ। ਸੋਨੂ ਮਾਰਨਾ। ਫੜ ਫੜ। ਜਦੋਂ ਸਾਨੂੰ ਉਹਨੂੰ ਵੇਖਿਆ ਨਾ ਉਹਨੂੰ ਜ਼ਿੰਦਗੀ ਦੀ ਉਮੀਦ ਹੋ ਗਈ ਵੀ ਕੋਈ ਆ ਗਿਆ ਰੱਸਾ ਫਸ ਗਿਆ ਸੀ ਔਰ ਇੰਨਾ ਦਰਦਨਾਕ ਉਹ ਸੀ ਮੈਨੂੰ ਲੱਗਦਾ ਮੇਰੀ ਜ਼ਿੰਦਗੀ ਦੇ ਲਾਸਟ ਦੇ 1-2 ਸੈਕਿੰਡ ਦੀ ਸਿਰਫ ਬਚੀ ਹੋਣੀ ਹੈ ਮੇਰੇ ਪੂਰੇ ਰੋਂਗਟੇ ਖੜੇ ਹੋ ਗਏ ਨੇ ਪੋਡਕਾਸਟ ਕਰਨ ਤੋਂ ਬਾਅਦ ਮਤਲਬ ਮੈਂ ਜ਼ਿੰਦਗੀ ਦੇ ਵਿੱਚ ਚੀਜ਼ਾਂ ਸੁਣੀਆਂ ਸੀਆਂ ਪਰ ਅੱਜ ਜੋ ਪ੍ਰਗਟ ਸਿੰਘ ਪਾਜੀ ਨੇ ਇਸ ਪੋਡਕਾਸਟ ਦੇ ਵਿੱਚ ਦੱਸਿਆ ਨੇ ਜੋ ਤੁਸੀਂ ਦੇਖੋਗੇ ਤੁਹਾਡੇ ਵੀ ਉਹ ਗੱਲਾਂ ਸੁਣ ਕੇ ਰੋਂਗਟੇ ਖੜੇ ਹੋ ਜਾਣਗੇ ਤੇ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਅੱਜ ਇਸ ਪੋਡਕਾਸਟ ਵਿੱਚ ਹਾਈਲਾਈਟਸ ਦੇ ਵਿੱਚ ਤੁਸੀਂ ਵੇਖ ਲਿਆ ਕਿ ਕਿਵੇਂ ਦਾ ਪੋਡਕਾਸਟ ਰਹਿਣ ਵਾਲਾ ਹੈ ਤੇ ਮੈਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲਵਾਵਾਂਗਾ ਆਪਾਂ ਡਾਇਰੈਕਟ ਚੱਲਦੇ ਹਾਂ ਪ੍ਰਗਟ ਸਿੰਘ ਜੀ ਤੇ ਤੇ ਸ਼ੁਰੂ ਕਰਦੇ ਆਂ ਅੱਜ ਦਾ ਪੋਡਕਾਸਟ ਸਤਿ ਸ਼੍ਰੀ ਅਕਾਲ ਪ੍ਰਗਟ ਭਾਜੀ ਕੀ ਹਾਲ ਚਾਲ ਨੇ ਜੀ ਜੀ ਸਤਿ ਸ਼੍ਰੀ ਅਕਾਲ ਭਾਜੀ ਬਹੁਤ ਵਧੀਆ ਭਾਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਜੋ ਤੁਸੀਂ ਸਾਡੇ ਲਈ ਸਮਾਂ ਕੱਢਿਆ ਤੇ ਸਾਡੇ ਪੋਡਕਾਸਟ ਦੇ ਵਿੱਚ ਆਏ ਹਾਂ ਜੀ ਬਿਲਕੁਲ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਪੀਟੀਸੀ ਚੈਨਲ ਦਾ ਤੁਹਾਡੀ ਪੂਰੀ ਟੀਮ ਦਾ ਤਹਿ ਦਿਲ ਤੋਂ ਧੰਨਵਾਦ ਜੋ ਕੁਰਕ ਖੇਤਰ ਤੋਂ ਤੁਸੀਂ ਅੱਜ ਮੈਨੂੰ ਦਿੱਲੀ ਬੁਲਾ ਕੇ ਔਰ ਮੇਰੀ ਜੋ ਸੇਵਾ ਹੈ ਜੋ ਮਾਨ ਸਨਮਾਨ ਹੈ ਪਿਆਰ ਹੈ ਉਹ ਲੱਖਾਂ ਭੈਣ ਭਰਾਵਾਂ ਤੱਕ ਪਹੁੰਚਾਉਣ ਵਾਸਤੇ ਮੇਰੀ ਆਵਾਜ਼ ਨੂੰ ਬੁਲੰਦ ਕਰਨ ਦਾ ਮੌਕਾ ਦਿੱਤਾ ਤਹਿ ਦਿਲ ਤੋਂ ਧੰਨਵਾਦ ਜੋ ਜਿਵੇਂ ਤੁਸੀਂ ਕਹੇ ਕਿ ਤੁਹਾਨੂੰ ਮੌਕਾ ਦਿੱਤਾ ਭਾਜੀ ਤੁਹਾਡਾ ਬੰਦ ਹੈ ਕਿਉਂਕਿ ਜੋ ਤੁਸੀਂ ਸੇਵਾ ਕਰ ਰਹੇ ਹੋ ਨਾ ਇਹ ਦੁਨੀਆ ਤੋਂ ਬੜੀ ਵੱਖਰੀ ਸੇਵਾ ਲੋਕ ਤਾਂ ਜਿਉਂਦਿਆਂ ਨੂੰ ਨਹੀਂ ਪੁੱਛਦੇ ਤੁਸੀਂ ਮਰੇ ਹੋਈਆਂ ਲਾਸ਼ਾਂ ਨੂੰ ਉਹ ਇੱਕ ਆਖਰੀ ਢੋ ਦੇਂਦੇ ਹੋ ਤੇ ਆਪਾਂ ਸਾਰਾ ਪੋਡਕਾਸਟ ਰੱਖਾਂਗੇ ਸਾਰੀ ਜਰਨੀ ਆਪਾਂ ਕਵਰ ਕਰਾਂਗੇ ਕਿਵੇਂ ਤੇ ਸਟਾਰਟਿੰਗ ਮੈਂ ਚਾਹਣਾ ਆਪਾਂ ਸਟਾਰਟਿੰਗ ਤੋਂ ਕਰੀਏ ਬਚਪਨ ਤੋਂ ਤੇ ਬਚਪਨ ਦੇ ਵਿੱਚ ਕਿਵੇਂ ਸੀਗੇ ਤੁਸੀਂ ਕਿਵੇਂ ਸ਼ੁਰੂ ਕੀਤਾ ਕਿਵੇਂ ਤੁਹਾਡੇ ਮਨ ਦੇ ਵਿੱਚ ਆਇਆ ਕਿ ਤੁਸੀਂ ਇਸ ਲਾਈਨ ਦੇ ਵਿੱਚ ਜਾਣਾ ਹੈ ਆ ਬਿਲਕੁਲ ਭਾਜੀ ਬਚਪਨ ਦੇ ਵਿੱਚ ਪੜ੍ਹਾਈ ਦੇ ਵਿੱਚ ਜ਼ਿਆਦਾ ਰੁਚੀ ਨਹੀਂ ਸੀ ਤੇ ਆਮ ਤੁਹਾਨੂੰ ਪਤਾ ਹੀ ਜਦੋਂ ਪਿੰਡਾਂ 'ਚ ਬੱਚਾ ਪੜ੍ਹਾਈ ਵੱਲ ਨਹੀਂ ਸੀ 10-20 ਸਾਲ ਪਹਿਲਾਂ ਦਾ ਜ਼ਮਾਨਾ ਥੋੜਾ ਹੋਰ ਵੀ ਚੇਂਜ ਸੀ ਜੀ ਤਾਂ ਨਹੀਂ ਸੀ ਕੋਈ ਜਾਂਦਾ ਤੇ ਘਰਦਿਆਂ ਦੇ ਕੋਈ ਦਾਬਾ ਹੁੰਦਾ ਸੀ ਆ ਵੀ ਚੱਲ ਡੰਗਰਚਾਰ ਜਾਂ ਚਾਲਾ ਖੇਤੀ ਦਾ ਜਾਂ ਗੋਆ ਸੋਟਲਾ ਤੂੰ ਨਹੀਂ ਪੜਨਾ ਤੇ ਤਾਂ ਪਿੰਡ ਦੇ ਉੱਤੋਂ ਨਹਿਰ ਲੰਘਦੀ ਸੀ ਤੇ ਮੈਂ ਆਪਣਾ ਪਸ਼ੂ ਚਰਾਣੇ ਸ਼ੁਰੂ ਕਰ ਦਿੱਤੇ ਔਰ ਉਸ ਤੋਂ ਬਾਅਦ ਜੋ ਤਰਾਕੀ ਸਿੱਖੀ ਤਰਾਕੀ ਦਾ ਆਪਣਾ ਕੋਈ ਬਹੁਤ ਵੱਡਾ ਐਕਸਪੀਰੀਅੰਸ ਨਹੀਂ ਸੀ ਕੋਈ ਪੰਜਾਬੀ ਜੀ ਆ ਦੇਸੀ ਜੱਪਾ ਕਹਦੀ ਮੱਜਾਂ ਦੀਆਂ ਪੂਛਾ ਫੜ ਕੇ ਆਰ ਤੇ ਪਰ ਤਰਾਕੀ ਸਿੱਖ ਲਈ ਤਰਾਕੀ ਸਿੱਖਦੇ ਸਿੱਖਦੇ ਫਿਰ ਆਸ-ਆਸਤਾ ਇਸ ਲਾਈਨ-ਅੱਪ ਦੇ ਵਿੱਚ ਵੱਢਦੇ ਚਲੇ ਗਏ ਅ ਫਿਰ ਆਪਣੇ ਆਪ ਦੇ ਜੀਵਨ ਨੂੰ ਮੈਂ 24 ਸਾਲ ਜੀ ਇਨਸਾਨੀਅਤ ਨੂੰ ਸਮਾਜ ਨੂੰ ਦਿੱਤੇ ਔਰ ਅੱਜ ਮੇਰੀ ਸੇਵਾ ਦਾ ਮੁਕਾਮ ਇਹ ਆ ਕਿ ਛੋਟੀ ਜੀ ਨਹਿਰ ਤੋਂ ਜੰਗਲ ਤੋਂ ਨਿਕਲ ਕੇ ਅੱਜ ਮੈਂ ਦਿੱਲੀ ਦੇ ਵਿੱਚ ਬਹਿ ਕੇ ਬਾਜੀ ਹੋਰਾਂ ਨੂੰ ਜਾਂ ਪੀਟੀਸੀ ਚੈਨਲ ਦੇ ਅਕੇ ਇੰਟਰਵਿਊ ਦੇ ਰਿਹਾ ਤੇ ਬਾਈ ਆਪ ਜੇ ਸ਼ੁਰੂ ਕਰੀਏ ਤੁਹਾਡਾ ਪਹਿਲਾ ਕੇਸ ਕਦੋਂ ਤੁਹਾਨੂੰ ਮਿਲਿਆ ਕੋਈ ਨਹਿਰ ਦੇ ਵਿੱਚੋਂ লাশ ਕੱਢਦੇ ਵਕਤ ਜਿਹੜਾ ਪਹਿਲੀ ਵਾਰੀ ਜੋ ਤੁਸੀਂ ਗੱਡੀ ਜੋ ਕੋਈ ਕਿੱਸਾ ਹੋਵੇ ਹਾ ਪਾ ਜੀ ਜਿਵੇਂ ਮੈਂ ਦੱਸਿਆ ਕਿ ਤਰਾਕੀ ਸਿੱਖ ਲਈ ਔਰ ਮੈਂ ਪਸ਼ੂ ਚਰਾ ਦਿਆਂ ਸਾ ਨਹਿਰ ਕਿਨਾਰੇ ਪਿੱਛੋਂ ਪੰਜਾਬ ਦੀ ਤਰਫ ਤੋਂ ਜੋ ਮੇਰੀ ਨਹਿਰ ਹੈ ਉਹ ਪੰਜਾਬ ਤੋਂ ਕੁਰਖੇਤਰ ਤੋਂ ਦਿੱਲੀ ਦੀ ਤਰਫ ਆ ਰਹੀ ਹੈ ਔਰ ਮੈਂ ਪਸ਼ੂ ਚਰਾ ਰਿਆਂ ਸਾਥ ਇੱਕ ਲੜਕੀ ਦੀ লাশ ਆ ਰਹੀ ਸੀ ਤੇ ਨਾਲ-ਨਾਲ ਉਹਦੇ ਪਰਿਵਾਰ ਦੇ ਲੋਕ ਚੱਲ ਰਹੇ ਸਨ ਉਹ ਵਿਚਾਰੇ ਕਦੀ ਰੋੜੀ ਸੁੱਟਦੇ ਸਨ ਕਦੀ ਲੱਕੜ ਸੁੱਟਦੇ ਸਨ ਕੱਢੀ ਡੰਡਾ ਸੁੱਟਦੇ ਸਨ ਤਾਂ ਉਹ ਕਾਫੀ ਜ਼ੋਰ ਲਾਇਆ ਉਹਨਾਂ ਨੇ ਕਿਉਂਕਿ ਨਹਿਰ ਦੇ ਵਿੱਚ ਤਾਂ ਵੜ ਨਹੀਂ ਸਕਦੇ ਤਾਂ ਉਹਨਾਂ ਨੇ ਮੈਨੂੰ ਆਵਾਜ਼ ਮਾਰੀ ਕਿ ਬੇਟਾ ਜਾਂ ਛੋਟੂ ਇੱਧਰ ਆਈ ਮੈਂ ਇਹ ਜੀ ਬੋਲੋ ਕਹਿੰਦੇ ਸਾਡੀ লাশ ਕੱਢ ਦੇਗਾ ਮਨ ਦੇ ਵਿੱਚ ਡਰ ਸੀ ਪਰ ਮੈਨੂੰ ਇੱਕ ਹੌਸਲਾ ਸੀ ਮੈਂ ਤਿਰਨਾ ਜਾਣਨਾ ਔਰ ਇਹ ਕੰਮ ਮੈਂ ਕਰ ਸਕਦਾ ਔਰ ਮੈਨੂੰ ਯਾਦ ਹੈ ਮੈਂ ਛਾਲ ਮਾਰ ਕੇ ਉਹ ਲੜਕੀ ਦੀ ਜੋ ਬੇਟੀ ਦੀ ਲਾਸ਼ ਸੀ ਆਖਰੀ ਵਾਰ ਉਹ ਪਰਿਵਾਰ ਦੇ ਹਵਾਲੇ ਕੀਤੀ ਤੇ ਉਹਨਾਂ ਨੇ ਮੈਨੂੰ ਬੜਾ ਚੰਗਾ ਲੱਗਾ ਉਹਨਾਂ ਨੇ ਧੰਨਵਾਦ ਕੀਤਾ ਤਾਂ ਫਿਰ ਉਹ ਸੇਵਾ ਦੀ ਸ਼ੁਰੂਆਤ ਸੀ ਉਹ ਇੱਕ ਥਾਪੜਾ ਸੀ ਮਹਾਰਾਜ ਦਾ ਵੇਖੋ ਹਰ ਬੰਦੇ ਨੂੰ ਕੋਈ ਮਾਸਟਰ ਏ ਕੋਈ ਡਾਕਟਰ ਏ ਕੋਈ ਵਕੀਲ ਏ ਕੋਈ ਜੱਜ ਏ ਹਰ ਬੰਦੇ ਦੇ ਕਰਮ ਪ੍ਰਮਾਤਮਾ ਨੇ ਇੱਕ ਥਾਪੜਾ ਦੇ ਕੇ ਸੇਵਾ ਲਈ ਸੋ ਮੇਰੀ ਉਹ ਨਹਿਰਾ ਵਾਲੀ ਸੇਵਾ ਰਹੀ ਸੀ ਔਰ ਫਿਰ ਮੈਂ ਚੱਲਦਾ ਚੱਲਦਾ ਆ ਮੈਕਸਿਮਮ 24 ਸਾਲਾਂ ਦੇ ਵਿੱਚ ਜੀ 16000 ਤੋਂ ਜ਼ਿਆਦਾ ਵਾਰਿਸ ਲਵਾਰਿਸ ਲਾਸ਼ਾਂ ਗਲੀਆਂ ਸੜੀਆਂ ਲਾਸ਼ਾਂ ਨੂੰ ਆਖਰੀ ਵਾਰ ਪੁਲਿਸ ਤੱਕ ਔਰ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚਾ ਪਾਇਆ 3500 ਤੋਂ ਜ਼ਿਆਦਾ ਲੋਕ ਜੀ ਜਿਹੜੇ ਆਤਮ ਹੱਤਿਆ ਕਰਨ ਵਾਸਤੇ ਨਹਿਰਾਂ ਤਲਾਬਾਂ ਦੇ ਉੱਤੇ ਜਾਂਦੇ ਸਨ ਜਾਂ ਗਰਮੀਆਂ ਦੇ ਵਿੱਚ ਉਹ ਬੱਚੇ ਮौज-ਮਸਤੀ ਕਰਦੇ ਨੇ ਲਗਾਤਾਰ ਹਾਸੇ ਜੀਵੇਂ ਵਧੀ ਜਾ ਰਹੇ ਨੇ ਉਹਨਾਂ ਲੋਕਾਂ ਨੂੰ ਕੱਢਣਾ 700 ਤੋਂ ਜ਼ਿਆਦਾ گاਵਾ ਨੀਲ گاਵਾ ਨਹਿਰਾਂ ਦੇ ਵਿੱਚੋਂ ਮੈਂ ਕੱਢ ਚੁੱਕਿਆ ਜੋ ਲੋਕ ਨਹਿਰਾਂ ਦੇ ਛੱਡ ਦਿੰਦੇ ਹਨ ਕੁੱਤਿਆਂ ਤੋਂ ਡਰਦੀਆਂ گاਵਾਂ ਨਹਿਰਾਂ 'ਚ ਡੇਕਦੀਆਂ ਨਹਿਰਾਂ ਪੱਕੀਆਂ ਨੇ ਉਹਨਾਂ ਤੋਂ ਨਿਕਲਿਆ ਨਹੀਂ ਜਾਂਦਾ ਨਹੀਂ ਸਹੀ ਗੱਲ ਉਹਨਾਂ گاਵਾਂ ਨੂੰ ਕੱਢ ਚੁੱਕਿਆ ਬੱਚਿਆਂ ਨੂੰ ਤਰਾਕੀ ਸਖਾ ਚੁੱਕਾ ਔਰ ਇਹਨਾਂ ਸਾਰੀਆਂ ਸੇਵਾਵਾਂ ਦੇ ਨਾਲ ਮੇਰੀ ਇੱਕ ਬਹੁਤ ਵੱਡੀ ਸੇਵਾ ਰਹੀ ਹੈ ਮਗਰਮਚ ਫੜਨਾ ਵਾਹ ਜੀ ਮੈਂ 16 ਮਗਰਮਚ ਕੁਰਖੇਤਰ ਔਰ 2 ਮਗਰਮਚ ਰੋਤ ਤੱਕ ਦੀ ਪ੍ਰੈਡਕ ਟੀਲ 'ਚ 18 ਮਗਰਮਚ ਔਰ ਸਭ ਤੋਂ ਵੱਡਾ 3 ਕੁਇੰਟਲ 10 ਕਿਲੋ ਦਾ ਜੋ ਇੰਡੀਆ ਦਾ ਮਗਰਮਛ ਮੇਰਾ ਰਿਹਾ ਹੈ ਜਿਹਦੇ ਵਿੱਚ ਜਲੰਧਰ ਦੇ ਵਿੱਚ ਮੈਨੂੰ ਕਰੋਕੋਡਾਈਲ ਆਫ ਇੰਡੀਆ ਦਾ ਅਵਾਰਡ ਵੀ ਮਿਲਿਆ ਸੋ ਮੈਂ 18 ਮਗਰਮਛ ਰੈਸਕਿਊ ਕਰ ਚੁੱਕਿਆ ਹਾਂ ਔਰ 121 ਪੱਗਾਂ 121 ਪੱਗਾਂ ਮੈਂ ਉਹਨਾਂ ਲਵਾਰਿਸ ਲਾਸ਼ਾਂ ਦੇ ਉੱਤੇ ਪੈਣਾ ਮਾਵਾਂ ਦੀਆਂ ਲਾਸ਼ਾਂ ਦੇ ਉੱਤੇ ਪਾ ਚੁੱਕਿਆ ਜਿਨ੍ਹਾਂ ਦੇ ਕੱਪੜੇ ਅਕਸਰ ਥੱਲੇ ਪਾੜ ਜਾਂਦੇ ਸੀ ਬੇਸ਼ੱਕ ਉਹ ਲਾਸ਼ ਸੀ ਪਰ ਇੱਕ ਭਰਾ ਵਾਸਤੇ ਉਹ ਭੈਣ ਏ ਇੱਕ ਪਿਓ ਵਾਸਤੇ ਧੀ ਏ ਉਹ ਆਪਣੇ ਬੱਚੇ ਦਾ ਸਰੀਰ ਨਹੀਂ ਦੇਖ ਸਕਦਾ ਪਰਿਵਾਰ ਦੇ ਆਉਣ ਤੋਂ ਪਹਿਲਾਂ ਮੈਂ ਆਪਣੀ ਪੱਗ ਦੇ ਨਾਲ ਉਹਨਾਂ ਪੈਣਾ ਦਾ ਮਾਵਾ ਦਾ ਸਰੀਰ ਟੱਕ ਕੇ ਆਪਣੀ ਸੇਵਾ ਨਿਭਾਈ ਏ ਔਰ ਇਹ ਸਾਰੀਆਂ ਸੇਵਾਵਾਂ ਨੂੰ ਲੈ ਕੇ ਅੱਜ ਤੱਕ ਹਰਿਆਣਾ ਪੰਜਾਬ ਰਾਜਸਥਾਨ ਦੇ ਵਿੱਚ 403 ਸਨਮਾਨ ਅੱਜ ਤੱਕ ਸਾਨੂੰ ਮਿਲ ਚੁੱਕੇ ਨੇ ਮੇਰੀ ਟੀਮ ਨੂੰ ਮਿਲ ਚੁੱਕੇ ਨੇ ਹਰਿਆਣਾ ਐਸਐਚਓ ਐਸਪੀ ਆਈਜੀ ਤੋਂ ਲੈ ਕੇ ਗਵਰਨਰ ਸਾਹਿਬ ਤੱਕ ਇਹ ਸਾਰੇ ਅਵਾਰਡ ਨੇਰ ਇੱਕ ਬਹੁਤ ਵੱਡਾ ਮੇਰਾ ਯਾਦਗਾਰ ਅਵਾਰਡ ਵੇਖੋ ਮੰਚ ਕੋਈ ਛੋਟਾ ਵੱਡਾ ਨਹੀਂ ਹੁੰਦਾ ਸਨਮਾਨ ਕੋਈ ਛੋਟਾ ਵੱਡਾ ਨਹੀਂ ਹੁੰਦਾ ਸਭ ਤੋਂ ਯਾਦਗਾਰ ਮੇਰਾ ਅਵਾਰਡ ਰਿਹਾ ਬੰਬੇ ਅੱਛਾ ਜੀ ਪਾਜੀ ਪੂਰਨ ਸਿੰਘ ਨੇ ਬੰਬੇ ਉਹਨਾਂ ਨੇ ਇੱਕ ਅਵਾਰਡ ਫੰਕਸ਼ਨ ਕੀਤਾ ਸੀ ਤੇ ਉਹਨਾਂ ਨੇ ਮੈਨੂੰ ਬੁਲਾਇਆ ਸੀ ਔਰ ਮੈਂ ਮੈਨੂੰ ਪਤਾ ਲੱਗਿਆ ਮੈਂ ਕਿਵੇਂ ਬੰਬੇ ਜਾਵਾਂਗਾ ਸੋਚਿਆ ਨਹੀਂ ਸੀ ਲੇਕਿਨ ਉਹਨਾਂ ਨੇ ਕਿਹਾ ਪ੍ਰਗਟ ਜੀ ਤੁਸੀਂ ਜਹਾਜ਼ ਤੇ ਆਓਗੇ ਬਹਿ ਕੇ ਹੈਨਾ ਤੇ ਵੇਖੋ ਅੱਜ ਦੁਨੀਆ ਜਹਾਜ਼ ਦੇ ਵਿੱਚ ਸਫ਼ਰ ਕਰਦੀ ਹੈ ਕੋਈ ਪੜ੍ਹਾਈ ਕਰ ਰਿਹਾ ਕੋਈ ਬਿਜ਼ਨਸ ਕਰ ਲਿਆ ਲੇਕਿਨ ਇੱਕ ਡੰਗਰ ਚਾਰਨ ਵਾਲਾ ਬੰਦਾ ਜੀ ਜੰਗਲ ਵਾਲਾ ਬੰਦਾ ਜਹਾਜ਼ ਦੇ ਵਿੱਚ ਬਹਿ ਕੇ ਇੱਕ ਅਵਾਰਡ ਲੈਣ ਜਾ ਰਿਹਾ ਸਨਮਾਨ ਲੈਣ ਜਾ ਰਿਹਾ ਤਾਂ ਮੈਨੂੰ ਲੱਗਾ ਕਿ ਮੈਂ ਵਾਕਈ ਦੁਨੀਆ ਜਿੱਤ ਲਈ ਬੜੀ ਮਾਰ ਵਾਲੀ ਗੱਲ ਹੈ ਅੱਜੇ ਭਾਜੀ ਉਹ ਅਵਾਰਡ ਉਹ ਸਨਮਾਨ ਮੇਰੀ ਜ਼ਿੰਦਗੀ ਦਾ ਇੱਕ ਯਾਦਗਾਰ ਹੈ ਸੋ ਇਹ ਸਾਰੀਆਂ ਸੇਵਾਵਾਂ ਨੇ ਮੈਂ ਜਦੋਂ ਵੀ ਕਿਤੇ ਵੀ ਜਾਣਾ ਵੇਖੋ ਮੈਨੂੰ ਖੁਸ਼ੀ ਹੈ ਕਿ ਮੈਂ ਸਿੱਖ ਹਾਂ ਹਾਂਜੀ ਮੇਰੇ ਸਿਰ ਤੇ ਪਾਗੇ ਦਾੜੀ ਹੈ ਲੇਕਿਨ ਮੈਂ ਅੱਜ ਵੀ ਇਨਸਾਨੀਅਤ ਦੇ ਧਰਮ ਨੂੰ ਅੱਗੇ ਰੱਖਦਾ ਔਰ ਇਨਸਾਨੀਅਤ ਦਾ ਕੋਈ ਧਰਮ ਨਹੀਂ ਮੈਂ ਹਰ ਧਰਮ ਹਰ ਸਮਾਜ ਹਰ ਤਕਕੇ ਦੇ ਨਾਲ ਖੜਿਆ ਮੈਂ ਉਹਦੇ ਨਾਲ ਨਹੀਂ ਤੁਰਿਆ ਜੋ ਫੋਰਚੂਨਰ ਤੇ ਮੇਰੇ ਕੋਲ ਆਇਆ ਹੈ ਕਿ ਮੇਰਾ ਬੱਚਾ ਡੁੱਬ ਗਿਆ ਮੇਰਾ ਪਾ ਡੁੱਬ ਗਿਆ ਮੈਂ ਉਸ ਬੰਦੇ ਨਾਲ ਵੀ ਤੁਰਿਆ ਜੋ ਸਾਈਕਲ ਤੇ ਆਇਆ ਜੀ ਮੈਂ ਉਹਦੇ ਨਾਲ ਵੀ ਤੁਰਿਆ ਜਿਹਨੇ ਘਰੋਂ ਬੈਠਾ ਮੈਨੂੰ ਫੋਨ ਕਰਤਾ ਕਿ ਪਾ ਜੀ ਮੇਰੇ ਕੋਲ ਸਾਧਨ ਨਹੀਂ ਹੈ ਪਰ ਮੇਰਾ ਬੱਚਾ ਦੋ ਦਿਨ ਹੋਇਆ ਲੱਭ ਠੀਕ ਹੈ ਬਾਈ ਤੂੰ ਆਪਣੇ ਘਰ ਰੋ ਮੈਨੂੰ ਉਹਦਾ ਫੋਟੋ ਜੀ WhatsApp ਕਿਸੇ ਤੋਂ ਵੀ ਕਰਾ ਦੇ ਮੈਂ ਦੁਆ ਕਰਾਂਗਾ ਕਿ ਤੇਰਾ ਬੱਚਾ ਜ਼ਿੰਦਾ ਹੋਵੇ ਸੁਰੱਖਿਤ ਹੋਵੇ ਘਰ ਨਹਿਰ ਦੇ ਵਿੱਚ ਕੋਈ ਹਾਸਾ ਹੋ ਗਿਆ ਤੇਰੇ ਬੱਚੇ ਨੂੰ ਲੱਭ ਗਿਆ ਆਖਰੀ ਵਾਰ ਮੈਂ ਦਾਂਗਾ ਕਿਉਂਕਿ ਜਦੋਂ ਅਸੀਂ ਸ਼ੁਰੂਆਤ ਕੀਤੀ ਸੇਵਾਵਾਂ ਦੇ ਵਿੱਚ ਲਿਆ ਅੱਜ 24 ਸਾਲਾਂ ਦੇ ਵਿੱਚ ਰਾਜਪੂਰਾ ਫਤੇਗੜ ਸਾਹਿਬ ਸਰਹੰਦ ਫਰੀਦਕੋਟ ਪਾਣੀਪਤ ਸੋਨੀਪਤ ਦਿੱਲੀ ਮੰਡੋਰਾ ਰਾਜਸਥਾਨ ਮਿੰਦਰਗੜ ਬਿਵਾਨੀ ਅੱਜ ਇੱਥੇ ਬੈਠਾ ਬੈਠਾ ਮੈਂ 200 ਤੋਂ ਜ਼ਿਆਦਾ ਨਹਿਰਾਂ ਦਾ ਔਨ ਰਿਕਾਰਡ ਦੱਸਦਾਗਾ ਕਿਹੜੀ ਨਹਿਰ ਚੱਲਦੀ ਹੈ ਕਿਹੜੀ ਬੰਦ ਹੈ ਅੱਛਾ ਜੀ ਐਡਾ ਤਰਕਾ ਮੇਰਾ ਸਰਕਲ ਨਹਿਰਾਂ ਦਾ ਔਰ ਅੱਜ ਵੀ ਪੰਜਾਬ ਤੋਂ ਦਿੱਲੀ ਤੱਕ ਪੰਜਾਬ ਤੋਂ ਰਾਜਸਥਾਨ ਤੱਕ ਕੋਈ ਵੀ ਬੋਡੀ ਕਿਸੇ ਵੀ ਨਹਿਰ ਤੋਂ ਮਿਸਿੰਗ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਮੇਰੇ ਕੋਲ ਮੈਸੇਜ ਆਉਂਦਾ ਔਰ ਤੁਸੀਂ ਯਕੀਨ ਕਰਿਓ ਜਿਨ੍ਹਾਂ ਨਹਿਰਾਂ ਦੇ ਉੱਤੋਂ ਜਿਨ੍ਹਾਂ ਨਹਿਰਾਂ ਦੇ ਕੋਲ ਪਿੰਡ ਨੇ ਸ਼ਹਿਰ ਨੇ ਡੇਰੇ ਨੇ ਜਦੋਂ ਕਿਸੇ ਦਾ ਪਰਸਨ ਮਿਸਿੰਗ ਹੋ ਜਾਂਦਾ ਹੈ ਹਾਂਜੀ ਚਾ ਬਜ਼ੁਰਗ ਹੈ ਚਾ ਕੁੜੀ ਹੈ ਚਾ ਮੁੰਡਾ ਹੈ ਪੁਲਿਸ ਤੋਂ ਪਹਿਲਾਂ ਲੋਕ ਮੇਰੇ ਨਾਲ ਜੁੜਦੇ ਤੁਹਾਡੇ ਕੋਲ ਆਉਂਦੇ ਨੇ ਮੈਨੂੰ ਉਹਦੀ ਫੋਟੋ ਕਲਦੇ ਨੇ ਔਰ ਮੈਂ ਫਿਰ ਕੋਸ਼ਿਸ਼ ਕਰਦਾ ਕਿ ਉਹ ਨਾ ਬੋਡੀਆਂਸ ਨੂੰ ਉਹ ਨਾ ਬੰਦਿਆਂ ਨੂੰ ਅਗਰ ਕੋਈ ਜਿੰਦਾ ਹੈ ਮੈਂ ਬੜੇ ਐਸੇ ਲੇਡੀਜ਼ ਜੋ ਘਰੋਂ ਲੜ ਕੇ ਚਲੀਆਂ ਗਈਆਂ ਮੈਂ ਉਹਨਾਂ ਦੀ ਅਪੀਲ ਕੀਤੀ ਉਹ ਲੇਡੀਜ਼ ਵਾਪਸ ਆ ਗਈਆਂ ਬੜੀਆਂ ਅਸੀਂ ਬੋਡੀਆਂ ਨੇ ਸੋ ਇਹ ਇੱਕ ਸੇਵਾ ਦਾ ਬਹੁਤ ਵੱਡਾ ਸਰਕਲ ਬਣ ਚੁੱਕਾ ਹੈ ਕਈ ਵਾਰ ਇੰਟਰਵਿਊਸ ਦੇ ਵਿੱਚ ਲੋਕ ਪੁੱਛਦੇ ਨੇ ਭਾਜੀ ਤੁਹਾਡੀ ਟੀਮ ਕਿੰਡੀ ਵੱਡੀ ਹੈ ਮੈਂ ਭਾਜੀ ਤੁਹਾਨੂੰ ਦੱਸਦਾ ਕਿ ਪੂਰਾ ਦੇਸ਼ ਮੇਰੀ ਟੀਮ ਦੇ ਵਿੱਚ ਵਾਹ ਜੀ ਵਾਹ ਕੀ ਬਾਤ ਹੈ ਦੇਸ਼ ਮੇਰੀ ਟੀਮ ਦੇ ਵਿੱਚ ਕਿਵੇਂ ਆ ਇੱਕ ਬੰਦਾ ਪਾਣੀਪੱਤ ਬਸ ਦੇ ਵਿੱਚ ਬੈਠਾ ਹਾਂਜੀ ਤੇ ਉਹਦੇ ਅੱਗੇ ਕੋਈ লাশ ਨਿਕਲੀ ਉਹ ਫੋਨ ਕਰਦੇਗਾ ਭਾਜੀ ਮੈਂ ਪਾਣੀ ਪੱਸੇ ਬੈਠਾ ਤਾਂ ਰ ਘੁਮਾਣਾ ਜਾ ਰਿਹਾ ਲੇਕਿਨ ਰਸਤੇ ਮੈਂ ਦੇਖਿਆ ਕਿ ਨਹਿਰ ਵਿੱਚ লাশ ਜਾ ਰਹੀ ਹੈ ਉਹ ਮੇਰੀ ਟੀਮ 'ਚ ਜੁੜ ਗਿਆ ਬਿਲਕੁਲ ਜੀ ਇੱਕ ਪਰਿਵਾਰ ਨਹਿਰ ਕਿਨਾਰੇ ਆਪਣੀ ਫੈਮਲੀ ਨਾਲ ਜਾ ਰਿਹਾ ਉਹਨਾਂ ਨੂੰ ਨਹਿਰ ਕਿਨਾਰੇ ਕੋਈ ਲੇਡੀ ਸਫਸਟ ਬੈਠੀ ਲੱਗੀ ਕੋਈ ਬਜ਼ੁਰਗ ਲੱਗਿਆ ਵੀ ਇਹ ਦੁਖੀ ਹੈ ਪ੍ਰਗਟ ਭਾਜੀ ਯਾਰ ਅਸੀਂ ਨਾ ਪਰਿਵਾਰ ਨਾਲ ਜਾ ਰਹੇ ਸਾਂ ਕਿ ਜਰਾਨੀ ਖੜੀ ਯਾਰ ਵੇਖੀ ਕਿਤੇ ਜੰਪ ਦਿਨਾ ਕਰ ਦੇ ਉਹਨਾਂ ਨੇ ਪਹਿਲੇ ਤੁਹਾਨੂੰ ਕਾਲ ਕਰਤੀ ਕਿ ਕਿਤੇ ਨਾ ਹੋਵੇ ਕਿ ਹਾਸਾ ਹੋ ਜਾਏ ਤੇ ਪ੍ਰਗਟ ਸਿੰਘ ਉਹ ਬੰਦਾ ਹੈ ਜਿਹੜਾ ਕਿ ਵਜਾ ਸਕਦਾ ਤੇ ਮੈਂ ਫਿਰ ਉੱਥੇ ਪਹੁੰਚ ਗਿਆ ਉਹਨੂੰ ਜਿੰਦਾ ਫੜ ਲਿਆ ਉਹ ਮੇਰੀ ਟੀਮ ਦਾ ਹਿੱਸਾ ਹੋ ਗਿਆ ਸੋ ਜੋ 10 15 ਸਾਲ ਪਹਿਲਾਂ ਨਹਿਰ ਦੇ ਵਿੱਚ ਲੋਕ ਲਾਸ਼ ਵੇਖ ਕੇ ਡਰਦੇ ਸਨ ਹਾਂਜੀ ਲੋਕਾਂ ਦੇ ਅੰਦਰ ਖੋਫ ਸੀ ਵੀ ਪੁਲਿਸ ਤੰਗ ਕਰੇਗੀ ਇਹ ਉਹ ਅਜੋਕ ਖੋਫ ਖਤਮ ਹੋ ਚੁੱਕਾ ਹੈ ਹਰ ਬੰਦਾ ਨਹਿਰ ਨਾਲ ਜੁੜੀ ਚਾ ਕੋਈ ਗਾਹੂ ਵੀ ਡੁੱਬਦੀ ਜਾ ਰਹੀ ਹੈ ਨਾ ਜੀ ਉਹ ਵੀ ਲੋਕ ਫੋਨ ਕਰ ਦਿੰਦੇ ਨੇ ਕਿ ਪ੍ਰਗਟਜੀ ਨਹਿਰ ਦੇ ਵਿੱਚ ਗਾਂ ਡੁੱਬਦੀ ਜਾ ਰਹੀ ਆ ਜਾ ਅਸੀਂ ਵੀ ਫਿਰ ਮੈਂ ਵੀ ਕੋਸ਼ਿਸ਼ ਕਰਦਾ ਕਿ 99% ਨੰਬਰ ਜਿਹੜਾ ਬੰਦੇ ਨੇ ਮਾਨ ਸਨਮਾਨ ਨਾਲ ਮੈਨੂੰ ਫੋਨ ਕੀਤਾ ਜੀ ਜੀ ਮੈਂ ਉਸ ਪੁਆਇੰਟ ਤੇ ਪਹੁੰਚਣਾ ਹੈ ਬਿਲਕੁਲ ਤੇ ਚਾ ਇਨਸਾਨ ਹੈ ਚਾ ਬੇਜੁਬਾਨ ਹੈ ਬਿਲਕੁਲ ਉਹਦੀ ਸੇਵਾ ਕਰਦੇ ਕੋਈ ਇਨਸਾਨ ਹੈ ਜਿਹੜਾ ਕਿ ਸੁਸਾਇਡ ਕਰਨ ਜਾ ਰਿਹਾ ਮਰਨ ਜਾ ਰਿਹਾ ਜੀ ਤੋਂ ਪਹਿਲਾਂ ਤੁਹਾਨੂੰ ਫੋਨ ਕਰਦਾ ਕਿ ਮੈਂ ਆ ਕੰਮ ਕਰਨ ਜਾ ਰਿਹਾ ਤੇ ਮੈਂ ਕੋਈ ਇਹੋ ਜਿਹਾ ਕਿੱਸਾ ਸਾਨੂੰ ਸੁਣਾਓ ਇੱਕ ਵਾਰ ਖੁੱਲ ਕੇ ਮੈਂ ਚਾਹਣਾ ਕਿ ਆਪਾਂ ਨਾ ਖੁੱਲ ਕੇ ਗੱਲ ਕਰੀਏ ਇਸ ਚੀਜ਼ ਤੇ ਤੇ ਕੋਈ ਕਿੱਸਾ ਹੋ ਜਾ ਜੀ ਬਾਈ ਬਿਲਕੁਲ ਬਹੁਤ ਐਸੇ ਕਿੱਸੇ ਨੇ ਜਿੱਥੇ ਮੈਂ ਪਹੁੰਚਿਆ ਜਿੰਦਾ ਖੜਿਆ ਔਰ ਸਿਰਫ 1 ਮਹੀਨਾ ਪਹਿਲਾਂ ਇੱਕ ਨੀਸੰਗ ਕਰਨਾਲ ਦੇ ਕੋਲ ਸ਼ਹਿਰ ਜੀ ਜੀ ਉੱਥੋਂ ਦਾ ਮੁੰਡਾ ਕੈਪਸੈਟ ਹੋਇਆ ਕਰੋਨੇ ਮੈਨੂੰ ਫੋਨ ਕੀਤਾ ਔਰ ਮੈਂ ਉਹਨੂੰ ਇਹੀ ਗੱਲ ਕਹੀ ਵੀ ਯਾਰ ਤੇ ਮੈਨੂੰ ਫੋਨ ਨਹੀਂ ਸੀ ਕਰਨਾ ਜੇ ਕੀਤਾ ਹੀ ਤੇ ਮੈਨੂੰ ਹੁਣ ਤੂੰ 20 ਮਿੰਟ ਜ਼ਰੂਰ ਦੇਣੇ ਨੇ ਜੀ ਤਾਂ ਉਹਨੂੰ ਫੋਨ ਕੀਤਾ ਅਸੀਂ ਦੂਜੇ ਨੰਬਰ ਤੇ ਐਸਐਚਓ ਨੂੰ ਫੋਨ ਕੀਤਾ ਐਸਐਚਓ ਨੂੰ ਮੈਂ ਕਿਹਾ ਵੀ ਆ ਬੰਦਾ ਮੈਨੂੰ ਨਹੀਂ ਪਤਾ ਕਿਉਂਕਿ ਨਹਿਰਾ ਵਰਗੀ ਨਹਿਰ ਹੈ ਜੰਗਲ ਵਰਕੇ ਜੰਗਲ ਕਿਸ ਪੁਆਇੰਟ ਤੇ ਮੈਨੂੰ ਨਹੀਂ ਪਤਾ ਪਰ ਇਹ 20 ਮਿੰਟ ਦਾ ਇਹਨੂੰ ਮੈਂ ਟਾਈਮ ਦਿੱਤਾ ਔਰ ਮੈਨੂੰ ਲੱਗਦਾ ਕਿ ਮੈਨੂੰ ਇਹ ਟਾਈਮ ਦੇਵੇਗਾ ਲੇਕਿਨ ਉਸ ਤੋਂ ਬਾਅਦ ਇਹਨੇ ਡੁੱਬ ਜਾਣਾ ਆਤਮ ਹੱਤਿਆ ਕਰ ਲੈਣੀ ਮੇਰਾ ਤੇਰੇ ਤੋਂ ਰਸਤਾ 1 ਘੰਟੇ ਦਾ ਸਹੀ ਗੱਲ ਲੇਕਿਨ ਤੁਸੀਂ ਉਹ ਐਸਐਚਓ ਚਲੋ ਪੁਲਿਸ ਥੋੜਾ ਸਹੀ ਕਰ ਰਹੀ ਹੈ ਕੰਮ ਆਜ ਦੇ ਜ਼ਮਾਨੇ ਉਹਨਾਂ ਨੇ ਤੁਰੰਤ ਇੱਕ ਦੋ ਗੱਡੀ ਕਾਲਤੀ ਇਧਰੋਂ ਮੈਂ ਵੀ ਭੱਜ ਗਿਆ ਔਰ ਉਹ ਬੰਦਾ ਉਹਦੀ ਮਾਂ ਹੂੰ ਮੇਰੇ ਜਾਣ ਤੋਂ ਪਹਿਲਾਂ ਬਿਲਕੁਲ ਕਿਨਾਰੀ ਦੇ ਬੈਠੀ ਸੀ ਖੁਦ ਮਾਂ ਵੀ ਆਤਮ ਬੱਤੇ ਦੀ ਕਗਾਰ ਤੇ ਸੀ ਠੀਕ ਹੈ ਤੇ ਉਹਨੂੰ ਮੈਂ ਪੁੱਛਿਆ ਮਾਤਾ ਕਿਵੇਂ ਕਹਿੰਦੀ ਵੀ ਮੇਰਾ ਪੁੱਤਰ ਘਰੋਂ ਕਹਿ ਗਿਆ ਵੀ ਮੈਂ ਮਰਨ ਚੱਲੇ ਆਂ ਜੀ ਮੈਨੂੰ ਲੱਭਾ ਨਹੀਂ ਮਾਂ ਮਾਤਾ ਚਿੰਤਾ ਨਾ ਕਰ ਤੇਰਾ ਬੱਚਾ ਜ਼ਿੰਦਾ ਚਿੰਤਾ ਨਾ ਕਰ ਫਿਰ ਤੇਰੇ ਨਾਲ ਤਾਂ ਫਿਰ ਲੋਕੇਸ਼ਨ ਕਢਾ ਲਈ ਲੋਕੇਸ਼ਨ ਆਈ ਨਹਿਰ ਤੋਂ 2 ਕਿਲੇ ਹਟਵਾ ਕਿਸੇ ਜੰਗਲ 'ਚ ਬੈਠਾ ਉਹਥੇ ਜਾ ਕੇ ਉਹਨੂੰ ਫੜਿਆ ਜ਼ਿੰਦਾ ਤੇ ਕੋਸ਼ਿਸ਼ ਸਿਰਫ ਇਨ ਨੂੰ ਇੱਕੋ ਗੱਲ ਦੀ ਹੁੰਦੀ ਏ ਉਹ ਮਾਂ ਕਹਿੰਦੀ ਕਿ ਪੁੱਤਰ ਤੂੰ ਮੇਰੇ ਬੱਚੇ ਨੂੰ ਨਹੀਂ ਮੈਨੂੰ ਵੀ ਦੂਸਰਾ ਜਨਮ ਦੇ ਤਾ ਬਿਲਕੁਲ ਸਹੀ ਗੱਲ ਮੇਰਾ ਬੱਚਾ ਮੇਰੇ ਅੱਗੇ ਦੇ ਤਾ ਸੋ ਇਹ ਕਈ ਸੇਵਾਵਾਂ ਨੇ ਕਿਉਂਕਿ ਆਪਣੀ ਲਾਈਨ ਅਪ ਹੀ ਦੁਨੀਆ ਦੇ ਮੇਰਾ ਮੰਨ ਹੈ ਕਿ ਸਰ ਤੋਂ ਦਰਦਨਾਕ ਬਿਆਨਕ ਲਾਈਨ ਅਪ ਅਗਰ ਹੈ ਤੇ ਮੇਰੀ ਬਿਲਕੁਲ ਸਮਝ ਸਕਦੇ ਆ ਭਾਜੀ ਕਿਉਂਕਿ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਪਹਿਲੀ ਗੱਲ ਤਾਂ ਮੈਂ ਵੇਖੋ ਸਮੇਂ-ਸਮੇਂ ਤੇ ਅرج ਤੁਹਾਡੇ ਚੈਨਲ ਦੇ ਮਾਧਿਅਮ ਤੋਂ ਵੀ ਇਹੀ ਅਪੀਲ ਕਰਾਂਗਾ ਕਿ ਆਤਮ ਹੱਤਿਆ ਦੇ ਨਾਲ ਜ਼ਿੰਦਗੀ ਦਾ ਕੋਈ ਸਮਾਧਾਨ ਨਹੀਂ ਸਹੀ ਗੱਲ ਹੈ ਜੀ ਜੇ ਆਪਾਂ 10 ਮਿੰਟ ਵੀ ਜੇ ਆਪਾਂ ਦੇ ਦੇਈਏ ਜਾਨ ਤੋਂ ਪਹਿਲਾਂ ਤਾਂ ਮੇਰੇ ਹਿਸਾਬ ਨਾਲ ਕੀ ਆਪਾਂ ਕੋਈ ਨਾ ਕੋਈ ਹੱਲ ਕੱਢ ਸਕਦੇ ਆ ਭਾਜੀ ਮੈਂ ਸਪੋਜ਼ ਕਰੋ ਤੁਹਾਡਾ 5 ਲੱਖ ਦੇਣਾ ਤੇ ਅਗਰ ਮੈਂ ਆਤਮ ਹੱਤਿਆ ਕਰ ਜਾਗਾ ਪੈਸਾ ਉੱਥੇ ਦਾ ਉੱਥੇ ਖੜਾ ਉਹ ਤਾਂ ਉੱਥੇ ਹੀ ਹੈ ਜੀ ਸਾਰੀ ਉਮਰ ਦੀ ਬਦਨਾਮੀ ਖੜੀ ਬਿਲਕੁਲ ਜੀ ਮੇਰੇ ਮਰ ਨਾਲ ਮੇਰੀ ਮਾਂ ਮੇਰੀਆਂ ਚਾਰ ਧੀਆ ਮੇਰੀ ਵਾਈਫ 6 ਮੈਂ ਹੋਰ ਮਾਰ ਕੇ ਚੱਲੇ ਸਹੀ ਗੱਲ ਹੈ ਅਗਰ ਮੈਂ ਜਿੰਦਾ ਰਹਾਗਾ ਮੈਂ ਨਾ ਦਵਾਂਗਾ ਕੁਛ ਨਾ ਟੁਕੜ ਮੈਂ ਆਪਣੇ ਪਰਿਵਾਰ ਦੇ ਸਿਰ ਤੇ ਧੋਵਾਂਗਾ ਆਪਣੇ ਬੱਚੇ ਦੇ ਸੰਭਾਲਾਂਗਾ ਮੈਂ ਤਾਂ ਜਿੰਦਾ ਰਹਾਵਾਂਗਾ ਪਰਚਾ ਹੋ ਜਾਏਗਾ ਕੀ ਹੋ ਜਾਏਗਾ ਮੈਂ ਕਹਿੰਦਾ ਜੇ ਤੁਸੀਂ ਤਾਂ ਮਤ ਦੇ ਨਾਲ ਜ਼ਿੰਦਗੀ ਦਾ ਕੋਈ ਵੀ ਹੱਲ ਨਹੀਂ ਨਹੀਂ ਹੁੰਦਾ ਜੀ ਜ਼ਿੰਦਗੀ ਦਾ ਨਾਮ ਹੈ ਜੀਣਾ ਜ਼ਿੰਦਗੀ ਦਾ ਨਾਮ ਹੈ ਸੰਘਰਸ਼ ਕਰਨਾ ਹੁਣ ਜਿਵੇਂ ਪਹਿਲਾਂ ਵੀ ਦੱਸ ਚੁੱਕਿਆ ਕਿ ਕੁੜੀ ਕਰਨਾਲ ਦੇ ਅੰਦਰ ਮੈਂ ਕੱਢੀ ਸੀ ਉਹਦੇ 94% ਨੰਬਰ ਸੇ ਠੀਕ ਹੈ ਲੇਕਿਨ ਉਹ ਫਿਰ ਵੀ ਆਤਮ ਬੱਚਾ 94% ਆਉਣ ਤੋਂ ਬਾਅਦ ਵੀ ਉਹਨੇ ਆਤਮ ਟ੍ਰਾਈ ਕੀਤਾ ਅਸੀਂ ਗਏ ਗੁੜੀਆ ਕੱਢੀ ਉਹਦੇ ਉਵੇਂ ਆਈ ਕਾਰਡ ਵਗੈਰਾ ਲੱਗਾ ਹੋਇਆ ਸੀ ਸਾਰਾ ਸਕੂਲ ਦੇ ਕਾਗਜ਼ ਕੱਢੀ ਤਾਂ ਫਿਰ ਇੱਕ ਸਵਾਲ ਸੀ ਕਿ ਬੱਚੇ ਅਗਰ ਤੂੰ ਜਿੰਦਾ ਲੈਂਦੀ ਸਹੀ ਜ਼ਿੰਦਗੀ ਨਾਲ ਲੜਦੀ ਪੜਦੀ ਇਹ 94 ਤੋਂ 96 ਹੁੰਦੇ 96 ਤੋਂ 100 ਵੀ ਹੋ ਜਾਂਦੇ ਬਿਲਕੁਲ ਜੀ ਲੇਕਿਨ ਹੁਣ ਭਾਵੇਂ ਤੇਰੇ 200 ਆਜਣ ਤੂੰ ਤਾਂ ਆਪਣੀ ਜੀਵਨ ਲੀਲਾ ਕਾਦਮੀ ਕਰ ਲਈ ਤੇ ਛਾਹ ਦੋ ਸਾਰਿਆਂ ਨੂੰ ਪਿੱਛੇ ਇੱਕ ਪਛਤਾਵਾ ਵੀ ਦੇ ਗਈ ਹੈ 5-7 ਸਾਲ ਤੋਂ ਮਨੋਬਲੀਨਾ ਖਤਮ ਹੋ ਚੁੱਕਿਆ ਬਰਦਾਸ਼ਟ ਇੰਨੀ ਲੋਕਾਂ ਦੇ ਵਿੱਚ ਖਤਮ ਹੋ ਚੁਕੀ ਏ ਚਾਹੋ 12 ਸਾਲ ਦਾ ਬੱਚਾ ਏ ਕਰਨਾਲ ਦੇ ਵਿੱਚ ਬੱਚਾ ਮੈਂ ਕੱਢਿਆ ਸੀ 13 ਸਾਲ ਦਾ ਸਿਰਫ ਮਾਂ ਨੇ ਕਿ ਆਬ ਸਕੂਲੇ ਚਲਾ ਜਾ ਹੂੰ ਇਸੇ ਗੱਲ ਤੋਂ ਨਹਿਰੇਸ਼ਾਲ ਮਰ ਗਿਆ ਚਾਹ 60 ਸਾਲ ਦਾ ਏ ਚਾ 20 ਸਾਲ ਦਾ ਏ ਚਾ 15 ਸਾਲ ਦਾ ਅੱਜ ਕੋਈ ਕਿਸੇ ਦੀ ਬਰਦਾਸ਼ਟ ਨਹੀਂ ਬਰਦਾਸ਼ਟ ਕਰ ਰਿਹਾ ਇਹ ਗੱਲ ਇੰਨਾ ਬੁਰਾ ਇਹੋ ਜੀਆਂ ਗੱਲਾਂ ਨੂੰ ਲੋਕ ਲੈ ਕੇ ਆਤਾ ਕਰ ਰਹੇ ਨੇ ਜਿਨ੍ਹਾਂ ਗੱਲਾਂ ਦਾ ਜ਼ਿੰਦਗੀ 'ਚ ਕੋਈ ਵਜੂਦ ਹੀ ਨਹੀਂ ਮਤਲਬ ਹੀ ਨਹੀਂ ਬੰਦਾ ਕੋਈ ਮਤਲਬ ਹੀ ਨਹੀਂ ਜਦੋਂ ਪੁੱਛੀਦਾ ਵੀ ਕਿਉਂ ਮਰ ਗਿਆ ਇਹ ਜੀ ਵਿਆਹਿਆ ਸੀ ਇਹਦੀ ਵਾਈਫ ਨੂੰ ਲੈਣਗੇ ਉਹ ਆਈ ਨਹੀਂ ਆਰਾ ਨਹੀਂ ਆਈ ਤਾਂ ਮਰ ਥੋੜੀ ਜਾਏਗਾ ਹੁਣ ਉਹ ਆਏ ਨਾ ਆਏ ਕੀ ਕਰੇਗਾ ਸਹੀ ਗੱਲ ਸੋ ਦਰਦ ਮੈਂ ਖੁਦ ਦੱਸਦਾ ਭਾਜੀ 5 7 10 ਸਾਲ ਪਹਿਲਾਂ ਜਦੋਂ ਕੋਈ ਫੋਨ ਕਰਦਾ ਸੀ ਕਿ ਪ੍ਰਗਟਪਾਜੀ ਸਾਡਾ ਇੰਨੇ ਸਾਲਾਂ ਦਾ ਬੱਚਾ ਏ ਤੇ ਮਿਲ ਨਹੀਂ ਰਿਹਾ ਤੇ ਨਹਿਰ ਕਿਨਾਰੇ ਉਹਦਾ ਸਮਾਨ ਮਿਲਿਆ ਹਾਂਜੀ ਤਾਂ ਮੈਂ ਉਹਨਾਂ ਨੂੰ ਕਹਿ ਦਿੰਦਾ ਸੀ ਜਾਓ ਆ ਜਾਏਗਾ ਦੋ ਦਿਨਾਂ ਨੂੰ ਤਿੰਨਾਂ ਦਿਨਾਂ ਨੂੰ ਜਿੰਦਾ ਆ ਜਾਏਗਾ ਲੋਕਾਂ ਦੇ ਵਿੱਚ 10 ਸਾਲ ਪਹਿਲਾਂ ਵੀ ਕਾਫੀ ਫਰਕ ਸੀ ਲੇਕਿਨ ਅੱਜ ਕੋਈ ਇਹ ਫੋਨ ਕਰ ਦੇਣਾ ਕਿ ਮੇਰਾ 14 ਸਾਲ ਦਾ ਸੀ 13 ਦਾ ਸੀ ਨਹਿਰ ਤੋਆ ਮਿਲਿਆ ਪਿਆਰ ਕੀ ਦਾ ਪਰਮਾਤਮਾ ਤੇ ਭਲਾ ਕਰੇ ਕਰੇ ਨੀ ਤੇ ਸੱਜਣਾ ਤੇਰਾ ਬੱਚਾ ਗਿਆ ਗਿਆ ਜਿਵੇਂ ਇਹ ਤਾਂ ਇੰਨੇ ਹਾਲਾਤ ਚੇਂਜ ਹੋ ਗਏ ਜਿਵੇਂ ਤੁਸੀਂ ਆ ਗੱਲ ਦਸੀ ਨਾ ਕਿ 12 ਸਾਲ ਦਾ ਬੱਚਾ ਉਹਦੀ ਮੰਮੀ ਨੇ ਸਿਰਫ ਸਕੂਲ ਜਾਣ ਪਿੱਛੇ ਡਾਂਟਿਆ ਉਹਨੂੰ ਨਾ ਤੇ ਪਹਿਲਾਂ ਵਾਲਾ ਸਮਾਂ ਦੇਖੋ ਨਾ ਕਿ ਜਦੋਂ ਸਾਡੇ ਵਰਗੇ ਅਸੀਂ ਸਕੂਲੇ ਜਾਂਦੇ ਹੁੰਦੇ ਸੀ ਨਾ ਕੁੱਟ-ਕੁੱਟ ਕੇ ਸਕੂਲ ਛੱਡ ਕੇ ਆਉਂਦੇ ਹੁੰਦੇ ਸੀਗੇ ਉਦੋਂ ਇੱਕ ਸਬਰ ਸੀਗਾ ਹੁਣ ਤਾਂ ਲੋਕਾਂ ਦੇ ਵਿੱਚ ਬਿਲਕੁਲ ਸਬਰ ਖਤਮ ਹੀ ਹੋ ਗਿਆ ਇਹਦੇ ਕਾਰਨ ਕੀ ਹੋ ਸਕਦਾ ਮਤਲਬ ਜਿਹੜੇ ਲੋਕਾਂ ਦੇ ਵਿੱਚ ਪੇਸ਼ੈਂਸ ਬਿਲਕੁਲ ਖਤਮ ਹੋ ਜਾ ਰਿਹਾ ਉਹਨਾਂ ਨੂੰ ਰਾਹਤਾ ਕੋਈ ਹੋਰ ਦਿਸਦਾ ਹੀ ਨਹੀਂ ਸਿੱਧਾ ਜਾ ਕੇ ਇਹੀ ਰਾਸਤਾ ਚੋਂ ਹੁੰਦੇ ਕਿ ਅਸੀਂ ਆਪਣੀ ਜ਼ਿੰਦਗੀ ਖਤਮ ਕਰ ਲਈ ਮੈਂ ਜੋ ਵੇਖਿਆ ਜੋ ਮੈਂ ਬੰਦੇ ਕਰਦੇ ਨੇ ਜੇ 15 ਦਿਨ ਪਹਿਲਾਂ ਮੈਂ ਇੱਕ ਬਜ਼ੁਰਗ ਕੱਢਿਆ ਸਰਦਾਰ ਤਾਂ ਉਹ ਜਦੋਂ ਮੈਨੂੰ ਮਿਲਿਆ ਪਤਾ ਲੱਗਾ ਪਿੱਛੇ ਫੈਮਿਲੀ ਇਹ ਕਹਿਣ ਲੱਗੇ ਜੀ 60 ਕਿੱਲਾਂ ਦਾ ਮਾਲਕ ਆ ਬਜ਼ੁਰਗ ਉਹ ਕੋਠੀ ਏ ਕਾਰ ਏ ਮੈਂ ਵੀ ਜਿੰਨਾ ਕੁਸ਼ੀ ਮਰ ਕਿਉਂ ਗਿਆ ਕਹਿੰਦਾ ਬੱਚੇ ਵਾਰ ਨੇ ਇਕੱਲਾ ਸਰਦਨ ਪਿਆ ਰਹਿੰਦਾ ਸੀ ਓਕੇ ਕੁਰੇ ਦੇ ਮਨ ਚ ਕੀ ਟੈਨਸ਼ਨ ਹੈ ਡਿਪਰੈਸ਼ਨ ਨਾਲ ਹੀ ਮਰ ਗਿਆ ਕੀ ਡਿਪਰੈਸ਼ਨ ਆ ਜਾਂ ਕੀ ਕਾਰਨ ਹੋਇਆ ਕੀ ਉਹਦਾ ਕੀ ਸੋਚਦਾ ਪਿਆ ਸੀ ਸਹੀ ਗੱਲ ਹੈ ਸੋ ਮੇਰਾ ਮੰਨਣਾ ਹੈ ਆ ਕਿ ਹਾਲਾਂਕਿ ਇਨੀ ਉਮਰ ਨਹੀਂ ਹੋਈ ਪਰ ਜਿੰਨੇ ਸਾਲਾਂ ਜੋ ਵੀ ਸਿੱਖਿਆ ਅੱਜ ਕੋਠੀਆਂ ਕਾਰਾਂ ਬੰਗਲੇ ਵੱਧ ਗਏ ਨੇ ਜੀ ਪਰ ਪਿਆਰ ਵਿਸ਼ਵਾਸ ਇੱਕ ਪਤੀ ਪਤਨੀ ਦਾ ਵਿਸ਼ਵਾਸ ਪਿਓ ਪੁੱਤਰ ਦਾ ਪਿਆਰ ਵਿਸ਼ਵਾਸ ਇਹ ਚੀਜ਼ਾਂ ਖਤਮ ਹੋ ਗਈ ਇਹ ਖਤਮ ਹੋ ਗਈਆਂ ਭਾਈ ਕੱਲ ਮੈਂ ਤਰਨ ਤਰਨ ਪੰਜਾਬ ਖਡੂਰ ਸਾਹਿਬ ਗਿਆ ਅੱਛਾ ਜੀ ਗਿਆ ਮੈਨੂੰ ਉੱਥੇ ਜਾ ਕੇ ਮਾਮਲਾ ਪਤਾ ਲੱਗਿਆ ਕਿ ਪਤਨੀ ਨੇ ਆਪਣੇ ਤਿੰਨ ਦੋਸਤਾਂ ਦੇ ਨਾਲ ਲਾ ਕੇ ਆਪਣੇ ਬੰਦੇ ਨੂੰ ਪਹਿਲਾਂ ਤੇ ਕਤਲ ਕੀਤਾ ਅੱਛਾ ਜੀ ਕਤਲ ਕਰਨ ਤੋਂ ਬਾਅਦ ਨਹਿਰ ਤੇ ਲ ਜਾ ਕੇ 40 40 ਕਿਲੋ ਦੇ ਪੱਥਰ ਬੰਨੇ ਓਕੇ ਪੱਥਰ ਬਨ ਕੇ ਫਿਰ ਸ਼ਰੀਏ ਵਾਲੀ ਤਾਰ ਲਿਆ ਕੇ ਉਹਦੇ ਨਾਲ ਲਪੇਟਿਆ ਪੂਰੀ ਪਲੈਨਿੰਗ ਕਰਕੇ ਤੇ ਫਿਰ ਉਹਨੂੰ ਦਰਿਆ ਦੇ ਵਿੱਚ ਛੁਟਿਆ ਸੇਰ ਵੀ ਦਿਨ ਪਹਿਲਾਂ ਦੇਵੀਗੜ੍ਹ ਸਮਾਣੇ ਦਾ ਬੱਚਾ ਕੱਢਿਆ ਮੈਂ 30 ਸਾਲ ਦਾ 17 ਚਾਕੂਆਂ ਦੇ ਵਾਰ ਸੀ ਉਹਦੇ ਢਿੱਡ ਤੇ ਪੈਰ ਬੰਨੇ ਹੋਏ ਹੱਥ ਬੰਨੇ ਚਾਕੂਆਂ ਨਾਲ ਸਾਰਾ ਢਿੱਡ ਪਾੜਿਆ ਵੇਖੋ ਉਸ ਬੰਦੇ ਦੇ ਖਿਲਾਫ ਅਗਲੇ ਬੰਦੇ ਦੇ ਅੰਦਰ ਗੁੱਸਾ ਕਿੰਨਾ ਹੋਵੇਗਾ ਯਾ ਬੰਦੇ ਦੀ ਅੱਜ ਵੈਲਿਊ ਕਿੰਨੀ ਰਹੀ ਯਾਰ ਕਿਸੇ ਦੇ ਬੱਚੇ ਨੂੰ ਚੁੱਕ ਕੇ ਮਰਡਰ ਕਰਨਾ ਸੀ ਤੱਕਾ ਮਾਰ ਦਿੰਦੇ ਇੱਕ ਕਾ ਚੂ ਕੀ ਗੱਲ ਸਾਰੀ ਰਾਤ ਹੀ ਤੁਸੀਂ ਚਾਕੂ ਮਾਰਦੇ ਰਹੇ ਆ ਸਿਰਫ 6 ਦਿਨ ਪਹਿਲਾਂ ਕਰਨਾਲ ਚ ਕੁੜੀ ਕੱਢੀ ਹੱਥ ਪੈਰ ਬੰਨੇ ਉਹਦੀ ਹੀ ਚੁੰਨੀ ਦੇ ਨਾਲ ਉਹਦਾ ਗਲ ਮਤਲ ਨਿਰਮਮਤਾ ਅੱਜਕੱਲ ਇੰਨੀ ਹੋ ਚੁੱਕੀ ਹੈ ਨਾ ਕਿ ਬਸ ਇੱਕ লাশ ਕੱਢੀਏ ਤੇ ਦੂਜੀ ਭੁੱਲ ਜਾਂਦੀ ਇੱਕ ਨੂੰ ਕੱਢੀਏ ਮੈਂ ਭਾਜੀ ਟਰੰਕੋਂ ਚੋਂ ਵੀ ਲਾਸ਼ਾਂ ਕੱਢੀਆਂ ਅੱਛਾ ਜੀ ਮੈਂ ਪੇਟੀਆਂ ਜੋ ਕੱਢੀਆਂ ਮੈਂ ਬੋਰੀਆਂ ਜੋ ਕੱਢੀਆਂ ਮੈਂ ਟੁਕੜਿਆਂ ਚ ਕੱਢੀਆਂ ਮੈਂ ਇੱਕ ਵਾਰ ਉਹ ਸ਼ੁਰੂਆਤੀ ਦੌਰ ਤੇ ਉਦੋਂ ਸਾਨੂੰ ਨਾਰੀਅਲ ਅਸੀਂ ਨਹਿਰ ਚੋਂ ਕੱਢ ਕੇ ਖਾਂਦੇ ਹੁੰਦੇ ਸੀ ਤਾਂ ਇੱਕ ਲਫਾਫਾ ਆਇਆ ਤੇ ਅਸੀਂ ਛਾਲ ਮਾਰੀ ਤੇ ਉਹਦੇ ਵਿੱਚੋਂ ਚਾਰ ਹੱਥ ਮਿਲੇ ਦੋ ਹੱਥ ਬੰਦੇ ਦੇ ਦੋ ਜਰਾਨੀ ਦੇ ਕੱਲੇ ਹੱਥ ਹੀ ਸੀਗੇ ਸਿਰਫ ਹੱਥ ਅਗਰ ਹੱਥ ਸੀ ਤਾਂ ਮੰਨ ਕੇ ਚਲੋ ਦੂਜਾ ਸਰੀਰ ਵੀ ਸਾਰਾ ਨਰ ਦੇ ਵਿੱਚ ਹੋਏਗਾ ਇੱਕ ਮੈਂ ਅੰਬਾਲੇ ਅੰਬਾਲੇ ਦੇ ਵਿੱਚ ਮੈਂ ਕੇਸ ਕਰਕੇ ਆਇਆ ਸਾਂ ਜੈਕ ਹੁੰਦਾ ਜਿਹੜਾ ਟਰੈਕਟਰਾਂ ਵਾਲਾ ਹਾਂ ਲੋਹੇ ਦਾ ਲੋਹੇ ਦੇ ਵੱਡੇ ਵੇਖੇ ਕਿ ਪੱਥਰ ਦੇ ਨਾਲ ਬਾਡੀ ਉੱਤੇ ਆ ਨਹੀਂ ਲੇਕਿਨ ਜਿਹੜਾ ਨਿੱਗਰ ਲੋਹਾ ਹੈ ਨਾ ਉੱਤੇ ਨਹੀਂ ਆਣ ਦਿੰਦਾ ਬਾਡੀ ਸ ਜੈਕ ਵੇਲੋ ਦੇ ਲੱਕ ਨਾਲ ਦੋ ਬੰਨੇ ਹਨ ਮੇਰੀ ਲਾਈਨ ਅਪ ਦੁਨੀਆ ਦੀ ਸਭ ਤੋਂ ਦਰਦਨਾਕ ਲਾਈਨ ਅਪ ਹੈ ਔਰ ਮੈਂ ਜੋ ਵੇਖ ਰਿਹਾ ਡੇਲੀ ਦੇ ਜੋ ਕੇਸ ਕਰ ਰਿਹਾ ਮੈਂ ਨਚੋੜ ਕੱਢ ਲਿਆ ਕਿ ਅੱਜ ਘਰ ਦੇ ਵਗਰ ਪੰਜ ਮੈਂਬਰ ਨੇ ਨਾ ਜੀ ਤੇ ਕੋਈ ਪਤਾ ਨਹੀਂ ਕਿਹੜਾ ਪਹਿਲਾਂ ਕਿੰਨੂੰ ਮਾਰਦਾ ਸਹੀ ਗੱਲ ਹੈ ਬਿਲਕੁਲ ਬੰਦੇ ਨੂੰ ਜਰਾਨੀ ਫਸ ਗਈ ਹਾਂਜੀ ਜਰਾਨੀ ਮਾਰ ਦੇਣੀ ਹੈ ਜਰਾਨੀ ਨੂੰ ਬੰਦਾ ਫਸ ਗਿਆ ਉਹਨੇ ਬੰਦਾ ਮਾਰ ਦੇਣਾ ਬੱਚਿਆਂ ਨੂੰ ਮਾਪਿਓ ਫਸ ਗਏ ਮਾਪਿਓ ਨੂੰ ਬੱਚਾ ਫਸ ਗਿਆ ਜੀ ਮੈਂ ਤੇਨ ਸਾਲ ਪਹਿਲਾਂ ਕੇਸ ਕੀਤਾ ਸੀ ਇੱਕ ਬੰਦੇ ਨੇ ਆਪਣੇ ਤਿੰਨ ਬੱਚੇ ਹਾਂਜੀ 6 ਸਾਲ 4 ਸਾਲ ਔਰ 7 ਸਾਲ ਦੇ ਤਿੰਨ ਬੱਚੇ ਇੱਕ ਪਿਓ ਹਾਂਜੀ ਘਰ ਤੋਂ ਲੈ ਕੇ ਆਇਆ ਮੋਟਰਸਾਈਕਲ ਵਾਲੀ ਰੇੜੀ ਦੇ ਵਿੱਚ ਬੱਚੇ ਧਰੇ ਉੱਤੇ ਰੱਸੀ ਮਾਰੀ ਔਰ ਇੱਕ ਇੱਕ ਕਰਕੇ ਤਿੰਨੇ ਬੱਚੇ ਜੰਮਣ ਵਾਲਾ ਆਪ ਵੀ ਨਾਲ ਹੀ ਨਾ ਨਾ ਆਪ ਨਹੀਂ ਅੱਛਾ ਬੱਚਿਆਂ ਨੂੰ ਤਿੰਨੇ ਬੱਚੇ ਮਾਰਤੇ ਜਿੰਨੇ ਬੱਚੇ ਛੋਟੇ ਕੀ ਧਰੋ ਹੈ ਇਹ ਕੀ ਦਾਦੇ ਨੂੰ ਪਤਾ ਲੱਗਿਆ ਜੀ ਟੈਗ ਹੋ ਗਿਆ ਨਾਲ ਦੀ ਨਾਲ ਹੀ ਚਾਰ ਚਾਰ ਜਰਾਨੀ ਦੀ ਕਮੀ ਤੋਂ ਕਾਰ ਉਪ ਜਿਹੜਿਆ ਅਸੀਂ ਜਰਾਨੀ ਫਾ ਲੈ ਲਿਆ ਪੰਜ ਪੰਜ ਹੋ ਗਏ ਛੇ ਮਾ ਉਹ ਜੇਲ੍ਹ ਚ ਜਾ ਕੇ 1 ਮਹੀਨੇ ਚ ਕਰਦੇ 6 ਮੈਂਬਰ ਖਤਮੋ ਯਾਰ ਤੁਸੀਂ ਦੇਖ ਲੋ ਕਿ ਮਤਲਬ ਦਾਸ ਰਹਿਣ ਕਿ ਇੱਕ ਗੱਲ ਤੋਂ 6 ਲੋਕਾਂ ਦੀ ਜਾਨ ਗਈ। ਨਹਿਤ ਛਾਲ ਮਾਰ ਲਾਂਗੇ ਜਾਂ ਕੁਝ ਵੀ ਕਰ ਲਾਂਗੇ ਐਦਾਂ ਦਾ ਤੇ ਸਾਨੂੰ ਸਕੂਨ ਮਿਲ ਜਾਏ ਬਲਕਿ ਇਹ ਤਾਂ ਸਾਡੇ ਜਿਹੜੀ ਪਿੱਛੇ ਦੀ ਜਨਰੇਸ਼ਨ ਹੈ ਨਾ ਸਾਡੇ ਬੱਚੇ ਜਾਂ ਮਾਂ ਪਿਓ ਜਿਹੜੇ ਉਹ ਸਾਰੀ ਜ਼ਿੰਦਗੀ ਉਹਨਾਂ ਨੂੰ ਅਸੀਂ ਮਾਰ ਕੇ ਜਾ ਰਹੇ ਹਾਂ। ਜੀ ਤਿਲ-ਤਿਲ ਕਰਕੇ ਇੱਕ ਹੁੰਦਾ ਨਾ ਮਰ ਜਣ ਇੱਕ ਹੁੰਦਾ ਤਿਲ-ਤਿਲ ਕਰਕੇ ਪੇਸ-ਪੇਸ ਕੇ ਰਗੜ-ਰਗੜ ਕੇ ਮਰਨਾ। ਉਹਨਾਂ ਨੂੰ ਤਾਂ ਸ਼ਾਇਦ ਇਹ ਵੀ ਨਹੀਂ ਪਤਾ ਹੋਏਗਾ ਕਿ ਸਾਡੀ ਇਹੋ ਜਿਹੀ ਕਿਹੜੀ ਗਲਤੀ ਸੀਗੀ ਕਿ ਸਾਡਾ ਬੱਚਾ ਜਾਂ ਸਾਡੇ ਬਜ਼ੁਰਗ ਵੀ ਚਲੇ ਗਏ। ਇੱਕ ਤਾਂ ਨਾਰਮਲ ਹੈ ਤਾਂ ਨਾਰਮਲ ਗੱਲ ਹੈ। ਅਗਰ ਮੀਆਂ ਬੀਬੀ ਦੇ ਵਿੱਚ ਲੜਾਈ ਝਗੜਾ ਹੈ। ਮੰਨ ਲਿਆ ਹੈ। ਜੀ। ਸਭ ਦੇ ਵਿੱਚ ਹੁੰਦਾ ਹੈ ਭਾਜੀ। ਠੀਕ ਹੈ ਜੀ। ਲੇਕਿਨ ਯਾਰ 2 ਸਾਲ ਦੇ ਬੱਚੇ ਨੂੰ ਥੋੜੀ ਪਤਾ ਕਿ ਮੇਰੇ ਮੰਮੀ ਡੈਡੀ ਨੂੰ ਕੀ ਲੜਾਈ ਹੈ। ਉਹਨਾਂ ਨੂੰ ਤਾਂ ਮੇਰੇ ਹਿਸਾਬ ਨਾਲ ਭਾਜੀ ਲੜਾਈ ਸ਼ਬਦ ਦਾ ਵੀ ਨਹੀਂ ਪਤਾ। ਇਹਦੇ ਵਿੱਚ 2 ਸਾਲ ਦੇ ਬੱਚੇ ਨੂੰ ਤੁਸੀਂ ਡਬੋ ਕੇ ਮਾਰਤਾ ਯਾਰ ਮੈਂ ਕਿ ਨਾ ਸਮਾਂ। ਕਿੰਦਾ ਕਹਿਰ ਹੈ ਬਾਜੀ ਤੁਸੀਂ 10 ਰਹੋ ਨਾ ਤੁਸੀਂ ਯਕੀਨ ਕਰਿਓ 2 ਮਹੀਨਿਆਂ ਦੇ ਵਿੱਚ ਮੈਂ 30 ਤੋਂ ਜ਼ਿਆਦਾ ਲਾਸ਼ਾਂ ਕੱਢ ਦੂੰਗਾ ਵਾਹਿਗੁਰੂ ਵਾਹਿਗੁਰੂ 2 ਮਹੀਨੇ 30 ਲਾਸ਼ਾਂ ਬੱਚਿਆਂ ਦੀਆਂ ਨਹੀਂ ਬੱਚੇ ਜਰਾਨੀਆਂ ਬਜ਼ੁਰਗ ਸਾਰੇ ਮਿਲਾ ਕੇ 30 ਲਾਸ਼ਾਂ ਮਤਲਬ 1 ਦਿਨ ਦੇ ਵਿੱਚ 18 ਤੋਂ 20 ਕੇਸ ਮੇਰੇ ਕੋਲ ਰਜਿਸਟਰ ਹੁੰਦੇ ਨੇ ਕੱਲੇ ਜਿਹੜੇ ਨਹਿਰ ਦੇ ਵਿੱਚ ਛਾਲ ਮਾਰਦੇ ਹੋਣੀ ਆਪਾਂ ਬੈਠੇ ਸਾਂ ਇੰਟਰਵਿਊ ਤੋਂ 10 ਮਿੰਟ ਪਹਿਲਾਂ ਤੁਸੀਂ ਵੀ ਆਹ ਦੇਖਿਆ ਮੈਂ ਤੁਹਾਨੂੰ ਕਟੋਗੜ 15 ਤੋਂ 20 ਫੋਨ ਆ ਗਏ ਨੇ ਹਾਂ ਤੇ ਮਤਲਬ ਇਹ ਹਾਸੇ ਵਾਦੇ ਜਾ ਰਹੇ ਬੱਚੇ ਨਹੀਂ ਮੰਨਦੇ ਹੁਣ ਥੋੜੇ ਦਿਨ ਪਹਿਲਾਂ ਛੁੱਟੀਆਂ ਪਈਆਂ ਜੀ ਤਿੰਨ ਬੱਚੇ ਪਿੰਡੋਂ ਗਏ ਇੱਕ ਪੰਡਤ ਦਾ ਬੱਚਾ ਸੀ ਪੁਜਾਰੀ ਦਾ ਦੋ ਹੋਰ ਸੀ ਹਾਂਜੀ ਪੈਲੀਆਂ ਚੋਂ ਨਿਕਲ ਕੇ ਨਹਿਰ ਤੇ ਚਲੇ ਗਏ ਜੀ ਔਰ ਇੱਕ ਟਾਲੀ ਦਾ ਲੰਬਾ ਡੰਡਾ ਉਹਦੀ ਰੱਸੀ ਬਣਾ ਲਈ ਅੱਛਾ ਜੀ ਨਹਿਰੇ ਵੜ ਗਏ ਰੱਸੀ ਟੁੱਟਣੀ ਸੀ ਤਿੰਨੇ ਖਤਮ ਨਾ ਹੋਣਾ ਵਾਸਤੇ ਵੜੇ ਹੋਣਗੇ ਕਿ ਰੱਸੀ ਬੰਨ ਲਾਂਗੇ ਜਾਂ ਅਸੀਂ ਬਚ ਜਾਾਂਗੇ ਵੀ ਦਸੀ ਫੜ ਕੇ ਤੈਰ ਦੇ ਰਾਂਗੇ ਪਰ ਤੈਨੇ ਹੀ ਟੁੱਬ ਗੇ ਅਸੀਂ ਇੰਨੀ ਅਪੀਲ ਮੈਂ ਕਰ ਰਿਆਂ ਸੋਸ਼ਲ ਮੀਡੀਆ ਦੇ ਨੌਜਵਾਨਾਂ ਨੂੰ ਬੱਚਿਓ ਬਚੋ 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 ਨਹਿਰਾ ਤੋਂ ਦੂਰ ਰੋ ਤਲਾਬਾਂ ਤੋਂ ਕਿਉਂਕਿ ਮੈਂ ਮਾਂ ਪਿਓ ਰੋਂਦੇ ਵੇਖੇ ਨੇ ਮੈਂ ਮਾਵਾ ਰੋਲਦੀਆਂ ਵੇਖੀਆਂ ਬੜੀਆਂ ਅਸੀਆਂ ਲਾਸ਼ਾਂ ਨੇ ਜਿਨ੍ਹਾਂ ਨੂੰ ਕੁੱਤੇ ਕੀੜੇ ਖਾ ਗਏ ਨੇ ਔਰ ਮਾਂ ਬਾਪ ਇੱਕ ਭੈਣ ਮੈਂ ਕਹਿੰਦਾ ਤੁਸੀਂ ਹਰਾਨੋ ਜੇ ਕੋ ਲੁਧਿਆਣੇ ਤੋਂ ਇੱਕ ਲੇਡੀਜ਼ ਇੱਕ ਸਿਸਟਰ ਮੇਰੇ ਨਾਲ 7 ਸਾਲ ਤੋਂ ਜੁੜੀ ਏ ਜੀ ਔਰ 7 ਸਾਲ ਤੋਂ ਮੇਰਾ ਸਟੇਟਸ ਵੇਖ ਰਹੀ ਔਰ ਜਦੋਂ ਵੀ ਲਵਾਰਿਸ/ ਮਿਲਦੀ ਪਹਿਲਾ ਕਮੈਂਟ ਹੁੰਦਾ ਅੰਕਲ ਜੀ ਮੇਰੇ ਡੈਡੀ ਤੋਂ ਨਹੀਂ ਹੈ ਓਏ ਹੋਏ ਸੱਤ ਸਾਲ ਤੋਂ ਇੱਕ ਬੇਟੀ ਆਪਣਾ ਪਿਓ ਲੱਭ ਰਹੀ ਸੱਤ ਸਾਲ ਹੋ ਗਏ 6 ਸਾਲ ਹੋ ਗਏ ਤੇ ਦੇਖੋ ਤੁਸੀਂ ਉਹਨੂੰ ਅੱਜ ਤੱਕ ਉਹਨੂੰ ਇਹ ਸਵਾਲ ਦਾ ਜਵਾਬ ਹੀ ਨਹੀਂ ਮਿਲਿਆ ਹੋਣਾ ਕਿ ਇਹੋ ਜਿਹਾ ਕਿਉਂ ਹੋਇਆ ਮੇਰੇ ਡੈਡੀ ਕਿਉਂਕਿ ਮੈਂ ਪਹਿਲਾਂ ਦੱਸ ਚੁੱਕਿਆ ਮੇਰੀ ਲਾਈਨ ਅਪ ਦੁਨੀਆ ਦੀ ਸਭ ਤੋਂ ਦਰਦਨਾਕ ਲਾਈਨ ਹੈ ਨਹਿਰਾਂ ਦੇ ਉੱਤੇ ਜਿਹੜੇ ਕੁੱਤੇ ਨੇ ਉਹ ਪਿੰਡ ਰੋਟੀ ਖਾਂ ਨਹੀਂ ਜਾਂਦੇ ਉਹ ਕੁੱਤੇ ਮਾਸਤੇ ਤੇ ਨਿਰਭਰ ਹੋ ਗਏ ਨੇ ਪਾਜੀ 1 ਘੰਟੇ ਦੇ ਵਿੱਚ ਇੱਕ ਬਾਡੀ ਨੂੰ ਖਤਮ ਕਰ ਖਾ ਜਾਂਦੇ ਸਾਰੇ 1 ਘੰਟੇ ਵਿੱਚ ਮਾਪਿਓ ਤਰਸਦਾ ਰਹਿ ਗਿਆ লাশ ਕੁੱਤੇ ਖਾ ਗਏ ਤੁਸੀਂ ਦੱਸ ਰਹੇ ਹੋ ਨਾ ਜਿਵੇਂ ਕਿ ਤੁਹਾਡੀ ਮਤਲਬ ਹੈ ਜੋ ਤੁਸੀਂ ਕਰ ਰਹੇ ਹੋ ਸੇਵਾ ਸਭ ਤੋਂ ਦਰਦਨਾਕ ਪ੍ਰੋਫੈਸ਼ਨ ਕਹਿ ਲੋ ਜਾਂ ਜਿਵੇਂ ਵੀ ਹੈ ਨਾ ਮਤਲਬ ਤੁਸੀਂ ਦੱਸ ਰਹੇ ਹੋ ਮੇਰੇ ਲੂਕ ਅੰਡੇ ਖੜੇ ਹੋ ਰਹੇ ਨੇ ਕਿ ਸੁਣ ਕੇ ਪਰ ਤੁਸੀਂ ਤਾਂ ਡੇਲੀ ਦਾ ਪਤਾ ਹੀ ਨਹੀਂ ਕਿੰਨਿਆਂ ਗੁਲਾਸ਼ਾਂ ਡੇਲੀ ਕੱਢਦੇ ਹੋ ਜੀ ਤੁਸੀਂ ਵਿੱਚੋਂ ਜੇ ਸੇਵਾ ਛੱਡ ਦਿੱਤੀ ਸੀ ਉਹਦਾ ਕੀ ਕਾਰਨ ਸੀਗਾ ਸੇਵਾ ਪਾਜੀ ਪਰਿਵਾਰ ਬੱਚੇ ਘਰ ਦਾ ਖਰਚਾ ਮੈਂ ਛੱਡਦਾ ਫਿਰ ਮੈਂ ਕਿਹਾ ਵੀ ਮੈਂ ਨਹੀਂ ਜਾਣਾ ਉਸੇ ਦੌਰਾਨ ਸੋਨੀਪੱਤ ਦੇ ਵਿੱਚ ਦੋ ਬੱਚੇ ਡੁੱਬ ਗਏ ਓਕੇ ਮੈਂ ਫੋਨ ਬੰਦ ਕਰਤਾ ਜੀ ਸੋਨੀਪੱਤ ਤੋਂ ਇੱਕ ਮਾਂ ਮੇਰੇ ਘਰ ਪਹੁੰਚ ਗਈ ਗੱਡੀ ਲੈ ਕੇ ਹਾਂਜੀ ਮੇਰੀ ਮਾਂ ਦੇ ਉਹਨੇ ਪੈਰ ਫੜਦੇ ਆਂਦੀ ਮਾਂ ਜਿਵੇਂ ਦੀ ਤੂੰ ਮਾਂ ਐਵੇਂ ਦੀ ਮੈਂ ਵੀ ਮਾਂ ਮੈਂ ਤੇਰੇ ਪਰਗਟ ਤੋਂ ਆਪਣਾ ਜਿੰਦਾ ਲੈਣ ਨਹੀਂ ਆਈ ਮੈਂ ਤੇਰੇ ਪ੍ਰਗਟ ਤੋਂ ਆਖਰੀ ਵਾਰ ਆਪਣੇ ਬੱਚੇ ਦੀ ਲਾਸ਼ ਤੇ ਹੱਥ ਜੋੜਨਾ ਜਾਂ ਮਰਿਆ ਦੇ ਦੇ ਬਸ ਮੇਰੀ ਮਾਂ ਬਹੁਤ ਰੋਈ ਕਹਿੰਦੀ ਜਾ ਕੁੱਤਿਆ ਅੱਜ ਤੋਂ ਬਾਅਦ ਤੈਨੂੰ ਮੈਂ ਨਹੀਂ ਡੱਕਦੀ ਪਰ ਇਹੋ ਜਾਂ ਮੇਰੇ ਘਰ ਮੈਨੂੰ ਟੈਗ ਹੋ ਜਾਏਗਾ ਜੇ ਦੁਬਾਰਾ ਕੋਈ ਇਹੋ ਜੀ ਮਾਂ ਮੇਰੇ ਕੋਲ ਰੋਈ ਨਾ ਮੈਂ ਮਰ ਜਾਾਂਗੀ ਸੁਣ ਨਹੀਂ ਸਕਦੇ ਭਾਜੀ ਉਹ ਦਰਦ ਮਾਂ ਕਹਿੰਦੀ ਬਸ ਤੂੰ ਜਾ ਕੱਢ ਲਿਖਿਆ ਫਿਰ ਉਹ ਤੋਂ ਥੋੜਾ ਜਾਂ ਛੱਡਣ ਤੋਂ ਬਾਅਦ ਇੱਕ ਦੋ ਚੈਨਲ ਨੇ ਕਵਰੇਜ ਕੀਤੀ ਤਾਂ ਫਿਰ ਮੇਰਾ ਘਰ ਚੱਲਣਾ ਸ਼ੁਰੂ ਹੋ ਗਿਆ ਕਿਉਂਕਿ ਮੈਂ ਪਹਿਲਾਂ ਦੱਸ ਚੁੱਕਿਆ ਖੁਸ਼ੀ ਹੈ ਸਿੱਖ ਇਹ ਅਦੇਸ਼ ਅਦੇਸ਼ਾ ਸਾਡੇ ਬੰਦੇ ਬੈਠੇ ਨੇ ਯੂਪੀ ਦੇ ਵਿੱਚ ਡੇਰਿਆਂ ਦੇ ਵਿੱਚ ਬੈਠੇ ਨੇ ਤੇ ਬੜਾ ਮਾਣ ਮਹਿਸੂਸ ਹੁੰਦਾ ਹੈ ਬਹੁਤ ਆਪਣੇ ਸਰਦਾਰ ਨੇ ਕਿ ਜਿਹੜੇ ਕਿ ਬੜੀ ਸੇਵਾ ਭਾਵਨਾ ਜੋ ਹਮੇਸ਼ਾ ਅੱਗੇ ਰਹਿੰਦੇ ਉਹਨਾਂ ਨੂੰ ਮੌਕਾ ਚਾਹੀਦਾ ਮੈਂ ਵੀ ਇੱਕ ਐਸਾ ਹਾਂ ਮੈਨੂੰ ਲੱਗਦਾ ਕਿ ਮੈਂ ਵੀ ਪੂਰੀ ਦੁਨੀਆ ਨੂੰ ਕਿਉਂਕਿ ਮੈਂ ਜਦੋਂ ਲਾਸ਼ ਕੱਢਦਾ 100 200 400 ਬੰਦਾ ਖੜਾ ਹੁੰਦਾ ਜਦੋਂ ਮੈਂ ਆਖਰੀ ਵਾਰ ਮਿੱਟੀ ਕੱਢ ਕੇ ਫ੍ਰੀ ਆਫ ਕੋਸਟ ਦਿਨਾ ਹਾਂਜੀ ਤੇ ਉਹ ਹੱਥ ਜੋੜ ਕੇ ਕਹਿੰਦੇ ਜੀ ਸਰਦਾਰਾ ਬਾਰੇ ਸੁਣਿਆ ਥਾ ਦੇਖ ਵੀ ਲਈਆ ਇੱਕ ਤੁਸੀਂ ਮਦਦ ਕਰ ਸਕਦੇ ਤਾਂ ਫਿਰ ਲੋਕਾਂ ਨੂੰ ਲੱਗਿਆ ਤੇ ਉਸ ਤੋਂ ਬਾਅਦ ਕੁਝ ਸੰਸਥਾਵਾਂ ਆ ਕੇ ਆਈਆਂ ਹਾਂਜੀ ਜਿਹਦੇ ਵਿੱਚ ਕਮਲਪ੍ਰੀ ਤੇ ਮੁੰਡਾ ਯੂਐਸਏ ਲਬਾਣਾ ਸਿੱਖ ਪਰਿਵਾਰੇ ਸ਼ਾਹਬਦ ਬਰਾੜਾ ਦਾ ਉਹ 10300 ਰੁਪਿਆ ਮੇਰੇ ਬੱਚਿਆਂ ਦੀ ਫੀਸ ਭਰ ਰਿਹਾ ਗੁੜੀਆਂ ਦੀ ਨਿਸ਼ਕਾਮ ਸੇਵਾ ਸੁਸਾਇਟੀ ਅੰਬਾਲਾ ਉਹ ਮੇਰੇ ਘਰ ਦਾ 5 ਤੋਂ 7000 ਰੁਪਿਆ ਖਰਚਾ ਦੇ ਰਿਹਾ ਠੀਕ ਹੈ ਹਸਪੀਟਲਸ ਨੇ ਕੁਰੂ ਖੇਤਰ ਦੇ ਅੰਦਰ ਰਾਧਾ ਕਿਸ਼ਨ ਹਸਪੀਟਲ ਹੈ ਕਰਨਾਲ ਦੇ ਅੰਦਰ ਗੁਰੂ ਕ੍ਰਿਪਾ ਹਸਪੀਟਲ ਹੈ ਉਹਨਾਂ ਦੋ ਤਿੰਨ ਹਸਪੀਟਲਾਂ ਨੇ ਮੇਰਾ ਪੂਰੇ ਪਰਿਵਾਰ ਦਾ ਟ੍ਰੀਟਮੈਂਟ ਫ੍ਰੀ ਕਰਤਾ ਹੋਰ ਕੁਰਸ਼ੇਤਰ ਦੇ ਵਿੱਚ ਆਸ-ਪਾਸ ਦੇ ਵਿੱਚ ਕਈ ਐਸੇ ਪੈਣਪਰਾਂ ਨੇ ਖਾਸ ਕਰਕੇ ਅਨਮੋਲ ਕੁਵਾਤਰਾ ਵੀਰ ਦੇ ਇੰਟਰਵਿਊ ਤੋਂ ਬਾਅਦ ਜੀ ਜੀ ਆਸਟ੍ਰੇਲੀਆ ਕੈਨੇਡਾ ਅਮਰੀਕਾ ਤੋਂ ਖਾਸ ਕਰਕੇ ਪੰਜਾਬ ਔਰ ਦਿੱਲੀ ਦਿੱਲੀ ਔਰ ਪੰਜਾਬ ਦੇ ਕਈ ਲੋਕ ਬੜੇ ਲੋਕ ਜੁੜੇ ਬਾਹਰ ਬੈਠੇ ਭੈਣ ਭਰਾ ਸੇ ਜੁੜੇ ਨੇ ਜਿਨ੍ਹਾਂ ਨੇ ਮੇਰੇ ਦਰਦ ਨੂੰ ਦਰਦ ਸਮਝਿਆ ਬਿਲਕੁਲ ਔਰ ਇਹ ਕਿਹਾ ਕਿ ਪ੍ਰਗਟ ਵੀਜ਼ਾ ਸੀ ਤੇਰੇ ਨਾਲ ਅਸੀਂ ਤੇਰੇ ਪਰਿਵਾਰ ਦੇ ਨਾਲ ਹੈ ਪਰ ਪਲੀਜ਼ ਤੂੰ ਇਹ ਇਨਸਾਨੀਅਤ ਦੀ ਛੇਵਾ ਨਾ ਛੱਡੀ ਨਹੀਂ ਤੇ ਜਿਹੜੇ ਲਾਸ਼ਾਂ ਕੁੱਤੇ ਖਾ ਜਾਣਗੇ ਮਾਂ ਪਿਓ ساری ਉਮਰ ਮਰਦਾ ਮਰ ਜਗਾ ਲੇਕਿਨ ਅੱਜ ਤੋਂ ਏਡਾ ਵੱਡਾ ਜਰੀਆ ਤੇ ਹੈ ਕਿ ਆਖਰੀ ਵਾਰ ਲਾਸ਼ ਆਪਣੇ ਪਰਿਵਾਰਾਂ ਕੋ ਪਹੁੰਚ ਰਹੀ ਏ ਹੱਥੀ ਮਾਂ ਆਪਣੇ ਸਾਰਾ ਕੁਝ ਕਰ ਲੈਂਦੀ ਏ ਉਹਨੂੰ ਯਕੀਨ ਹੋ ਜਾਂਦਾ ਕਿ ਮੇਰ ਨਾਲ ਰੱਬ ਨੇ ਇਨਾ ਜ਼ੁਲਮ ਕੀਤਾ ਸੀ ਪਰ ਆਖਰੀ ਵਾਰ ਮੈਂ ਆਪਣੇ ਬੱਚੇ ਦਾ ਹੱਥ ਹੀ ਸਭ ਕੁਝ ਕਰ ਲਿਆ। ਇੱਕ ਉਹਦਾ ਮਨ ਟਿਕ ਜਾਂਦਾ। ਨਹੀਂ ਤੇ ਜਿਹੜੇ ਪਰਸਨ ਮਿਸਿੰਗ ਨੇ ਸਪੋਜ਼ ਕਰੋ ਮੇਰੇ ਪਿੰਡੋਂ ਇੱਕ ਬੰਦਾ ਗਾਇਬ ਹੈ। ਔਰ ਅੱਜ ਮੈਂ ਹੁਣੇ ਉਹ ਬੰਦੇ ਦੇ ਮੁੰਡੇ ਨੂੰ ਫੋਨ ਕਰਾਂ ਯਾਰ ਤੇਰਾ ਡੈਡੀ ਮੈਂ ਦਿੱਲੀ ਵੇਖਿਆ। ਉਹ ਮੁੰਡੇ ਨੂੰ ਭੱਜਣਾ ਪਏਗਾ। ਸਾਰੀ ਉਮਰ ਦੀ ਧੜਕਣ ਹੈ ਨਾ ਜਿਹੜੀ ਇਹ ਬੰਦੇ ਨੂੰ ਖਤਮ ਕਰ। ਪੁੱਤਰਾਂ ਦੀਆਂ ਲਾਸ਼ਾਂ ਲੱਭਦੇ ਲੱਭਦੇ ਪਿਓ ਖਤਮ ਹੋ ਗਏ। ਹੋ ਜਾਂਦੇ ਬਈ। ਘਰ ਖਤਮ ਹੋ ਗਏ। ਸੋ ਬੜੇ ਭੈਣ ਭਰਾ ਦੇ ਅਵਦੇਸ਼ਾਂ ਦੇ ਵਿੱਚੋਂ ਦਿੱਲੀ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਹਰਿਆਣੇ ਦੇ ਵਿੱਚੋਂ ਆਸਟ੍ਰੇਲੀਆ ਕੈਨੇਡਾ ਦੇ ਵਿੱਚੋਂ ਹੁਣ ਅੱਗੇ ਆਏ ਨੇ ਮਦਦ ਕਰ ਰਹੇ ਨੇ ਕੋਈ ਸੰਸਥਾਵਾਂ ਮਦਦ ਕਰ ਰਹੀਆਂ ਨੇ ਔਰ ਮਾਨ ਸਨਮਾਨ ਤੇ ਮੈਂ ਕਹਾਂ ਕਿ ਜਿੰਨਾ ਮੈਨੂੰ ਲੋਕ ਦੇ ਰਹੇ ਨੇ ਸ਼ਾਇਦ ਕੋਈ ਨਹੀਂ ਕਮਾਰਿਆ ਇੱਕ ਰੇੜੀ ਵਾਲਾ ਜਿਹੜਾ ਬੰਦਾ ਜੂਸ ਤੇ ਜਿਹੜੀ ਆ 2250 ਰੁਪਏ ਦੀ ਬਸ ਇਹੀ ਹੁੰਦਾ ਕਿ 200 300 ਵੱਧ ਤੋਂ ਵੱਧ 400 ਰੁਪਏ ਦਿਹਾੜੀ ਦਾ ਪਾਜੀ ਉਹਦੀ ਮੈਂ ਰੇੜੀ ਤੇ ਜਾ ਕੇ ਜੂਸ ਮੰਗਾ ਤੇ ਮੈਂ ਪੈਸੇ ਤੇ ਹੱਥ ਜੋੜ ਕੇ ਖੁਲਾਣ ਸਰਦਾਰ ਜੀ ਵਾਹ ਜੀ ਕਿਆ ਬਾਤ ਤੁਸੀਂ ਦੁਨੀਆ ਵਾਸਤੇ ਇੰਨਾ ਕਰਦੇ ਹੋ ਨਹੀਂ ਮਤਲਬ ਹਰ ਬੰਦਾ ਡਾਕਟਰ ਮਾਸਟਰ ਅਧਿਕਾਰੀ ਪ੍ਰੈਸਨ ਵੀ ਸਾਰਾ ਦੇਸ਼ ਜੀ ਪਿਆਰ ਕਰਦਾ ਕਿਉਂਕਿ ਮੈਂ ਮੈਂ ਪਹਿਲਾਂ ਵੀ ਕਹਿ ਚੁੱਕਾ ਸਰਦਾਰਾਂ ਸਿੱਖ ਹੈ ਪ੍ਰਾਊਡ ਬਿਲਕੁਲ ਲੇਕਿਨ ਮੈਂ ਇਨਸਾਨੀਅਤ ਨੂੰ ਔਰ ਇਨਸਾਨੀਅਤ ਦਾ ਕੋਈ ਤਰਮ ਮੈਂ ਹਿੰਦੂ ਵੀਰਾਂ ਵਾਸਤੇ ਵੀ ਖੜਿਆ ਹਾਂ ਮੈਂ ਮੁਸਲਮਾਨਾਂ ਵੀਰਾਂ ਵਾਸਤੇ ਵੀ ਖੜਿਆ ਹਾਂ ਮੈਂ ਹਰ ਮੇਰਾ ਤੁਸ ਯਕੀਨ ਕਰਿਓ লাশ ਕੱਢਣ ਤੋਂ ਬਾਅਦ ਸ਼ਾਇਦ 2 ਮਹੀਨੇ ਬਾਅਦ ਵੀ ਮੈਨੂੰ ਨਹੀਂ ਪਤਾ ਹੁੰਦਾ ਮੈਂ ਕਿਹਦਾ ਬੱਚਾ ਕੱਢ ਕੇ ਆਇਆ ਮੈਨੂੰ ਨਹੀਂ ਪਤਾ ਮੇਰੇ ਸਾਹਮਣੇ ਤੇ ਸਿਰਫ ਇੱਕ ਇਨਸਾਨੀਅਤ ਹੈ ਔਰ ਜੋ ਇਨਸਾਨੀਅਤ ਨੂੰ ਔਰ ਇਹ ਸੱਚੇ ਵੇਖੋ ਅੱਜ ਦੇ ਦੇਸ਼ ਦੇ ਵਿੱਚ ਹਾਲਾਤ ਨੇ ਜੋ ਸਿਸਟਮ ਬਣਿਆ ਮੇਰਾ ਇਹ ਮੰਨਣਾ ਹੈ ਜੋ ਦੇਸ਼ ਨੂੰ ਪਿਆਰ ਕਰਦਾ ਹੈ ਬਿਲਕੁਲ ਉਹ ਸਾਰੇ ਧਰਮ ਹਰ ਸਮਾਜ ਹਰ ਪੈਨਪਰਾਂ ਨੂੰ ਪਿਆਰ ਕਰਦੇ। ਉਹਨਾਂ ਦੇ ਲਈ ਸਾਰੇ ਇੱਕੋ ਹੀ ਨੇ। 1 ਹੋਣਾ ਚਾਹੀਦਾ। ਸਰ ਜਿੰਨੀਆਂ ਵੀ ਤੁਸੀਂ ਮੈਨੂੰ ਇਹ ਇਨਸੀਡੈਂਟ ਦੱਸੇ ਵੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਤੁਹਾਡੀ ਕਿੰਨੀ ਦਰਦਨਾਕ ਇੱਕ ਜੌਬ ਕਹਿ ਲਓ ਸੇਵਾ ਕਰ ਰਹੇ ਹੋ ਤੁਸੀਂ ਹੈਨਾ ਤੇ ਇਹ ਸਬਦ ਬਾਅਦ ਤੁਹਾਡੀ ਫੈਮਿਲੀ ਦਾ ਕੀ ਰਿਐਕਸ਼ਨ ਹੁੰਦਾ ਜਿਵੇਂ ਤੁਹਾਡੇ ਪਤਨੀ ਜੀ ਹੈ, ਬੱਚੇ ਨੇ ਉਹਨਾਂ ਦਾ ਕੀ ਰਿਐਕਸ਼ਨ ਹੈ? ਜੇ ਆਪਾਂ ਗੱਲ ਕਰੀਏ ਕਿ ਪਹਿਲਾਂ ਕੀ ਰਿਐਕਸ਼ਨ ਸੀਗਾ ਤੇ ਅੱਜ ਤੁਹਾਡਾ ਜਿਵੇਂ ਨਾਮ ਬਣ ਗਿਆ ਹੁਣ ਕੀ ਰਿਐਕਸ਼ਨ ਹੈਗਾ? ਹਾਂ ਜੀ ਵੇਖੋ ਬਾਜੀ ਬਿਲਕੁਲ ਜਿਵੇਂ ਚਾਰ ਬੱਚੇ ਸੀ ਚਲੋ ਪਹਿਲਾਂ ਸ਼ੁਰੂਆਤੀ ਤੌਰ ਤੇ ਤੇ ਕੁਵਾਰੇ ਸੀ ਤਾਂ ਕਰਦੇ ਰਹੇ ਕੋਈ ਜ਼ਿਆਦਾ ਚਿੰਤਾ ਨਹੀਂ ਸੀ ਵੀ ਨਾ ਇੰਨਾ ਕੋਈ ਹੁੰਦਾ ਸੀ ਹਨਾ ਲੇਕਿਨ ਸ਼ਾਦੀ ਹੋਈ ਬੱਚੇ ਹੋਏ ਗੁੜੀਆਂ ਹੋਈਆਂ ਤੇ ਸ਼ੁਰੂਆਤੀ ਦੌਰ ਚ ਅਗਰ ਮੈਂ ਸਿੱਧਾ ਕਹਾਂ ਵੀ ਪੰਜਾਬੀ ਚ ਤੇ 2-4 ਸਾਲ ਗਾਲਾਂ ਹੀ ਪੈਂਦੀਆਂ ਰਹੀਆਂ ਹਟ ਜਾ ਸੁਧਰ ਜਾ ਔਰ ਮੈਂ ਵੀ ਅੱਗੋਂ ਕਹਿ ਦਿੰਦਾ ਸੀ ਮਾਂ ਬਸ ਲਾਸਟ ਵਾਰ ਮਾਂ ਬਸ ਲਾਸਟ ਵਾਰ ਹੋਣ ਮਾਰ ਹੁੰਦੇ ਪੇ ਨਹੀਂ ਮਾਂ ਵਿਚਾਰੇ ਪੰਜਾਬ ਤੋਂ ਆਏ ਨੇ ਕੀ ਜਾਣਾ ਮੈਂ 2 ਮਿੰਟ ਲਾਣੇ ਨੇ ਕੱਢ ਕੇ ਭੱਜਾਉਣਾ ਹਾਂਜੀ ਮੈਂ ਇਹੋ ਜਿਹਾ ਦਰਦ ਵੇਖਿਆ ਸ਼ੁਰੂਆਤੀ ਦੌਰ ਤੇ ਜਦੋਂ ਮੇਰੀ ਵਾਈਫ ਨੇ ਚੀਜ਼ ਵੇਖੀ ਨਾ ਸ਼ਾਇਦ ਮੈਨੂੰ ਨਹੀਂ ਕਹਿਣਾ ਚਾਹੀਦਾ ਮੈਨੂੰ ਆਪਣੀਆਂ ਕੁੜੀਆਂ ਨੂੰ ਹੱਥਾਂ ਦੀ ਇਜਾਜ਼ਤ ਨਹੀਂ ਸੀ ਮੇਰੀ ਵਾਈਫ ਦਿੰਦੀ ਓਕੇ ਕਹਿੰਦੀ ਪਿਛਾਂ ਦਾ লাশ ਕੱਢ ਕੇ ਆਣ ਉੱਥੇ ਨਾ ਪਹਿਲਾਂ ਮੇਰੇ ਬੱਚਿਆਂ ਦੇ ਨੇੜੇ ਨਾ ਲੱਗ ਕੇ ਕਿਉਂਕਿ ਇਹ ਸੱਚੇ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਕਿ ਕੁਰਕ ਖੇਤਰ ਦੇ ਅੰਦਰ ਮੈਂ ਇੱਕ লাশ ਕੱਢੀ ਸੀ ਮੈਕ ਫੈਮਿਲੀ ਫੰਕਸ਼ਨ ਸੀ ਮੈਂ ਬੂਟ ਦੁੱਜੇ ਪਾਏ ਸੀ ਤੇ ਮੈਂ লাশ ਕਢਣ ਚਲਾ ਗਿਆ ਹਾਂਜੀ ਤਾਂ ਉਹ ਜਿਹੜਾ ਬੰਦਾ ਮਰਿਆ ਸੀ ਉਹਦੇ ਭਰਾ ਨੇ ਚੱਪਲ ਪਾਈ ਹੋਈ ਸੀ ਅੱਛਾ ਮੈਂ ਕਿਹਾ ਬਾਈ ਇਹ ਚੱਪਲ ਦੀ ਉਹ ਮੈਂ ਚੱਪਲ ਲਈ ਮੈਂ লাশ ਕਢੀ লাশਪੁਰ ਉਹ ਡੈਮੇਜ ਸੀ ਹਾਂਜੀ ਕੱਢ ਕੁੱਟ ਕੇ ਮੈਂ ਉਹਦਾ ਚੱਪਰ ਲਾ ਕੇ ਮੈਂ ਬੂਟ ਕਹਿੰਦਾ ਬਾਈ ਬੂਟ ਲੈਣੇ ਲੇਲਾ ਪਰ ਮੈਂ ਚੱਪਲ ਨਹੀਂ ਪਾਣੀ ਸਿਰਫ ਉਹ ਚੱਪਲ ਪਾ ਕੇ ਉਹਦੇ ਭਰਾ ਨੂੰ ਕੱਢਿਆ ਚੱਪਲ ਬੰਦੇ ਨੇ ਪਾਈ ਨਹੀਂ ਕਿ ਉਹ লাশ ਕੱਢੀ ਤੁਸੀਂ ਵੀ লাশ ਲੱਗੇ ਨੇ ਚੱਪਲ ਨੂੰ ਕਮਾਲ ਦੇ ਬੰਦੇ ਆ ਭਾਈ ਉਹ ਮੈਂ ਕਹਿਆ ਯਾਰ ਤੇਰਾ ਦੇ ਮਾਂ ਜੰਮਿਆ ਭਰਾ ਏ ਸਹੀ ਗੱਲ ਐ ਤੂੰ ਚੱਪਲ ਤੋਂ ਡਰ ਗਿਆ ਵੀ ਤੇਰੇ ਨਾਲ ਲਾਸਟ ਮਿੰਟ ਚੱਲੀ ਤੇਰੇ ਘਰ ਚੱਲੀ ਤਾਂ ਮੈਨੂੰ ਵੀ ਤਾਂ ਵੇਖ ਮੈਂ ਵੀ ਤਾਂ ਕੱਢ ਕੇ ਆਪਣੇ ਬੱਚਿਆਂ 'ਚ ਜਾਣਾ ਪਤਾ ਹੀ ਨਹੀਂ ਕਿੰਨੀਆਂ ਕੁ ਮੈਂ ਦਿਹਾੜੀ ਦੀਆਂ ਕੱਢ ਨਹੀਂ ਆਈਆਂ ਮੈਂ ਵੀ ਤਾਂ ਇਹ ਸੱਚ ਏ ਉਹ ਬੰਦਾ ਕਹਿੰਦਾ ਤੂੰ ਜੋ ਮਰਜ਼ੀ ਕਹਿ ਜਾ ਭਾਈ ਬੂਟ ਆਪਣੇ ਲੈਣੇ ਲੇਲਾ ਪਰ ਮੈਂ ਚੱਪਲ ਨਹੀਂ ਪਾਣੀ ਇੰਨਾ ਲੋਕਾਂ ਦੇ ਅੰਦਰ লাশ ਤੇ ਪ੍ਰਤੀ ਖੋਫੇ ਨਹਿਰ ਦੇ ਉੱਤੇ ਖੜਿਆ ਬੰਦਾ ਰਿਸ਼ਤੇਦਾਰ ਭੈਣ ਭਰਾ ਆ ਜਾਂਦਾ ਨਾ ਦੋ ਦੋ ਦਿਨ ਨਹਿਰ ਦੇ ਉੱਤੇ ਰਹਿੰਦਾ ਜਦੋਂ লাশ ਮਿਲਦੀ ਹੈ ਕਾਨੂੰਨ ਫੋਨ ਲਾ ਕੇ ਇੰਜਨ ਨੂੰ ਖਿਸਕ ਜਾਂਦੇ ਨੇ ਕਿਉਂਕਿ ਜਿਹੜੀ ਚੀਜ਼ ਫੜਨੀ ਪਾਜੀ ਉਹ ਹੀ ਹੱਥ ਚੜ ਜਾਣੀ ਖੋਣ ਹੱਥ ਲਾਂਦਾ ਕੋਈ ਨਹੀਂ ਲਾਏਗਾ ਭਾਜੀ ਪ੍ਰਗਟ ਨਹੀਂ ਉਹ লাশ ਖਿੱਚਣੀ ਉਹ ਲਵਾ ਦੋ ਹੱਥ ਉਹ ਖਜਾ ਦੋ ਯਾਰ ਤੁਹਾਡਾ ਹੀ ਇਹ ਚਿੰਮੜ ਚੱਲਾ ਯਾਰ ਲੋਕ ਹੱਥ ਨਹੀਂ ਲਾਂਦੇ ਇੱਥੇ ਭਾਜੀ ਤੁਹਾਨੂੰ ਮੈਂ ਰੋਕੂਗਾ ਮੈਂ ਪੁੱਛਣਾ ਚਾਹੂੰਗਾ ਭਾਜੀ ਇੰਨਾ ਜੇਰਾ ਕਿੱਥੋਂ ਆਉਂਦਾ ਤੁਹਾਡੇ ਵਿੱਚ ਵੀ ਉਹਨਾਂ ਦੇ ਘਰ ਦੇ ਹੀ ਮਤਲਬ লাশ ਨੂੰ ਲੈ ਕੇ ਜਾਣਾ ਤਾਂ ਦੂਰ ਜਿਵੇਂ ਤੁਸੀਂ ਦੱਸਿਆ ਚੱਪਲ ਦਿੱਤੀ ਚੱਪਲ ਲੱਗੀ ਚੱਪਲ ਨਹੀਂ ਵਾਪਸ ਭਾਈ ਪਰ 퍼ਗੜ ਸਿੰਘ ਦਾ ਉਹਨਾਂ ਨੂੰ ਕੱਢ ਕੇ ਬਾਹਰ ਰੱਖ ਰਿਹਾ ਮਤਲਬ ਇਹਨਾਂ ਜੇਰਾ ਕਿੱਥੋਂ ਆਉਂਦਾ ਭਾਜੀ ਤੁਹਾਡੇ ਜੇਰਾ ਛੋਟਾ ਏ ਲੇਕਿਨ ਪਰਿਵਾਰ ਦਾ ਦਰਦ ਵੱਡਾ ਇੱਕ ਮਾਂ ਜਿਹਦਾ ਬੱਚਾ ਡੁੱਬ ਚੇ ਉਹ ਨਹਿਰ ਕਿਨਾਰੇ ਬੈਠੀ ਜਿੰਦਾ ਨਹੀਂ ਮਰੇ ਦੀ ਆਸ 'ਚ ਬੈਠੀ ਕਿ ਆਖਰੀ ਵਾਰ ਮੇਰਾ ਬੱਚਾ ਮਿਲੇਗਾ ਕਣੀ ਫਿਰ ਉਹ ਮਾਂ ਦੇ ਦਰਦ ਦੇ ਅੱਗੇ ਮੇਰੇ ਜੇਰੇ ਦੀ ਕੋਈ ਵੈਲਿਊ ਨਹੀਂ ਸੋਏ ਬੜੀਆਂ ਚੀਜ਼ਾਂ ਨੇ ਬੜਾ ਕੁਝ ਵੇਖਿਆ ਸੁਣਿਆ ਤਾਂ ਫਿਰ ਸ਼ੁਰੂਆਤੀ ਦੌਰ ਤੇ ਫੈਮਿਲੀ ਕਲੇਸ਼ ਵੀ ਰਿਆ ਮੈਂ ਕਰੋਬਾਰ ਮੈਂ ਭੁੱਖਾ ਵੀ ਸੌਂਦਾ ਰਿਆ ਅੱਛਾ ਜੀ ਕਹਿੰਦੀ ਸੀ ਨਾ ਤੂੰ ਪਤਾ ਨਹੀਂ ਕਿਹਦੀ ਲਾਸ਼ ਕੱਢ ਗਏ ਆ ਲੇਕਿਨ ਉਸ ਕਹਾਵਤ ਹੈ ਨਾ ਕਰਮ ਕਰੋ ਫਲ ਦੀ ਇੱਛਾ ਮਤ ਕਰੋ ਜੀ ਮਿਹਨਤ ਕਰਦੇ ਰਹੋ ਪ੍ਰਮਾਤਮਾ ਸੁਣਦਾ ਹੈ ਇੱਕ ਦਿਨ ਮਹਾਰਾਜ ਜਰੂਰ ਸੁਨੇਗਾ ਫਿਰ ਮੈਂ ਜੋ 24 ਸਾਲ ਦਾ ਸੰਘਰਸ਼ ਮੇਰਾ ਜਦੋਂ ਸਮਾਜ ਦੇ ਵਿੱਚ ਨਿੱਖਰ ਕੇ ਆਇਆ ਹਾਂਜੀ ਮੈਨੂੰ ਅਵਾਰਡਸ ਮਿਲਨੇ ਸ਼ੁਰੂ ਹੋਏ ਸਨਮਾਨ ਮਿਲਨੇ ਸ਼ੁਰੂ ਹੋਏ ਮੈਂ ਫਿਰ ਜਿਹੜੀ ਵਾਈਫ ਜਿਹੜੇ ਵਾਈਫ ਬੱਚਿਆਂ ਦੇ ਨੇੜੇ ਨਹੀਂ ਸੀ ਲੱਗਣ ਦਿੰਦੀ লাশ ਕੱਢਣ ਤੋਂ ਬਾਅਦ ਮੈਂ ਮੈਕਸਿਮਮ ਕੋਸ਼ਿਸ਼ ਇਹੋ ਕੀਤੀ ਕਿ ਹਰ ਫੰਕਸ਼ਨ 'ਚ ਆਪਣੀ ਵਾਈਫ ਨੂੰ ਲੈ ਜਾਣਾ ਸ਼ੁਰੂ ਕਰਤਾ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਪਰਦੇਸ 'ਚ ਕਾਰ ਕੀ ਰਿਹਾ ਹਾਂ ਤਾਂ ਮੈਂ ਕਿਹਾ ਨਾ ਮੇਰੀ ਗੁੜੀਆ ਮੇਲੇ 'ਚ ਗਵਾਚ ਗਈ ਕੁਰਕਸ਼ੇਤਰ ਅੱਛਾ ਜੀ ਗਵਾਚ ਗਈ ਤਾਂ ਕਿਸੇ ਨੇ ਪੁੱਛਿਆ ਉਹਨੇ ਪਤਾ ਕੀ ਗਿਆ ਗੋਤਾਖੁਰ ਪ੍ਰਗਟ ਦੀ ਕੁੜੀ ਆ ਅੱਛਾ ਜੀ ਉਹਨੇ ਜਾ ਕੇ ਇਹ ਕਿਹਾ ਕਿ ਨੰਬਰ ਕੱਢਿਆ ਉਹਨੇ 2 ਮਿੰਟ ਕਰ ਭਾ ਤੁਹਾਡੀ ਕੁੜੀ ਆ ਇੱਥੇ ਬੈਠੀ ਅੱਛਾ ਜੀ ਜਦੋਂ ਗਵਾਹ ਦੀ ਪਛਾਣ ਬਣ ਗਈ ਉਹ ਜਿੱਥੇ ਆਪਾਂ ਕਹਿ ਦਿੰਦੇ ਨੇ ਕਿ ਜੇ ਕੋਈ ਬੱਚਾ ਗੁੰਮ ਗਿਆ ਤਾਂ ਇੱਥੇ ਆ ਜਾਓ ਇੱਥੇ ਆ ਜਾਓ ਲੇਕਿਨ ਉਹਨੇ ਕਹਿਤਾ ਮੈਂ ਪ੍ਰਗਟ ਦੀ ਗੋਤਾਖੁਰ ਵਾਹ ਜੀ ਵਾਹ ਕਾ ਬਾਤ ਤੇ ਇਹ ਅਵਾਰਡ ਰਹੇ ਨੇ ਸਨਮਾਨ ਰਹੇ ਨੇ ਪਛਾਣ ਦੇ ਫਿਰ ਕੁਝ ਲੋਕ ਅੱਗੇ ਆਣਾ ਸ਼ੁਰੂ ਹੋਏ ਲੋਕਾਂ ਨੂੰ ਲੱਗਿਆ ਯਾਰ ਹੋਰ ਇਹਦਾ ਅੰਤ ਕੀ ਲੈਣਾ ਯਾਰ ਸਰਕਾਰ ਦੀ ਕੋਈ ਮਦਦ ਨਹੀਂ ਹੈ ਮੈਂ ਇਸ ਗੱਲ ਤੇ ਆਉਂਗਾ ਪੰਜਾਬ ਸਰਕਾਰ ਅਣੀ ਸੀ ਤੁਸੀਂ ਯਕੀਨ ਕਰਿਓ ਭਾਜੀ ਜਿਹੜਾ ਸਿਲੰਡਰ ਕਿੱਟੇ ਹਾਂਜੀ ਸਿਲੰਡਰ ਕਿੱਟੇ ਕਿਆ ਸੀ ਚੀਜ਼ ਜਿਹਨੂੰ ਲਾ ਕੇ ਮੈਂ ਨਾ ਵਿਆਹ ਤੇ ਜਾਣਾ ਨਾ ਕਿਤੇ ਨਾ ਕਿਤੇ ਪਾਰਟੀ ਚ ਜਾਣਾ ਨਾ ਤੁਹਾਡੇ ਵਰਗੇ ਭਰਾਵਾਂ ਨੂੰ ਕੋਈ ਇੰਟਰਵਿਊ ਤੇ ਵੀ ਲਾ ਕੇ ਨਹੀਂ ਆਣਾ ਉਹ ਸਿਲੰਡਰ ਕਿੱਟ ਜ਼ਿੰਦਗੀ ਚ ਉਹਦੋਂ ਇਸਤੇਮਾਲ ਹੁੰਦੀ ਜਦੋਂ ਕਿਸੇ ਗਰੀਬ ਜਾਂ ਅਮੀਰ ਦਾ ਧੀ ਪੁੱਤਰ ਬੱਚਾ ਨਹਿਰ ਚ ਡੁੱਬ ਜੇ ਬਿਲਕੁਲ ਜੀ ਬਿਲਕੁਲ ਉਹ ਕਿੱਟਾਂ ਵੀ ਪ੍ਰਸ਼ਾਸਨ ਨੇ ਦਿੱਤੀਆਂ ਉਹ ਵੀ ਲੋਕਾਂ ਨੇ ਦਾਨ ਕੀਤੀਆਂ ਇਥੇ ਭਾਜੀ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹਾਂਗਾ ਤੁਸੀਂ ਪ੍ਰਸ਼ਾਸਨ ਦੀ ਗੱਲ ਕੀਤੀ ਹੈ ਕਿ ਜਿਵੇਂ ਦਾ ਤੁਸੀਂ ਕੰਮ ਕਰ ਰਹੇ ਹੋ ਉਹ ਸੁਣ ਕੇ ਬਲਕਿ ਸਾਨੂੰ ਮਾਣ ਮਹਿਸੂਸ ਹੁੰਦਾ ਹੈ ਇੱਕ ਪੰਜਾਬੀ ਹੋਣ ਦੇ ਨਾਤੇ ਕਿ ਸਾਡਾ ਭਰਾ ਇੱਕ ਦੁਨੀਆ ਤੋਂ ਬੜੀ ਵੱਖਰੀ ਸੇਵਾ ਨਿਭਾ ਰਿਹਾ ਹੈ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਨਾ ਕਿ ਲੋਕ ਜਿਉਂਦਿਆਂ ਨੂੰ ਪਾਣੀ ਨਹੀਂ ਪੁੱਛਦੇ ਤੁਸੀਂ ਤਾਂ ਮਰਿਆਂ ਹੋਿਆਂ ਨੂੰ ਲਵਾਰਿਸ ਪਤਾ ਨਹੀਂ ਕਿੰਨਿਆਂ ਕੋ ਜਿਨ੍ਹਾਂ ਦਾ ਪਤਾ ਹੀ ਨਹੀਂ ਕਿ ਅੱਗੇ ਪਿੱਛੇ ਕੌਣ ਹੈਗਾ ਉਹਨਾਂ ਲਾਸ਼ਾਂ ਨੂੰ ਕੱਢ ਕੇ ਤੁਸੀਂ ਉਹਨਾਂ ਨੂੰ ਇੱਕ ਆਖਰੀ ਢੋਈ ਦਿੱਤੀ ਜਿਵੇਂ ਕਹਿੰਦੇ ਨੇ ਨਾ ਆਖਰੀ ਅਗਨੀ ਦਿੱਤੀ ਹੈਨਾ ਤੇ ਤੁਹਾਨੂੰ ਕਦੇ ਸਰਕਾਰ ਵੱਲੋਂ ਕੋਈ ਮਦਦ ਮਿਲੀ ਕੋਈ ਨੌਕਰੀ ਦੀ ਜਾਂ ਕਿਸੇ ਚੀਜ਼ ਦੀ ਆ ਤਾਂ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕੋਈ ਮਦਦ ਨਹੀਂ ਹੈ ਔਨ ਰਿਕਾਰਡ ਓਕੇ 10 12 ਸਾਲ ਪਹਿਲਾਂ ਇਹਨਾਂ ਨੇ ਨੌਕਰੀ ਦਿੱਤੀ ਸੀ ਖੁਰੇਸ਼ੇਤਰ ਦੇ ਅੰਦਰ ਇੱਕ ਮੇਲਾ ਲੱਗਦਾ ਕੀਤਾ ਜੰਤੀ ਸਰਕਾਰੀ ਨੌਕਰੀ ਦਿੱਤੀ ਹਾਂ ਓਕੇ ਮੈਨੂੰ ਲੱਗਦਾ ਉਹ ਡੀਸੀ ਰੇਟ ਵਾਲੀ ਸੀ ਠੀਕ ਹੈ ਤਾਂ ਇੱਕ ਦੋ ਡੰਗਰ ਸੀ ਮੈਂ ਵੇਚਤੇ ਲੋਕਾਂ ਨੂੰ ਲੱਗਿਆ ਚੱਲ ਵੀ ਵਿਚਾਰੇ ਦੀ ਸੁਣੀ ਗਈ ਯਾਰ ਬੱਚੇ ਨੇ ਨੌਕਰੀ ਲੱਗ ਗਈ ਬਿਲਕੁਲ ਜੀ ਲੇਕਿਨ ਤਿੰਨ ਮਹੀਨਿਆਂ ਬਾਅਦ ਜਦੋਂ ਮੇਲਾ ਖਤਮ ਹੋਇਆ ਤੇ ਅਧਿਕਾਰੀ ਆਣ ਕੇ ਕਹਿੰਦਾ ਬਸ ਜੀ ਆਪ ਕੀ ਤੋਂ ਤਿੰਨ ਮਹੀਨੇ ਕੀ ਥੀ ਮਤਲਬ ਪਹਿਲਾਂ ਨੌਕਰੀ ਦੇ ਤੀ ਤਿੰਨ ਮਹੀਨਾ ਬਾਅਦ ਆ ਕੇ ਕਹਿੰਦੇ ਵੀ ਤੁਹਾਡੀ ਨੌਕਰੀ ਖਤਮ ਉਸ ਤੋਂ ਬਾਅਦ ਤੇ ਫਿਰ ਮੈਂ ਮਨ ਸੋਚ ਲਿਆ ਵੀ ਅਜ ਤੋਂ ਬਾਅਦ ਮੇਰੇ ਘਰ ਸੀਐਮ ਵੀ ਆਣ ਕੇ ਨੌਕਰੀ ਦੇ ਮੈਂ ਹੁਣ ਇਹਨਾਂ ਦੀ ਗੁਲਾਮੀ ਨਹੀਂ ਕਰਨੀ ਤੁਸੀਂ ਦੇਖ ਲਓ ਵੀ ਕਿ ਦਾ ਦੇ ਲੋਕ ਨੇ ਇਹੋ ਜਿਹਾ ਕਿਵੇਂ ਦਾ ਆਪਣਾ ਪ੍ਰਸ਼ਾਸਨ ਹੈ ਕਿ ਇੱਕ ਬੰਦਾ ਵੀ ਆਪਣੀ ਜਾਨ ਖਤਰੇ ਦੇ ਵਿੱਚ ਪਾ ਕੇ ਨਹਿਰ ਦੇ ਵਿੱਚੋਂ ਲਵਾਰਿਸ ਵਾਰਿਸ਼ ਲਾਸ਼ਾਂ ਨੂੰ ਕੱਢ ਕੇ ਉਹਨਾਂ ਨੂੰ ਇੱਕ ਆਖਰੀ ਟੋਈ ਦਿੰਦਾ ਤੇ ਪ੍ਰਸ਼ਾਸਨ ਨੇ ਉਹਦੀ ਮਦਦ ਤਾਂ ਕੀ ਕਰਨੀ ਸੀ ਬਲਕਿ ਉਲਟਾ ਨੌਕਰੀ ਦੇ ਕੇ ਮਜ਼ਾਕ ਕੀਤਾ ਤਿੰਨ ਮਹੀਨਾ ਬਾਅਦ ਵਾਪਸ ਲੈ ਕੇ ਮਜ਼ਾ ਬਿਲਕੁਲ ਆਪਾਂ ਕਿਹੋ ਜਿਹਾ ਮਜ਼ਾਕ ਕੀਤਾ ਫਿਰ ਫਿਰ ਮੈਂ ਵੀ ਉਸ ਤੋਂ ਬਾਅਦ ਉਸ ਨੌਕਰੀ ਤੋਂ ਬਾਅਦ ਬਾਅਦ 8000 ਲਾਸ਼ਾਂ ਕੱਢਤੀ ਉਸ ਤੋਂ ਬਾਅਦ ਹਾਂ ਫਿਰ ਮੈਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਦੱਸਿਆ ਕਿ ਮੈਂ ਸਪਾਰਸ਼ੀ ਨਹੀਂ ਸਾਂ ਜੀ ਬਿਲਕੁਲ ਮੇਰੇ ਕੋਲ ਗੁਣ ਹੈ ਬਿਲਕੁਲ ਪਰਮਾਤਮਾ ਦਾ ਦਿੱਤਾ ਹੋਇਆ ਗੁਣ ਹੈ ਜਿਹਦੇ ਨਾਲ ਮੈਂ ਇਨਸਾਨੀਅਤ ਨੂੰ ਜਿੰਦਾ ਰੱਖਿਆ ਤੇ ਜਦੋਂ ਤੱਕ ਪਰਮਾਤਮਾ ਚਾਹੇਗਾ ਰੱਖਾ ਜਿਵੇਂ ਤੁਸੀਂ ਦੱਸ ਰਹੇ ਸੀਗੇ ਕਿ ਜਦੋਂ লাশ ਨੂੰ ਕੱਢਦੇ ਹੋ ਨਾ ਤਾਂ ਕੋਈ ਨਹੀਂ ਆਉਂਦਾ ਕਿਵੇਂ ਵੀ ਕੱਪੜੇ ਨਹੀਂ ਹੁੰਦੇ ਉਹਨਾਂ ਦੇ ਉੱਤੇ ਉਵੇਂ ਹੀ ਹੁੰਦੀਆਂ ਤੇ ਫਿਰ ਉਹਨਾਂ ਨੂੰ ਤੁਸੀਂ ਆਪਣੀਆਂ ਪੱਗਾਂ ਦੇ ਨਾਲ ਟੱਕਦੇ ਹੋ ਨਾ ਹੁਣ ਤੱਕ ਜਿਵੇਂ ਤੁਸੀਂ ਦੱਸਿਆ ਕਿ ਪਤਾ ਹੀ ਨਹੀਂ ਕਿੰਨੀਆਂ ਗੁਲਾਸ਼ਾਂ ਕਰ ਚੁੱਕੇ ਤੇ ਫਿਰ ਇੰਨੀਆਂ ਪੱਗਾਂ ਕਿੱਥੋਂ ਆਉਂਦੀਆਂ ਮੈਂ ਲੇਡੀਜ਼ ਲਾਖਸ਼ਾ ਹੁੰਦੀਆਂ ਨਾ ਜਿਹੜੀਆਂ ਪੈਣ ਜਾਂ ਬਜ਼ੁਰਗ ਮਾਤਾ ਹਾਂਜੀ ਲੇਡੀਜ਼ ਲਾਖਸ਼ਾਂ ਦੇ ਸਰੀਰ ਨੂੰ ਉਹਨਾਂ ਦੀ ਇੱਜ਼ਤ ਨੂੰ ਢੱਕਣ ਦਾ ਕੰਮ ਕਰਦਾ ਔਰ ਬੜੀ ਖੁਸ਼ੀ ਹੁੰਦੀ ਹੈ ਜਦੋਂ ਕਮੈਂਟ ਆਉਂਦੇ ਨੇ ਖਾਸ ਕਰਕੇ Hindu ਭਰਾਵਾਂ ਦੇ ਵੀ ਇੱਥੇ ਤੇ ਜਿੰਦਿਆਂ ਦੀਆਂ ਇੱਜ਼ਤਾਂ ਲੁੱਟਣ ਵਾਲੇ ਨੇ ਬਿਲਕੁਲ ਜੀ ਪਰਾ ਸਰਦਾਰ ਕਿਵੇਂ ਦਾ ਯਾਰੇ ਮਰੀਆਂ ਦੀ ਵੀ ਇੱਜ਼ਤ ਨੂੰ ਸਿੱਜਾ ਸਮਝਦਾ ਇੱਜ਼ਤ ਧੱਕ ਰਿਹਾ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਲੇਡੀ ਸੇ ਲਾਸ਼ੇ ਪਾਵੇਂ ਪਰ ਪਿਓ ਵਾਸਤੇ ਤੇ ਧੀ ਹੈ ਨਾ ਪਿਓ ਰੋਂਦਾ ਹੋਇਆ ਆਪਣੀ ਨੰਗੀ ਧੀ ਦੀ ਧੀ ਨੂੰ ਨਹੀਂ ਦੇਖ ਸਕਦਾ ਕੋਈ ਨਹੀਂ ਦੇਖ ਸਕਦਾ ਉਹ ਫਿਰ ਮੈਂ ਟੱਕਣਾ ਟੱਕਦਾ ਔਰ ਮੈਂ ਪਿੱਛੇ ਜੀ ਮੇਰਾ ਇੱਕ ਵੀਡੀਓ ਵਾਇਰਲ ਹੋਇਆ ਸੀ ਰੁਦਰ ਪ੍ਰਯਾਗ ਜੀ ਉਥੋਂ ਦੋ ਹਿੰਦੂ ਭਰਾ ਮੇਰੇ ਘਰ ਆਏ ਸੀ 121 ਪੱਗਾਂ ਲੈ ਕੇ ਵਾਹ ਜੀ ਵਾਹ ਕੀ ਬਾਤ ਹੈ ਔਰ ਉਹਨਾਂ ਨੇ ਮੈਂ ਜੋ ਪਰਨਾ ਬੰਨਿਆ ਸੀ ਉਹ ਲਾਇਆ ਆਪਣੇ ਹੱਥਾਂ ਨਾਲ ਪੱਗ ਬੰਨੀ ਹੈ ਪੱਗ ਬੰਨੀ ਕਿੱਡਾ ਸੋਹਣਾ ਮੈਂ ਮਤਲਬ ਕਿ ਸੋਚ ਕੇ ਨਾ ਮੇਰੇ ਖੁਸ਼ੀ ਨਾਲ ਕਹਿ ਲੋ ਜਾਂ ਮਾਨ ਨਾਲ ਕਹਿ ਲੋ ਨਾ ਰੌਂਗ ਤੇ ਖੜੇ ਹੋ ਰਹੇ ਨੇ ਸਰਦਾਰ ਜੀ ਅਸੀਂ ਸਿਰਫ ਇਹ ਤਾਂ ਕੀਤਾ ਵੀ ਤੁਸੀਂ ਇਨਸਾਨੀਅਤ ਦੇ ਬੁੱਤਲੇ ਹੋ ਕਹਿੰਦਾ ਕੋਈ 120 ਜਰਾਨੀਆਂ ਸਰਦਾਰਾਂ ਦੀਆਂ ਥੋੜੀਆਂ ਜਣ ਜਿਹੜੀਆਂ ਟੱਕੀਆਂ ਨਹੀਂ ਜੀ ਤੁਸੀਂ ਵੇਖਿਆ ਹੀ ਨਹੀਂ ਕੌਣ ਹੈ ਕੌਣ ਇਹਨੂੰ ਪਤਾ ਹੀ ਨਹੀਂ ਕੌਣ ਕਹਿੰਦਾ ਇਨਸਾਨੀਅਤ ਨੂੰ ਜਿਹੜਾ ਪਿਆਰ ਕਰਦਾ ਜਿਵੇਂ ਪਹਿਲੋਂ kia ਤੇ ਇਹ ਚੀਜ਼ਾਂ ਬੜੀਆਂ ਇਹੋ ਜਿਹੀ ਚੀਜ਼ਾਂ ਪੈਣ ਪ੍ਰਾ ਮਾਨ ਸਨਮਾਨ ਦੇਸ਼ ਵਿਦੇਸ਼ ਮੈਂ ਕਿਹਾ ਜਿਵੇਂ ਅਮੋਲਵੀਰ ਦੇ ਇੰਟਰਵਿਊਸ ਤੋਂ ਬਾਹਰ ਜੀ ਲੋਕ ਹੋਣ ਅੱਗੇ ਆਣਾ ਸ਼ੁਰੂ ਹੋਏ ਨੇ ਇਹਨੂੰ ਆਪਾਂ ਇਹ ਵੀ ਕਹਿ ਸਕਦੇ ਆ ਨਾ ਜਿਵੇਂ ਤੁਹਾਨੂੰ ਕਿ 20 25 ਸਾਲ ਹੋ ਗਏ ਹਨ ਇਸ ਫੀਲਡ ਦੇ ਵਿੱਚ ਆਏ ਨੂੰ ਆਪਾਂ ਇਹ ਵੀ ਕਹਿ ਸਕਦੇ ਆ ਕਿ ਪ੍ਰਮਾਤਮਾ ਨੇ ਤੁਹਾਡਾ ਸਬਰ ਪਰਖਿਆ ਹੈ ਕਿ ਪ੍ਰਗਟ ਸਿੰਘ ਡੋਲਦਾ ਤਾਂ ਨਹੀਂ ਜਾਂ ਪ੍ਰਗਟ ਸਿੰਘ ਦੇ ਵਿੱਚ ਕੋਈ ਉਹ ਮੈਂ ਹਾਂ ਵਾਲੀ ਚੇਤਨਾ ਨਹੀਂ ਆਉਂਦੀ ਪਰ ਜਦੋਂ ਵਾਹਿਗੁਰੂ ਨੇ ਪਰਖ ਲਿਆ ਹੁਣ ਫਿਰ ਪ੍ਰਮਾਤਮਾ ਨੇ ਤੁਹਾਨੂੰ ਥਾਪ ਪੜਾ ਦਿੱਤਾ ਕਿ ਪ੍ਰਗਟ ਸੋ ਇਹ ਹੀ ਤੇਰੀ ਹੁਣੇ ਜ਼ਿੰਦਗੀ ਇਹ ਹੀ ਤੈਨੂੰ ਮਿਲਦਾ ਹੈ ਸੰਘਰਸ਼ ਮੈਂ ਇੰਨਾ ਕੀਤਾ ਕਿ ਇੱਕ ਲਾਸ਼ ਦੇ ਉੱਤੇ ਮੈਂ 5-5 ਘੰਟੇ ਬੈਠਾ ਵੀ ਰਿਆ ਸਿਰਫ ਐਂਬੂਲੈਂਸ ਦਾ ਵੇਟ ਕਰਨਾ ਜੇ ਸ਼ਾਮ 4 ਵਜੇ ਦੀ ਲਾਸ਼ ਪੜੀ ਨਾ 10 ਵਜ ਜਾਂਦੇ ਸਨ ਅੱਛਾ ਜੀ ਪੁਲਿਸ ਦੇ ਆਣਾ ਹੈ ਪਰਿਵਾਰ ਨੇ ਆਣਾ ਫਿਰ 10 ਵਜੇ ਨੂੰ ਕੱਢਣਾ ਤੇ ਤੁਸੀਂ ਉੱਥੇ ਹੀ ਬੈਠੇ ਰਹੇ ਨਾ ਜਦ ਤੱਕ ਕੋਈ ਨਹੀਂ ਆਉਂਦਾ ਉੱਥੇ ਬੈਠੇ ਰਹਿਣਾ ਔਰ ਮੈਂ ਕਹਿੰਨਾ ਮੈਂ ਉਸ ਲਾਸ਼ ਦੇ ਉੱਤੇ 5 ਘੰਟੇ ਬੈਠਾ ਜਿਸ ਦੇ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਨਾ ਮੇਰਾ ਭਰਾ ਏ ਨਾ ਪਿਓ ਏ ਨਾ ਭਰਾ ਏ ਨਾ ਸਿਰਫ ਉਹ ਇੱਕ ਇਨਸਾਨੀ ਲਾਸ਼ ਏ ਔਰ ਮੈਂ ਇੱਕ ਇਨਸਾਨ ਹਾਂ ਬਿਲਕੁਲ ਇਨਸਾਨੀਅਤ ਨੂੰ ਬਣਵਾਉਣਾ ਜ਼ਰੂਰੀ ਹੈ ਮੈਂ ਸ਼ੁਰੂਆਤੀ ਦੌਰ ਚੱਲੋ ਅਜ ਤੱਕ ਮੁਕਾਮ ਬਣ ਗਿਆ ਹਾਂ ਜੀ ਸ਼ੁਰੂਆਤੀ 1-2 ਸਾਲ ਮੈਂ ਇੱਕ ਲਾਸ਼ ਕੱਢ ਕੇ ਦਿੱਤੀ ਪੁਲਿਸ ਲਾਸ਼ ਲੈ ਗਈ ਪਰਿਵਾਰ ਚਲਾ ਗਿਆ ਮੈਂ 3-3 ਕਿਲੋਮੀਟਰ ਪੈਦਲ ਚੱਲ ਕੇ ਘਰ ਵੀ ਜਾਣਾ ਪਿਆ ਮੈਨੂੰ ਮਤਲਬ ਤੁਹਾਨੂੰ ਉੱਥੇ ਛੱਡ ਕੇ ਉੱਥੇ ਛੱਡ ਕੇ ਕਿੰਨੇ ਲੋਕ ਐ ਜੀ ਦੇਖ ਲੋ ਮੈਨੂੰ ਪੈਦਲ ਵੀ ਜਾਣਾ ਪਿਆ ਲੇਕਿਨ ਅੱਜ ਮਾਲਕ ਨੇ ਇੰਨੀ ਜਿੱਤ ਬਣਾਈ ਏ ਕਿ ਕੈਸਾ ਚੋ ਇੱਕ ਡੀਐਸਪੀ ਫੋਨ ਕਰਕੇ ਚੱਲਦਾ ਕਿ ਪ੍ਰਗਟ ਭਾਈ ਜੀ ਕਹਾਂ ਹਨ ਔਰ ਕੀ ਕਰਨਾ ਮੈਂ ਤੁਹਾਨੂੰ ਦੱਸਿਆ ਨਾ ਕਿ ਪਰਮਾਤਮਾ ਨੇ ਤੁਹਾਨੂੰ ਇੱਕ ਸਮਾਂ ਤੁਹਾਡਾ ਟੈਸਟ ਲਿਆ ਹੈ ਕੀ ਵੀ 20-25 ਸਾਲ ਤੱਕ ਤੁਹਾਨੂੰ ਪਰਖਿਆ ਭਾਜੀ ਲੋਕ ਅੱਜ ਕੱਲ ਨਾ ਜਿਵੇਂ ਸਬਰ ਦੀ ਗੱਲ ਆਪਾਂ ਕਰ ਰਿਹਾ ਕਿ ਸਬਰ ਹੀ ਨੇ ਅਗੇ ਤਾਂ ਹੀ ਚੀਜ਼ਾਂ ਹੋ ਰਹੀਆਂ ਲੋਕ 10 ਮਿੰਟਾਂ ਬਾਅਦ ਬਦਲ ਜਾਂਦੇ ਨੇ ਪਰ ਤੁਸੀਂ ਬਿਨਾ ਕਿਸੇ ਤੋਂ ਸੇਵਾ ਲਏ ਬਿਲਕੁਲ ਬਿਨਾ ਕਿਸੇ ਅੱਗੇ ਹੱਥ ਜੋੜੇ ਔਰ ਤੁਸੀਂ ਆਪਣੇ ਘਰੋਂ ਚੀਜ਼ਾਂ ਲਾ ਕੇ 25 ਸਾਲ ਤੱਕ ਸੇਵਾ ਨਿਭਾਈ ਭਾਜੀ ਕੋਈ ਪਹਿਨ ਕੋਈ ਮੈਂ ਕਹਿੰਦਾ ਭਾਜੀ ਤੁਹਾਡੇ ਲਈ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਮੈਂ ਤੁਹਾਡਾ ਕਿਵੇਂ ਤੁਹਾਨੂੰ ਸਲੂਟ ਕਰਾਂ ਕਿ ਮੈਂ ਸਲਾਮ ਕਰਾਂ ਕਿ ਤੁਹਾਡਾ ਤੁਸੀਂ ਅੱਜ ਇਹ ਚੀਜ਼ ਕਰ ਰਹੇ ਹੋ ਜੀ ਇਹ ਮੇਰੇ ਸਾਹਮਣੇ ਲਈ ਸਾਡੇ ਲਈ ਨਹੀਂ ਸਾਰੇ ਸੰਸਾਰ ਦੇ ਲਈ ਇੱਕ ਮਿਸਾਲ ਵੀ ਹੈ ਕਿ ਜਿਹੜੇ ਲੋਕ ਸੋਚਦੇ ਆ ਨਾ ਕਿ ਯਾਰ ਮੇਰੇ ਕੋਲ ਆ ਹੋਵੇ ਮੈਂ ਸੇਵਾ ਕਰਾਂ ਮੇਰੇ ਕੋਲ ਆ ਹੋਵੇ ਮੈਂ ਐਨ ਜੀਓ ਖੋਲਾਂ ਕੁਝ ਜ਼ਰੂਰੀ ਨਹੀਂ ਹੈ ਕਿ ਆਪਣੇ ਕੋਲ ਬਹੁਤ ਪੈਸਾ ਹੋਏਗਾ ਪਰ ਤਾਂ ਹੀ ਸੇਵਾ ਕਰ ਸਕਦੇ ਆ ਆਪਾਂ ਬਿਨਾ ਪੈਸੇ ਤੋਂ ਵੀ ਜੇ ਮਨ ਦੇ ਵਿੱਚ ਸ਼ਰਧਾ ਹੈਗੀ ਹੈ ਨਾ ਤੇ ਆਪਾਂ ਕਿਸੇ ਦੀ ਹੈਲਪ ਕਰ ਸਕਦੇ ਆ ਇਕ ਕਿਸੇ ਨੂੰ ਪਾਣੀ ਵੀ ਪਿਲਾ ਦਈ ਹੈ ਨਾ ਉਹ ਵੀ ਇੱਕ ਸੇਵਾ ਹੈਗੀ ਹੈ ਬਿਲਕੁਲ ਭਾਜੀ ਕਿਉਂਕਿ ਜ਼ਿੰਦਗੀ ਹੈ ਨਾ ਜਿਹੜੀ ਜੀ ਇਹਦੀ ਕੀਮਤ ਸਿਰਫ ਉਹਨੂੰ ਪਤਾ ਜਿਨੇ ਆਪਣੇ ਗਵਾਏ ਨੇ ਜਿਵੇਂ ਭਾਜੀ ਦੱਸ ਰਹੇ ਨਾ ਮੈਂ ਅੱਗੇ ਗੱਲ ਕਰ ਰਿਹਾ ਕਿ ਯਾਰ ਰੋਂਗ ਤੇ ਖੜੇ ਹੋ ਰਹੇ ਨੇ ਗੱਲਾਂ ਸੁਣ ਕੇ ਸਾਡੇ ਕੈਮਰਾਮੈਨ ਭਾਜੀ ਰੋ ਪਏ ਨੇ ਕਮਾਲ ਹੈ ਜੀ ਸਲੂਟ ਹੈ ਮਤਲਬ ਸ਼ਬਦ ਨਹੀਂ ਹੈਗੇ ਸਾਡੇ ਕੋਲ ਕਿ ਅਸੀਂ ਕਿਵੇਂ ਇਨਾਂ ਦਾ ਇੱਕੋ ਕਹਿੰਦੇ ਨੇ ਸਨਮਾਨ ਕਰੀਏ ਕਿਵੇਂ ਕਰੀਏ ਕੋਈ ਸਾਨੂੰ ਸਮਝ ਨਹੀਂ ਆ ਰਿਹਾ ਸलाम ਹੈ ਭਾਜੀ ਤੁਹਾਨੂੰ ਜਿਵੇਂ ਤੁਸੀਂ ਗੱਲ ਦੱਸੀ ਸੀ ਨਾ ਉਹਨੇ ਕਿ ਤੁਹਾਡੇ ਪਤਨੀ ਨੇ ਇਹ ਗੱਲ ਕਹਿਤੀ ਕਿ ਤੁਸੀਂ ਲਾਸ਼ ਕੱਢ ਕੇ ਆਏ ਹੋ ਬੱਚਿਆਂ ਤੋਂ ਦੂਰ ਹੋ ਜਾ ਉਸ ਤੋਂ ਬਾਅਦ ਵੀ ਤੁਸੀਂ ਨਹੀਂ ਹਟੇ ਤੁਸੀਂ ਇਹ ਸੇਵਾ ਜਾਰੀ ਰੱਖੀ ਹੈ ਇਸ ਤੋਂ ਉੱਤੇ ਭਾਜੀ ਕੁਝ ਨਹੀਂ ਹੋ ਸਕਦਾ ਬਿਲਕੁਲ ਭਾਜੀ ਕਿਉਂਕਿ ਪਤਨੀ ਦਉ ਕਹਿਣ ਦਾ ਜਿਹੜਾ ਸਿਸਟਮ ਸੀ ਮੰਨ ਲਓ ਕਿ ਘਰ ਦੇ ਵਿੱਚ ਇੱਕ ਮੈਂਬਰ ਹੈ ਉਹ ਗੁਜ਼ਰ ਜਾਂਦਾ ਚਾਹੇ ਜਿੰਨਾ ਮਰਜੀ ਤਕੜਾ ਹੈ ਪਰ ਬੱਚੇ ਸੋਚਦੇ ਵੀ ਸਾਨੂੰ ਘਰ ਰਾਤ ਨਾ ਰੱਖਣਾ ਬੈਜੇ ਵੀ ਮਰ ਗਿਆ ਤਾਂ ਸਸਕਾਰ ਕਰੋ ਆਪਣੇਆਂ ਨੂੰ ਆਪਣੇ ਜੀ ਨੂੰ ਜੀ ਜੀ ਪਰ ਮੈਂ ਤਾਂ ਉਹਨਾਂ ਨੂੰ ਕੱਢ ਗਿਆ ਜਿਨ੍ਹਾਂ ਨਾਲ ਮੇਰਾ ਮਤਲਬ ਨਹੀਂ ਸੀ ਪਰ ਖੁਸ਼ੀ ਹੁੰਦੀ ਹੈ ਜਦੋਂ ਮੈਂ ਜਿੰਦਾ ਲੋਕ ਕੱਢਦਾ ਹੁਣ ਮੈਂ ਸਿਰਫ ਥੋੜੇ ਦਿਨਾਂ ਦੀ ਗੱਲ ਹੈ ਹਾਂਜੀ ਇੱਕ ਲੇਡੀਜ਼ ਮੇਰੇ ਘਰ ਆਈ ਠੀਕ ਹੈ ਘਰ ਆਈ ਤੇ ਉਹਨੇ ਆਈ ਡੱਬਾ ਮਠਾਈ ਦਾ ਲੈ ਕੇ ਆਈ ਬੱਚਿਆਂ ਨੂੰ ਪਿਆਰ ਦਿੱਤਾ ਹਾਂਜੀ ਚਾਹ ਪਾਣੀ ਪਿਆਇਆ ਜੀ ਤੇ ਉੱਠਣ ਲੱਗੀ ਨਾ ਰੋਜ਼ ਹੀ ਪਈ ਅੱਛਾ ਜੀ ਤੇ ਮੈਂ ਕਿਹਾ ਵੀ ਭੈਣ ਜੀ ਮੈਂ ਪਛਾਣਿਆ ਨਹੀਂ ਕਹਿੰਦੀ ਬੇਟੇ 3 ਸਾਲ ਪਹਿਲਾਂ ਮਨਨ ਨਹਿਰ ਕੇੰਦਰ ਆਤਮ ਹੱਤਿਆ ਕੀਤੀ ਜੰਪ ਕਰਿਆ ਥਾ ਓਕੇ ਮੈਂ ਹਾਂ 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 ਕਹਿੰਦੀ ਉਹ ਮੈਂ ਹੀ ਹਾਂ ਅੱਛਾ ਕਹਿੰਦੀ ਪਰਸੋ ਮੇਰੇ ਲੜਕੇ ਦੀ ਸ਼ਾਦੀ ਥੀ ਔਰ ਮੈਂਨੇ ਆਪਣੀ ਅੱਖਾਂ ਦੇ ਨਾਲ ਆਪਣੇ ਬੱਚੇ ਨੂੰ ਕੋੜੀ ਚੜਦੇ ਵੇਖਿਆ ਸ਼ਗਨ ਸਵਾਰ ਕੀਤੇ ਸਭ ਕੁਝ ਕੀਤਾ ਲੇਕਿਨ ਮੇਰੇ ਅੰਦਰ ਇੱਕ ਦਰਦ ਸੀ ਵੀ ਅਗਰ ਤੂੰ ਖੁਸ਼ੀ ਵੇਖ ਰਹੀ ਹੈ ਕਿਉਂਕਿ ਅਗਰ ਮੈਂ ਜ਼ਿੰਦਾ ਹਾਂ ਤੇ ਖੁਸ਼ੀ ਵੇਖੀ ਅਗਰ ਮੈਂ ਜ਼ਿੰਦਾ ਹਾਂ ਤੇ ਮੇਰਾ ਬੱਚਾ ਵੀ ਖੁਸ਼ ਹੈ ਵੀ ਪਰ ਮੇਰੇ ਦਿਲ ਚ ਇੱਕ ਧੜਕ ਸੀ ਅਗਰ ਤੂੰ ਅਜੇ ਜ਼ਿੰਦਾ ਹੈ ਅਗਰ ਤੂੰ ਆਪਣੇ ਪੁੱਤਰ ਨੂੰ ਅਜੇ ਕੋੜੀ ਚੜਦੇ ਵੇਖਿਆ ਅਗਰ ਤੂੰ ਖੁਸ਼ੀ ਵੇਖੀ ਤੇ ਉਹ ਸਰਦਾਰ ਦੀ ਬਦਲਤ ਹੰਦੀ ਰਿਸ਼ਤੇਦਾਰਾ ਜੇ ਘਰ ਬੈਠੇ ਨੇ ਪਰ ਪਹਿਲਾ ਮੈਂ ਤੇਰੇ ਕੋਲ ਆਈ ਵਾਹ ਜੀ ਵਾਹ ਤੇ ਫਿਰ ਮੈਂ ਦੁਨੀਆ ਜਿੱਤ ਲਈ ਹੈ ਆ ਚੀਜ਼ਾਂ ਜਿੰਨਾ ਲੋਕ ਕੱਢਨਾ ਉਹਨਾਂ ਨੂੰ ਮਾਪਿਓ ਤਾਂ ਕਿਉਂਕਿ ਜਿੰਨਾ ਮਾ ਬੱਚਿਆਂ ਦੇ ਸਿਰ ਤੇ ਮਾਪਿਓ ਨਹੀਂ ਹੈ ਨਾ ਉਹਨਾਂ ਨੂੰ ਕੀਮਤ ਦਾ ਪਤਾ ਬਿਲਕੁਲ ਜੀ ਬੰਦੇ ਦੀ ਕੀਮਤ ਤੇ ਅੱਜ ਸਿਰਫ ਉਹਨੂੰ ਪਤਾ ਜਿਹਦਾ ਚਲਾ ਗਿਆ ਚਲਾ ਗਿਆ ਸਹੀ ਗੱਲ ਤੁਸੀਂ ਕਹਿ ਰਹੇ ਹੋ ਬਾਜੀ ਦੂਜੇ ਬੰਦੇ ਨੂੰ ਨਹੀਂ ਪਤਾ ਦੂਜੇ ਤਾਂ ਅੱਜਕੱਲ੍ਹ ਕਰੇ ਪਿਓ ਬੈਠਾ ਹੈਗਾ ਨਾ ਉਹਨੂੰ ਕਹੀ ਜਾਣਗੇ ਤੂੰ ਕੀਤਾ ਕੀ ਸਾਡੇ ਲਈ ਜਦਕਿ ਉਹਨੂੰ ਨਹੀਂ ਪਤਾ ਕਿ ਜਿਹੜਾ ਤੂੰ ਐਡਾ ਵੱਡਾ ਹੋ ਗਿਆ ਹੈ ਉਹਨਾਂ ਦੀ ਬਦੌਲਤ ਹੀ ਹੋਇਆ ਮੈਨੂੰ ਲੱਗਦਾ ਮੈਂ ਜ਼ਿੰਦਗੀ 'ਚ ਇੱਕ ਐਸਾ ਬੰਦਾ ਵਾਂ ਜਿਹੜਾ ਲਾਸ਼ਾਂ ਨਾਲ ਵੀ ਲੜਦਾ ਵਾਂ ਲਾਸ਼ਾਂ ਨਾਲ ਗੱਲਾਂ ਕਰਦਾ ਕਿਵੇਂ ਕਰਦਾ ਇੱਕ 20 22 ਸਾਲ ਦੀ ਕੁੜੀ ਐ ਨਹਿਰ ਚ ਆ ਗਈ ਬੜੀ ਸੋਹਣੀ ਮਹਿੰਦੀ ਲੱਗੀ ਏ ਕਲਿੱਪ ਲੱਗੇ ਰੇ ਅੱਛਾ ਉਹਨੂੰ ਮੈਂ ਕੱਢਦਾ ਮੈਂ ਇਹਨੂੰ ਪੁੱਛਦਾ ਬਸ ਰਹਿ ਗਈ ਜਵਾਨੀ ਖੂਬਸੂਰਤੀ ਸਭ ਇੱਥੇ ਰਹਿ ਗਿਆ ਔਰ ਮੈਂ ਕੁੜੀ ਨੂੰ ਕਹਿਣਾ ਮੈਂ ਦਾਵਾ ਕਰਦਾ ਤੈਨੂੰ ਕੋਈ ਲੈਣ ਵੀ ਨਹੀਂ ਆਏਗਾ ਔਰ ਆਂਦਾ ਵੀ ਨਹੀਂ ਇਹ ਸੱਚੀ ਗੱਲ ਆ ਬਾਜੀ ਇਹ ਸੱਚ ਯਾਰ ਬਾਜੀ 25 ਸਾਲ ਤੱਕ ਇੱਕ ਬੱਚਾ ਯਾਰੋ ਬੱਚਾ ਉੱਤੋਂ ਬਰਸਾਰ ਚ ਤੇ ਨਹੀਂ ਡਿੱਗਿਆ ਨਹੀਂ ਡਿੱਗਿਆ ਬਾਜੀ 25 ਸਾਲ ਮਾਂ ਪਿਓ ਪੈਣ ਭਰਾ ਚਾਚਾ ਤਾਇਆ ਆਂਢੀ ਗਵਾਂਢੀ ਪਿੰਡ ਕੋਈ ਤੇ ਉਹਦਾ ਹੋਣਾ ਸਹੀ ਗੱਲ 25 ਸਾਲ ਕਿਤੇ ਤੇ ਰਹੀ ਏ ਆ ਵੀ ਕੋਈ ਤਾਂ ਆਵੇ ਲੈਣ ਲੇਕਿਨ ਜਦੋਂ ਉਹ ਨਹਿਰਾ ਚੋਂ ਮਿਲਦੇ ਨੇ ਕੋਈ ਲੈਣ ਵਾਲਾ ਵੀ ਨਹੀਂ ਆਂਦਾ ਜੀ ਨਾ ਇੱਕ ਬੇਨਤੀ ਆ ਹਨਾ ਜੀ ਅਸੀਂ ਲੁਧਿਆਣਾ ਜ਼ਿਲ੍ਹੇ ਤੋਂ ਬੋਲਦੇ ਆਂ ਜੀ ਮੇਰੀ ਭਾਣ ਜਨੋ ਨੂੰ ਭਤੀ ਜਨੋ ਨੂੰ ਅੱਜ 5 ਦਿਨ ਹੋ ਗਏ ਬੀਬੀ ਜੀ ਨਹਿਰ ਚ ਡੇਗ ਗਈ ਨੂੰ ਅੱਛਾ ਜੀ ਹਾਂ ਜੀ ਜਿਹੜੀ ਇਹ ਦਰਾਹੇ ਵਾਲੀ ਆਉਂਦੀ ਆ ਇਧਰ ਨੂੰ ਰੈਣਾ ਸਾਹ ਵਾਲੀ ਜੀ ਵੀ ਸਾਨੂੰ ਮਿਲ ਹੀ ਨਹੀਂ ਬੀਬੀ ਜੀ ਜੇ ਤੁਸੀਂ ਸਾਡੀ ਇੰਨੀ ਕ ਹੈਲਪ ਕਰਦਾ ਬੜਾ ਹੀ ਧੰਨਵਾਦ ਕੋਈ ਗੱਲ ਨਹੀਂ ਤੁਸੀਂ ਉੱਥੋਂ ਦੇ ਗੋਤਾਖੋਰਾਂ ਨੂੰ ਸਬਰ ਕਿ ਨਹੀਂ ਕੀਤਾ ਕਰਿਆ ਸੀ ਜੀ ਬਿਲਕੁਲ ਜਿਵੇਂ ਆਵਾਜ਼ ਆ ਰਹੀ ਹੈ ਤਾਂ ਮੈਨ ਮਿਲ ਹੀ ਨਹੀਂ ਸਾਨੂੰ ਹੈਗੀ। ਓਕੇ ਓਕੇ ਚਲੋ ਕੋਈ ਨਹੀਂ ਜੀ ਮੈਂ 20 ਮਿੰਟ ਤੁਹਾਨੂੰ ਫੋਨ ਕਰਦਾ। ਅੱਛਾ। ਹੋਰ ਸ਼ਾਮ ਤੱਕ ਮੈਂ ਤੁਹਾਨੂੰ ਬੋਡੀ ਲੱਭ ਕੇ ਦੇ ਦਾਂਗਾ ਠੀਕ ਹੈ। ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਠੀਕ ਹੈ ਜੀ। ਆ ਤੁਸੀਂ ਦੇਖ ਲਓ ਜੀ ਔਨ ਕਾਲ। ਹਾਂ ਦੇਖ ਲਓ। ਮਤਲਬ ਮੈਂ ਇੱਥੇ ਬੈਠੇ ਬੈਠੇ ਪਤਾ ਨਹੀਂ ਕਿੰਨੀਆਂ ਕਿੰਨੇ ਕੁ ਫੋਨ ਆ ਗਏ ਨੇ ਲੋਕਾਂ ਦੇ। ਮੈਂ ਤਾਂ ਮਤਲਬ ਅੱਜ ਮੈਨੂੰ ਪਤਾ ਚੱਲਿਆ ਕਿ ਕਿੰਨੀਆਂ ਲਾਸ਼ਾਂ ਕਿੰਨੇ ਲੋਕ ਦੁਖੀ ਨੇ ਪਤਾ ਹੀ ਨਹੀਂ ਕਿਉਂ ਕਰਦੇ ਪਤਾ ਨਹੀਂ ਬਹੁਤ ਦੁਨੀਆ ਦੁਖੀ ਸਚਾਈ ਬਾਜੀ ਆਪਾ ਜਿਵੇਂ ਤੁਸੀਂ ਦੱਸ ਰਹੇ ਸੀਗੇ ਕਿ ਗੁੜੀਆ ਨਹਿਰ ਚਾਈ ਤੁਹਾਨੂੰ ਤੁਸੀਂ ਕਹਿ ਰਹੇ ਸੀ ਵੀ ਤੈਨੂੰ ਕੋਈ ਲੈਨ ਨਹੀਂ ਆਏਗਾ ਤੇ ਉਸ ਤੋਂ ਬਾਅਦ ਫਿਰ ਤੁਸੀਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਘਰ ਦੇਆਂ ਨੂੰ ਜਾਂ ਕਿਵੇਂ ਵੀ ਬਿਲਕੁਲ ਜੀ ਫੈਮਿਲੀ ਦੇ ਉਹਦੀ ਇੱਕ ਫਾਰਮੈਲਟੀ ਪੂਰੀ ਕੀਤੀ ਉਹਦੀ ਫੋਟੋ ਬਣਾਈ ਇਸ਼ਤਿਹਾਰ ਦਿੱਤਾ ਕਿ ਸਾਡੀ ਆ ਗੁੜੀਆ ਜੀ ਇੰਨੇ ਦਿਨਾਂ ਤੋਂ ਮਿਸਿੰਗ ਕਿਤੇ ਮਿਲੇ ਤਾਂ ਪਤਾ ਦੱਸਣਾ ਜਦੋਂ ਬਾਡੀ ਮਿਲ ਗਈ ਮੈਂ ਫੋਨ ਕੀਤਾ ਕਹਿੰਦਾ ਸਾਡੀ ਹੈ ਹੀ ਨਹੀਂ ਇਹ ਕਿਉਂ ਮੈਂ ਕਿਹਾ ਪਾਜੀ ਉਹੀ ਹੈ ਕੱਪੜੇ ਉਹੀ ਨੇ ਬਸ ਉਹ ਲੋਕਾਂ ਦੀ ਇਹ ਸੋਚ ਹੈ ਵੀ ਇੱਕ ਵਾਰ ਤਾਂ ਘਰੋਂ ਚਲੀ ਗਈ ਤੇ ਇੱਕ ਵਾਰ ਬਦਨਾਮੀ ਗੱਲ ਲੱਗੀ ਕੋਈ ਕਹਿੰਦਾ ਮਰ ਗਈ ਕੋਈ ਕਹਿੰਦਾ ਭੱਜ ਗਈ ਕੋਈ ਕਹਿੰਦਾ ਕੋਸ਼ਕ ਕਹਿੰਦਾ ਜੇ ਨਵੇਂ ਸਿਰੇ ਤੋਂ ਦੀ ਲਾਸ਼ ਚੁੱਕ ਕੇ ਮੈਂ ਹੋਰ ਲੈ ਗਿਆ ਤੇ ਇੱਕ ਬਦਨਾਮੀ ਮੇਰੇ 'ਗਲ ਹੋਰ ਲੱਗ ਜਾਂਦੀ ਸੋ ਮੇਰੇ ਲੋ ਗਈ ਤੇ ਮਰ ਗਈ ਇਸ ਤਰ੍ਹਾਂ ਦੇ ਬੜੇ ਕੇਸ ਨੇ ਜੋ ਮਾਪਾਪ ਵੇਖ ਕੇ ਪਛਾਣ ਕਰਕੇ ਮੁਕਰ ਜਾਂਦੇ ਆ ਨਹੀਂ ਲੈ ਕੇ ਜਾਂਦੇ ਤੇ ਫਿਰ ਤੁਸੀਂ ਭਾਜੀ ਉਹਨਾਂ ਲਾਸ਼ਾਂ ਦੀ ਕੀ ਕਰਦੇ ਹੋ ਵੇਖੋ ਮੈਂ ਪਹਿਲਾਂ ਹੀ ਕਹਿ ਚੁੱਕਿਆ ਮੇਰਾ 24 ਸਾਲ ਤੋਂ ਇਹ ਮਿਸ਼ਨ ਰਿਆ ਮੈਂ ਮਿਸ਼ਨ ਦੇ ਤਹਿਤ ਕੰਮ ਕਰਦਾ ਮੇਰਾ ਮਿਸ਼ਨ ਹੈ ਹਰ वारिस-ਲਵਾਰਿਸ ਲਾਸ਼ ਨੂੰ ਆਖਰੀ ਵਾਰ ਉਹਨਾਂ ਦੇ ਪਰਿਵਾਰ ਤੱਕ ਪਹੁੰਚਾਣਾ ਜਾਂ ਅਗ ਤੱਕ ਜਿਨ੍ਹਾਂ ਦੇ ਪਰਿਵਾਰ ਮਿਲ ਗਏ ਠੀਕ ਨਹੀਂ ਤੇ ਮੈਨੂੰ ਇੰਨਾ ਹੀ ਬਹੁਤ ਹੁੰਦਾ ਕਿ ਆਖਰੀ ਵਾਰ ਮੈਂ ਇੱਕ ਮੈਂ ਇਨਸਾਨੀ ਲਾਸ਼ ਨੂੰ ਕੁੱਤਿਆਂ ਤੋਂ ਕੀੜਿਆਂ ਤੋਂ ਗਲਣ ਤੋਂ ਸੜਨ ਤੋਂ ਬਚਾ ਕੇ ਜੀ ਜੀ ਆਖਰੀ ਵਾਰ ਅੱਗ ਦੇ ਹਵਾਲੇ ਕਰਤਾ ਕਿਉਂਕਿ ਇਹ ਕਹਾਵਤ ਏ ਕਿ ਅੱਗ ਵੀ ਕਰਮਾ ਤੋਂ ਬਿਨਾਂ ਨਹੀਂ ਮਿਲਦੀ ਨਹੀਂ ਮਿਲਦੀ ਜੀ ਨਹੀਂ ਮਿਲਦੀ ਬਿਲਕੁਲ ਸਹੀ ਗੱਲ ਅੱਗ ਤੱਕ ਪਹੁੰਚਾਤਾ ਉਹ ਉਹਦੇ ਧਰਮ ਦੇ ਅਨੁਸਾਰ ਪੰਡਤ ਨੇ ਉਹਦੇ RAM ਅੱਲਾ RAM ਰੱਬ ਵੈਗਰੂ ਕਰਤਾ ਜੀ ਸੰਸਕਾਰ ਹੋ ਗਿਆ ਉਹਦੇ ਫੁੱਲ ਸਾਹਮੇ ਗਏ ਤੇ ਉਹ ਟੋਈ ਲੱਗੀ ਜੀ ਅਗਰ ਮੈਂ ਕਿਸੇ ਦੀ ਅਰਦਾਸ ਮੈਂ ਮਤਲਬ ਬੋਡੀ ਕੱਢ ਰਿਹਾ ਹਾਂ ਟਿਕਟ10 ਵਾਰੋਂ ਦੇ ਨਾਮ ਦੀ ਅਰਦਾਸ ਹੋ ਜੇਗੀ। ਜੀ। ਬਸ ਉਹਦਾ ਮਰਨਾ ਸਫਲ ਹੋ ਗਿਆ। ਕੋਈ ਹੈ ਨਾ ਜਾਂਦੇ ਵਰੀ ਤੁਸੀਂ ਉਸ ਲਾਸ਼ ਨੂੰ ਇੱਕ ਢੋਈ ਦੇ ਦਿੱਤੀ। ਤੇ ਉਹਦਾ ਜਿਹੜਾ ਜੀਵਨ ਚ ਆਏ ਜੀਵਨ ਤੋਂ ਬਾਅਦ ਠੀਕ ਹੈ ਉਸਨੇ ਜ਼ਿੰਦਗੀ ਨੂੰ ਨਹੀਂ ਉਹਨਾਂ ਸਮਝਾਇਆ ਕਿਵੇਂ ਆਤਮ ਹੱਤਿਆ ਕਰਨ ਦੀ ਕੀਤੀ ਮਰ ਗਈ ਪਰ ਉਹਨੂੰ ਇੱਕ ਆਖਰੀ ਢੋਈ ਤੁਸੀਂ ਦੇ ਦਿੱਤੀ। ਭਾਜੀ ਆਪਣੇ 5-6 ਸਵਾਲ ਹੋਰ ਨੇ। ਜੀ ਬਿਲਕੁਲ। ਤੇ ਸਭ ਤੋਂ ਇੱਕ ਸਵਾਲ ਤੁਹਾਨੂੰ ਮੈਂ ਪੁੱਛਣਾ ਚਾਹਣਾ ਮੇਰੇ ਮਨ ਚ ਨਾ ਬੜੇ ਚਿਰ ਦਾ ਚੱਲ ਰਿਹਾ ਸੀਗਾ। ਇਹ ਕਈ ਵਾਰੀ ਐਵੇਂ ਵੀ ਹੋਇਆ ਕਿ ਤੁਹਾਡੇ ਸਾਹਮਣੇ ਕਿਸੇ ਨੇ ਛਾਲ ਮਾਰਤੀ ਹੋਵੇ ਇਹ ਕਈ ਵਾਰ ਨਹੀਂ ਕਈ ਵਾਰ ਹੈ ਕਈ ਆਸੇ ਨੇ ਲੇਕਿਨ ਉਹਨੇ ਸਿਆਲਾਂ ਦੇ ਵਿੱਚ ਇੱਕ ਮੈਨੂੰ ਫੋਨ ਆਇਆ ਯੂਪੀ ਤੋਂ ਅੱਛਾ ਜੀ ਉਹਦਾ ਕੋਈ ਦੋਸਤ ਨਹਿਰ ਤੇ ਬੈਠਾ ਸੀ ਉਹਨੇ ਉਹਨੂੰ ਫੋਨ ਕੀਤਾ ਕਹਿੰਦਾ ਨਹਿਰ ਤੋਂ ਨਾ ਇੱਕ ਲੇਡੀਜ਼ ਦੀ ਆਵਾਜ਼ ਦੀ ਚੀਕਾਂ ਦੀ ਆਵਾਜ਼ ਆ ਰਹੀ ਅੱਛਾ ਜੀ ਮੈਂ ਘਰੋਂ ਭੱਜਿਆ ਪਰਨਾਪੁਰ ਨਾ ਬੰਨਿਆ ਮੈਂ ਨਹਿਰ ਤੇ ਗਿਆ ਮੈਂ ਜਾ ਕੇ ਵੇਖਿਆ ਕੁਝ ਵੀ ਨਹੀਂ ਮੈਨੂੰ ਮੈਨੂੰ ਫੋਨ ਕੀਤਾ ਮੈਂ ਯਾਰ ਤੈਨੂੰ ਮੈਂ ਹੀ ਮਜ਼ਾਕ ਕਰਨ ਨੂੰ ਮਿਲਿਆ ਕਹਿੰਦਾ ਨਹੀਂ ਭਾਜੀ ਯਾਰ ਲੇਡੀਸ ਸੀ ਕਹਿੰਦਾ ਥੋੜਾ ਨਾ ਅੱਗੇ ਜੰਗਲ ਵੱਲ ਜਾ ਕੇ ਦੇਖ ਮੈਂ ਭਾਜੀ ਜਾ ਕੇ ਵੇਖਿਆ ਮੇਰ ਨਾਲ ਮੇਰਾ ਮੁੰਡਾ ਸੀ ਭਰਾ ਸੀ ਬਿੱਲਾ ਅਸੀਂ ਵੇਖਿਆ ਤੇ ਇੱਕ ਲੇਡੀਸ ਵਾਲ ਖੁੱਲੇ ਆਪਣੇ ਆਪ ਚ ਦਰਦਨਾਕ ਜਿਹਾ ਸੀਨ 12ਵਾਂ ਮਹੀਨਾ ਤੁੰਦ ਪਈ ਬਿਲਕੁਲ ਤੇ ਉਹ লাশ ਕੱਟੇ ਦੇ ਉੱਤੇ ਉਹ ਲੇਡੀਸ ਪਈ ਜਦੋਂ ਸਾਨੂੰ ਉਹਨੂੰ ਵੇਖਿਆ ਨਾ ਉਹਨੂੰ ਜ਼ਿੰਦਗੀ ਦੀ ਉਮੀਦ ਹੋ ਗਈ ਵੀ ਕੋਈ ਆ ਗਿਆ ਹਾਂ ਮੈਨੂੰ ਬਚਾ ਲੇਗਾ ਮੈਂ ਬਚ ਗਈ ਬਸ ਹੁਣ ਮੈਂ ਬਚ ਉਹਨੇ ਚੀਕਾਂ ਹੋਰ ਤੇਜ਼ ਕਰਤੀ ਮੇਰੇ ਕੋ ਵੀਡੀਓ ਤੁਸੀਂ ਕਹੋਗੇ ਕਮਾਲ ਇਹ ਮੈਨੂੰ ਵੀਡੀਓ ਪਲੇ ਦੇ ਕੇ ਜ਼ਰੂਰ ਜਾਇਆ ਚੀਕਾਂ ਉਹ ਮੈਂ ਖਾ ਚਾਲ ਯਾਰ ਛਾਲ ਮਾਰ ਉਹਨੇ ਕੱਢਿਆ کاروبار ਉਹ ਕੱਢਿਆ ਪਾਣੀ ਪੂਣੀ ਕੱਢਿਆ ਤੇ ਉਹਨੂੰ ਮੈਂ ਕਿਹਾ ਕੀ ਹੋਇਆ ਕਹਿੰਦੀ ਮੇਰਾ ਘਰ ਵਾਲਾ ਹੀ ਬਿੰਨੂ ਸੁੱਟ ਗਿਆ ਅੱਛਾ ਘਰ ਵਾਲਾ ਹੀ ਉਹਨੂੰ ਸੁੱਟ ਗਿਆ ਆਪਦੇ ਲੋ ਮਾਰ ਕੇ ਸੁੱਟ ਗਿਆ ਹਰ ਵੇਖੋ ਕਹਿੰਦੇ ਨਾ ਪ੍ਰਮਾਤਮਾ ਤਿੰਨਕੇ ਕੋ ਸਹਾਰਾ ਬਿਲਕੁਲ ਜੀ ਯਾ ਜਿਹਨੂੰ ਪ੍ਰਮਾਤਮਾ ਵਿਧਾਏ ਮਾਰ ਨਹੀਂ ਸਕਦਾ ਸਹੀ ਗੱਲ ਹੈ ਜਿਵੇਂ ਉਹਦੇ ਬੰਦੇ ਨੇ ਉਹ ਜਰਾਨੀ ਨੂੰ ਧੱਕਾ ਦਿੱਤਾ ਜੀ ਅਗਜਕਟ ਪਿੱਛੋਂ ਇੱਕ ਕੱਟਾ ਭਰਿਆ ਹੋਇਆ ਕੱਪੜਿਆਂ ਦਾ ਆ ਗਿਆ ਕੱਟਾ ਜਰਾਨੀ ਦੇ ਲੱਕ ਦੇ ਥੱਲੇ ਲੱਗ ਗਿਆ ਔਰ ਜਰਾਨੀ ਤੈਰ ਗਈ ਵਾਹ ਜੀ ਵਾਹ ਕੀ ਬਾਤ ਹੈ ਕੱਟੇ ਦੇ ਉੱਤੇ ਪਈ ਹਸਬੈਂਡ ਨੇ ਧੱਕਾ ਦੇ ਦਿਆ نیچے ਗਿਰਾ ਦਿਆ ਤੋ ਉਹ ਆ ਗਿਆ ਜਰਾਨੀ ਤੈਰਦੀ ਹੋਈ 2 ਕਿਲੋਮੀਟਰ ਤੈਰ ਗਈ ਜਿੰਦੀ ਕੱਢੀ 2-4 ਦਿਨ ਠਾਣੇ ਠੂਣੇ 'ਚ ਹੋਏ ਆ ਜੋ ਸੁਲਾ ਗਈ ਉਹ ਤਿੰਨੇ ਜੀ ਕੁੜੀਆਂ ਸਮੇਤ ਬਾਹਰ ਹੁਣ ਉਹ ਕਿੱਥੇ ਬਾਹਰ ਤੇ ਲੈ ਗਿਆ ਦੇਖੋ ਦੋ ਅਕਸਰ ਜਿਹੜੀ ਚੀਜ਼ ਉਹਨਾਂ ਨੇ ਬਾਅਦ ਚ ਕੀਤੀ ਸੁਲਾ ਕੀਤੀ ਗੱਲ ਨੂੰ ਸਮਝਾਇਆ ਸੁਲਝਾਇਆ ਉਹ ਪਹਿਲਾਂ ਵੀ ਕਰ ਸਕਦੇ ਸੀ ਮੱਛੀ ਫੜਨ ਵਾਲਾ ਵੀਰ ਸੀ ਮੇਰੇ ਮੱਛੀ ਫੜਨ ਵਾਲਾ ਹੀ ਤਾਂ ਉਹਨੇ ਮੇਰੇ ਕੋਲ ਆ ਗਿਆ ਕਹਿੰਦਾ ਸਰਦਾਰ ਜੀ ਠੇਕੇਦਾਰ ਵਗੈਰਾ ਤੰਗ ਕਰਦੇ ਨੇ ਮੈਨੂੰ ਡੈਰੀ 'ਚ ਆਪਣਾ ਨੰਬਰ ਲੱਖ ਕੇ ਦੇ ਦੇ ਵੀ ਕੋਈ ਤੰਗ ਕਰੇਗਾ ਨਾ ਪਰਚੀ ਪੁਰਚੀ ਵਿੱਚ ਤੇਰਾ ਨਾਂ ਲੈ ਦਾਂਗਾ ਮੈਂ ਕੋਈ ਗੱਲ ਅੱਛਾ ਜੀ ਉਹ ਨੰਬਰ ਮੇਰਾ ਲੈ ਗਿਆ ਔਰ ਨਹਿਰ ਦੇ ਦੂਸਰੇ ਸ਼ੋਰ ਤੇ ਮੱਛੀ ਫੜਨ ਲੱਗ ਗਿਆ ਹਾਂਜੀ ਹਾਂਜੀ ਮੱਛੀ ਫੜਦਾ ਫੜਦਾ ਉਹਨੂੰ ਦੌਰਾ ਪੈ ਗਿਆ ਔਰ ਨਹਿਰ ਦੇ ਵਿੱਚ ਮੈਂ ਉੱਤੋਂ ਦੀ ਭੱਜਿਆ ਮੇਰੇ ਜਾਂਦਿਆਂ ਨੂੰ ਥੱਲੇ ਡੁੱਬ ਗਿਆ ਹਾਂਜੀ ਡੁੱਬ ਗਿਆ ਅਸੀਂ ਟੁੱਬੀ ਮਾਰੀ ਉਹਨੂੰ ਕੱਢਿਆ ਤੇ ਨਹਿਰ ਦੇ ਵਿੱਚ ਉਹਨੂੰ ਬੰਨਤਾ ਐਂਬੂਲੈਂਸ ਬੁਲਾ ਲਈ ਪੁਲਿਸ ਬੁਲਾ ਲਈ ਮੈਂ ਕਿਹਾ ਚੱਲ ਯਾਰ ਇਹਦਾ ਵੇਖਦੇ ਆ ਕੋਈ ਜੇਬ ਜੂਬ ਕੱਢੀ ਡੈਰੀ ਮਿਲੀ ਡੈਰੀ ਚ 21 ਨੰਬਰ ਤੇ ਉਹ ਵੀ ਮੇਰਾ ਉਹ ਵੀ ਤੁਹਾਡਾ ਉਹ ਮੈਂ ਕਹਾਂ ਯਾਰ ਆ ਕੀ ਬੰਦਾ ਚਲੋ ਐਂਬੂਲੈਂਸ ਜਦੋਂ ਕੱਢਿਆ ਐਂਬੂਲੈਂਸ 'ਚ ਲੱਦਿਆ ਉਹ ਬੰਦਾ ਅਟਕੇ ਖੜਾ ਹੋ ਗਿਆ ਅੱਛਾ ਅਸੀਂ ਕਿਹਾ ਕੀ ਬਣਿਆ ਬਾਅਦ ਚੋ ਪਤਾ ਲੱਗਾ ਵੀ ਉਹਨੂੰ ਮਿਰਗੀ ਦਾ ਦੌਰਾ ਪੈਂਦਾ ਸੀ ਔਰ ਮਿਰਗੀ ਦਾ ਦੌਰੇ ਦੇ ਵਿੱਚ ਮੂੰਹ ਬੰਦ ਹੋ ਜਾਂਦਾ ਪਾਣੀ ਅੰਦਰ ਜਾਂਦਾ ਨਹੀਂ ਉਹ ਇੱਕ ਮਰਨ ਦੀ ਸਟੇਜ ਹੁੰਦੀ ਵੀ ਜਿਵੇਂ ਬੰਦਾ ਮਿਰਗੀ ਚ ਮਰ ਜਾਂਦਾ ਉਹ ਸਾਰਾ ਦੌਰੇ ਦਾ ਪ੍ਰੋਸੈਸ ਹੀ ਜਿਹੜਾ ਪਾਣੀ ਚ ਹੁੰਦਾ ਰਿਹਾ ਜਦੋਂ ਦੌਰਾ ਟੁੱਟਾ ਉਹਨੇ ਆਪਣੇ ਆਪ ਨੂੰ ਉਤੋਂ ਫੇਰ ਸੁੱਕੇ ਤੇ ਮਿਰਗੀ ਦੀ ਪਾਣੀ ਦੇ ਨਾਲ ਲਿਸ਼ਕੋਰ ਪੈਂਦੀ ਵੇਹਲਾ ਮਰਦਾ ਸਮਝ ਕੇ ਜਿਹਨੂੰ ਕੱਢਿਆ ਉਹ ਵੀ ਜਿੰਦਾ ਹੋ ਗਿਆ ਅੱਜ ਉਹ ਵੀ ਚੰਗਾ ਬਣਿਆ ਸੋ ਇਹ ਬੜੀਆਂ ਚੀਜ਼ਾਂ ਭਾਜੀ ਜਿਵੇਂ ਤੁਸੀਂ ਇਹ ਚੀਜ਼ਾਂ ਕਰ ਰਹੇ ਹੋ ਤੇ ਤੁਹਾਨੂੰ ਜਿਵੇਂ ਮੰਨ ਲਓ ਕਿ ਮੈਂ ਗੱਲ ਆ ਹੁਣ ਕਰਨ ਲੱਗਾ ਵੀ ਸੇਵਾ ਪਾਲੇ ਪਾਸੇ ਵੀ ਜਿਵੇਂ بڑے ਲੋਕ ਹੋਣਗੇ ਨਾ ਜੋ ਕਹਿੰਦੇ ਹੋਣਗੇ ਕਿ ਯਾਰ ਅਸੀਂ ਵੀ ਪ੍ਰਗਟ ਸਿੰਘ ਨੂੰ ਆ ਚੀਜ਼ ਦੀ ਲੋੜ ਹੋਈ ਗਈਆਂ ਕਿਸੇ ਵੀ ਚੀਜ਼ ਦੀ ਲੋੜ ਹੈ ਤੇ ਅਸੀਂ ਮਦਦ ਕਰਨੀ ਹੋਵੇ ਕਿਸੇ ਨੇ ਤਾਂ ਤੁਹਾਡੇ ਤੱਕ ਕਿਵੇਂ ਪਹੁੰਚ ਸਕਦੇ ਜੀ ਭਾਜੀ ਬਿਲਕੁਲ ਮੇਰੇ ਮੋਬਾਈਲ ਨੰਬਰ ਨੇ 9729334999 9729374999 ਜੀ ਇਹ ਰਿਸ਼ਪਾਲ ਸਿੰਘ ਹੈ ਮੇਰਾ ਪੱਕਾ ਨਾਮ ਹੈ ਲੇਕਿਨ ਆਯਤੀ ਕਰਦਾ ਜੋ ਅਖਬਾਰ ਮੀਡੀਆ ਪ੍ਰੈਸ ਇਹਦੇ ਚ ਮੇਰਾ ਨਾਮ ਪ੍ਰਗਟ ਸਿੰਘ ਹੈ ਇਹ ਮੇਰਾ ਨੰਬਰ ਵੀ ਇਹ ਮੇਰਾ ਇਹਦੇ ਨਾਲ ਤੁਸੀਂ ਗੱਲ ਕਰਕੇ ਉਸ ਤੋਂ ਬਾਅਦ ਤੁਸੀਂ ਜੋ ਵੀ ਸੇਵਾ ਸੇਵ ਕਰ ਸਕਦੇ ਹੋ ਜਰੂਰ ਕਰੋ ਜੀ ਬਿਲਕੁਲ ਪਰ ਪਾਜੀ ਇੱਕ ਚੀਜ਼ ਹੋਰ ਵੀ ਹੈ ਸੇਵਾ ਤੋਂ ਮੈਨੂੰ ਗੱਲ ਜਿੱਤੇ ਆਈ بڑے ਲੋਕ ਹਨ ਇਸ ਚੀਜ਼ ਦਾ ਫਾਇਦਾ ਬੜਾ ਉਠਾਉਂਦੇ ਨੇ ਜੀ ਵੀ ਜਿਵੇਂ ਮੰਨ ਲਓ ਕਿ ਕਿਸੇ ਦੀ ਕੋਈ ਕਈ ਗੋਤਾ ਖੋਰੀ ਲਗਾ ਲੋ ਵੀ ਕਿਸੇ ਦੀ লাশ ਕੱਢਣੀ ਹੈ ਤਾਂ ਉਹ ਪਰਿਵਾਰ ਵਾਲ ਨੂੰ ਬੜਾ ਦੁਖੀ ਕਰਦੇ ਹੋਣਗੇ ਐਦਾਂ ਦਾ ਵੀ ਕੁਝ ਹੁੰਦਾ ਹੈ ਵੀ ਪੈਸੇ ਮੰਗ ਲੇ ਜਾਂ ਕੁਝ ਐਦਾਂ ਕਰ ਲਿਆ ਹੁੰਦਾ ਬਹੁਤ ਖੋਸ਼ ਔਰ ਇਹ ਸਭ ਕੁਝ ਸੱਚ ਵੀ ਹੈ ਪਰ ਆਪਾਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦੇ ਇਹ ਲੋਕ ਆਪਣੇ ਆਪ ਕਮੈਂਟ ਕਰ ਦੇਣਗੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਜੋ ਕੁਝ ਦਿੱਤਾ ਜਾਂ ਨਹੀਂ ਦਿੱਤਾ ਆਪਾਂ ਨਹੀਂ ਕਹਿੰਦੇ ਕਿਉਂਕਿ ਆਪਣੀ ਲਾਈਨ ਅਪ ਹੈ ਸਿਰਫ ਸੇਵਾ ਦੀ ਆਪਾਂ ਕਿਸੇ ਨੂੰ ਮਾੜਾ ਚੰਗਾ ਕਹਿ ਕੇ ਕਿਸੇ ਨਾਲ ਕਿਉਂ ਦੁਸ਼ਮਣੀ ਲੈਣੀ ਉਹਨਾਂ ਦਾ ਕਰਮ ਉਹਨਾਂ ਨਾਲੇ ਆਪਣੇ ਕਰਮ ਆਪਣੇ ਨਾਲ ਜੀ ਬਿਲਕੁਲ ਸਹੀ ਤੇ ਜਿਵੇਂ ਨਾ ਤੁਸੀਂ ਸਟਾਰਟਿੰਗ ਦੇ ਵਿੱਚ ਦੱਸਿਆ ਸੀਗਾ ਵੀ ਮੈਂ ਵੀ ਐਦਾ ਆ ਚੀਜ਼ਾਂ ਕਰ ਚੁੱਕਿਆ ਆਪਾਂ ਲਵਾਰਿਸ਼ ਵਾਰਿਸ਼ ਲਾਸ਼ਾਂ 16000 ਤੋਂ ਉੱਤੇ ਕੱਢ ਚੁੱਕਿਆ ਜਿੰਦਾ ਕੱਢ ਚੁੱਕਿਆ ਹੁਣ ਮੈਂ ਗੱਲ ਕਰਦਾ ਵੀ ਤੁਸੀਂ ਮગરਮਛ ਦਾ ਵੀ ਨਾਂ ਲਿਆ ਸੀਗਾ ਜੀ ਵੀ ਤੁਸੀਂ 18 ਮગરਮਛ ਕੱਢ ਚੁੱਕੇ ਹੋ ਪਾਣੀ ਚ ਹੁਣ ਮੇਰਾ ਪਹਿਲਾ ਸਵਾਲ ਤਾਂ ਇਹ ਹੈ ਕਿ ਭਾਜੀ ਮગરਮਛ ਜਿਹਦਾ ਨਾਮ ਸੁਣ ਕੇ ਨਾ ਬੰਦੇ ਨੂੰ ਇੱਕ ਵਾਰੀ ਕੰਬਣੀ ਜੀ ਛੁੱਟ ਜਾਂਦੀ ਡਰਦਾ ਕਿਉਂਕਿ ਪਾਣੀ ਦਾ ਰਾਜਾ ਹੈ ਉਹਦੇ ਲਾਗੇ ਉਹਦੇ ਉਹਨੇ ਖਾਣਾ ਤਾਂ ਕੀ ਹੈ ਜੇ ਮਨ ਲਾ ਆਪਣੇ ਸਾਹਮਣੇ ਆ ਜਾਣਾ ਬੰਦਾ ਵੇਖ ਕੇ ਮਤਲਬ ਅਟੈਕ ਹੋ ਜਾਏਗਾ ਤੇ ਤੁਸੀਂ ਤਾਂ ਮੈਂ ਤੁਹਾਡੀਆਂ ਵੀਡੀਓ ਦੇਖਿਆ ਮੋਢੇ ਤੇ ਚੱਕ ਚੱਕ ਕੇ ਬਾਹਰ ਕੱਢ ਰਹੇ ਹੋ ਮગરਮਛਾਂ ਨੂੰ ਆ ਬਿਲਕੁਲ ਇਹ ਵੀ ਇੱਕ ਬਸ ਹੌਸਲਾ ਹੀ ਸੀ ਪ੍ਰਮਾਤਮਾ ਦੀ ਕਿਰਪਾ ਸੀ ਔਰ ਸਾਡਾ ਜੋ ਕੁਰਕਸ਼ੇਤਰ ਜ਼ਿਲ੍ਹਾ ਹੈ ਉਹਦੇ ਵਿੱਚ ਭੌਰ ਸੈਦਾਂ ਪੇਵਾ ਹਾਂਜੀ ਉੱਥੇ ਪ੍ਰਸ਼ਾਸਨ ਨੇ ਇੱਕ ਕਰੋਕੋਡਾਇਲ ਏਰੀਆ ਬਣਾਇਆ ਹੈ ਪ੍ਰਜਨਨ ਕੇਂਦਰ ਉੱਥੋਂ 10 ਸਾਲ ਪਹਿਲਾਂ 2009 ਦੇ ਵਿੱਚ ਸ਼ਾਇਦ ਬਾੜ ਆਣ ਤੋਂ ਬਾਅਦ ਨਾ ਉਹ ਜਾਲ ਟੁੱਟ ਗਿਆ ਸੀ ਔਰ ਉਹ ਮਗਰਮਾ ਸਾਡੇ ਸਾਰੇ ਏਰੀਏ 'ਚ ਫੈਲ ਗਿਆ ਸੀ ਤਾਂ ਅਸੀਂ ਵੀ ਨਹੀਂ ਚਾਹਦੇ ਵੀ ਇਹਨਾਂ ਨਾਲ ਟੱਕਰ ਲਾਈਏ ਲੇਕਿਨ ਇੱਕ ਪਿੰਡੇ ਸਾਡੇ ਨਾਲ ਗਡਰੀਏ ਨੇ ਪੇਡਾ ਚ ਗਾਣ ਵਾਲੇ ਤਾ ਉਹ ਵਿਧਵਾ ਲੇਡੀਸ ਸੀ ਉਹਦਾ ਬੰਦਾ ਮਰਿਆ ਸੀ ਲੇਡੀਸ ਸੀ ਇਕੱਲੀ ਤਾ ਪੇਡਾ ਚ ਗਾਂਦੀ ਸੀ ਉਹ ਦਿਨ ਇੱਕੋ ਦਿਨ ਚ ਚਾਰ ਪੇਡਾ ਮਗਰਮਚ ਖਾ ਗਿਆ ਤੇ ਉਹ ਫਿਰ ਘਰ ਆਈ ਕਹਿੰ ਲਗੀ ਬੇਟੇ ਤੂੰ ਪਾਣੀ ਚ ਵੜ ਉਹਨੂੰ ਸਿਰਫ ਇਹ ਨਹੀਂ ਪਤਾ ਵੀ ਮਗਰਮਚ ਕੀ ਹੈ ਲਾਸ਼ ਕੀ ਉਹ ਕਹਿੰਦੀ ਵੀ ਤੂੰ ਪਾਣੀ ਚ ਵੜਨਾ ਹੈ ਤੇ ਬੇਟੇ ਵੀ ਸਾਡਾ ਤਾਂ ਰਸਤਾ ਵੀ ਉਹੀ ਹੈ ਤੇ ਮੈਂ ਤੇ ਮਰ ਜਾਗੀ ਵਿਧਵਾ ਔਰਤਾਂ ਮੇਰੀ ਸਾਰੀਆਂ ਸਹੀ ਗੱਲ ਪਿੱਛੇ ਪੈ ਗਿਆ ਭੱਜਿਆ ਵੀ ਨਹੀਂ ਜਾਣਾ ਫਿਰ ਸਾਡੇ ਗੁਰੂ ਜੀ ਇਹ ਸੁਰਿੰਦਰ ਰਿੰਕੂ ਮੈਂ ਸਾਡੀ ਟੀਮ ਦੇ ਚਾਰ ਸਾਥੀ ਪੰਜ ਔਰਸੀ ਭੈਣ ਭਰਾ ਸੀ ਲੱਕੇ ਸਾਰਿਆਂ ਨੇ ਫਿਰ ਬਹੁਤ ਵੱਡੇ ਵੱਡੇ ਜਾਲ ਤਿਆਰ ਕੀਤੇ ਜਾਲ ਤਿਆਰ ਕੀਤੇ ਫਿਰ ਮਗਰ ਮੱਛਾਂ ਦੀ ਰੈਕੀ ਕੀਤੀ ਬੀਅਤੀ ਖੁੱਡ ਕਿੱਥੇ ਆ ਇਹਦੇ ਆਂਡੇ ਬੱਚੇ ਕਿੱਥੇ ਨੇ ਕਿੰਨੀ ਦੂਰ ਤੱਕ ਇਹ ਹਮਲਾ ਕਰ ਸਕਦਾ ਹੈ ਕਿੰਨੀ ਹਮਲਾ ਕਰਨ ਦੀ ਦੇ ਅੰਦਰ ਤਾਕਤ ਹੈ ਕਿਵੇਂ ਇਹਨੂੰ ਰੈਸਕਿਊ ਕਰਨਾ ਹੈ ਫਿਰ ਅਸੀਂ ਉਹਨਾਂ ਨੂੰ ਹੌਲੀ ਹੌਲੀ ਜਿਵੇਂ ਜੋ ਐਕਸਪੀਰੀਅੰਸ ਸੀ ਉਹ ਹੀ ਐਕਸਪੀਰੀਅੰਸ ਸੀ ਵੱਧ ਆ ਗਿਆ ਫਿਰ ਹੰਦਿਕਰ ਮੈਂ 18 ਮਗਰਮਚ ਰੈਸਕਿਊ ਕਰ ਚੁੱਕਿਆ ਜਿਹਦੇ ਵਿੱਚ ਇੰਡੀਆ ਦਾ ਸਭ ਤੋਂ ਵੱਡਾ 3 ਕਵੈਂਟਲ 10 ਕਿਲੋ ਦਾ ਮਗਰਮਾ ਛੇ ਜਿਹਦੇ ਵਾਸਤੇ ਮੈਨੂੰ ਜਲੰਧਰ ਦੇ ਵਿੱਚ ਕਰੋਕੋਡਾਈਲ ਆਫ ਇੰਡੀਆ ਦਾ ਅਵਾਰਡ ਵੀ ਮਿਲਿਆ ਹੈ ਤੇ ਫਿਰ ਇਹ ਸੇਵਾ ਦੇ ਰਾਣ ਅਸੀਂ ਇਹ ਮਗਰਮਚ ਫੜਨ ਦੀ ਕਰਦੇ ਹਾਂ ਤੇ ਇੱਕ ਮੇਰਾ ਵੀਡੀਓ ਵਾਇਰਲ ਹੋਇਆ ਸੀ ਇਹਨੇ ਹਮਲਾ ਵੀ ਕੀਤਾ ਸੀ ਮੈਂ ਉਹ ਤੁਹਾਨੂੰ ਪੁੱਛਣ ਹੀ ਲੱਗਾ ਸੀਗਾ ਵੀ ਕੋਈ ਐਹੋ ਜਿਹਾ ਕਿਸਮਤ ਇਹ ਚੰਗੀ ਰਹੀ ਕਿ ਜਨੋ ਉਹਨੇ ਹਮਲਾ ਕੀਤਾ ਉਸ ਟਾਈਮ ਮੈਂ ਸੁੱਕੇ ਤੇ ਸੀ ਔਰ ਮੈਂ ਰਸਿਆਂ ਨਾਲ ਬੰਨਿਆ ਹੋਇਆ ਸੀ ਇਹਨੂੰ ਅੱਛਾ ਅਗਰ ਉਹੀ ਹਮਲਾ ਉਹ ਪਾਣੀ 'ਚ ਕਰਦਾ ਤਾਂ ਸ਼ਾਇਦ ਦਿੱਕਤ ਦੇ ਦਿੰਦਾ ਲੇਕਿਨ ਬਸ ਉਹੀ ਗੱਲ ਹੈ ਕਿ ਜਦੋਂ ਅਸੀਂ ਕੁਝ ਚੰਗਾ ਕਰਮ ਕਰਦੇ ਹਾਂ ਚੰਗੇ ਵੱਲ ਤੁਰਦੇ ਹਾਂ ਤਾਂ ਪਰਮਾਤਮਾ ਆਪਣੀ ਰੱਖਿਆ ਕਰਦਾ کئی ਵਾਰ ਆਪਾ ਸੁਣਦੇ ਨਾ ਵੀ ਟਰੱਕ ਨਾਲ ਟਰੱਕ ਵੱਜਾ ਹਾਂਜੀ ਤਬ ਬਚ ਗਿਆ ਉਹ ਵਿੱਚ ਆਪਣਾ ਕੀਤਾ ਹੋਇਆ ਜਿਹੜਾ ਕਰਮ ਹੁੰਦਾ ਨਾ ਇਨਸਾਨੀਅਤ ਦਾ ਉਹਨੇ ਆ ਕੇ ਬਚਾਤਾ ਉਹ ਵਿੱਚ ਖਲੋ ਜਾਂਦਾ ਤੇ ਪਰਮਾਤਮਾ ਫਿਰ ਪਤਾ ਕਰਦਾ ਭਾਜੀ ਕਦੇ ਐਵੇਂ ਹੋਇਆ ਕਿ ਤੁਸੀਂ ਰੈਸਕਿਊ ਕਰ ਰਹੇ ਹੋ ਪਰ ਰੈਸਕਿਊ ਕਰਦੇ ਕਰਦੇ ਤੁਹਾਡੀ ਆਪ ਦੀ ਜਾਨ ਖਤਰੇ 'ਚ ਪੈ ਗਈ ਹੋਵੇ ਹਾਂਜੀ ਭਾਜੀ ਬਿਲਕੁਲ 2-3 ਵਾਰ ਇਸ ਤਰ੍ਹਾਂ ਦਾ ਚਾਂਸ ਹੋਇਆ ਕਿਉਂਕਿ 20 ਫੁੱਟ ਥੱਲੇ ਪਾਣੀ ਜੀ ਔਰ ਨਹਿਰ ਦੇ ਵਿੱਚ ਤੁਸੀਂ ਯਕੀਨ ਕਰਿਓ ਕੀ ਪਤਾ ਨਹੀਂ ਕਿੰਨਾ ਕੁ ੜੰਗਾ ਪਿਆ ਹੈ ਖਾਸ ਕਰਕੇ ਜਿਹੜੇ ਚੋਰ ਨੇ ਮੋਟਰਸਾਈਕਲ, ਟਰਾਂਸਫਾਰਮ, ਤਾਰਾਂ, ਗੱਡੀ, ਲੋਹੇ ਦੇ ਗਾਰਡਰ ਇਹ ਚੀਜ਼ਾਂ ਚੁੱਕ ਲਈਆਂ। ਅਗਰ ਚੀਜ਼ ਵੇਗੀ ਠੀਕ ਨਹੀਂ ਤੇ ਉਹਨਾਂ ਕੋਲ ਇੱਕੋ ਟਿਕਾਣਾ ਉਸ ਚੀਜ਼ ਨੂੰ ਲੁਕਾਉਣ ਵਾਸਤੇ ਨਹਿਰ। ਨਹਿਰ 'ਚ ਸਿੱਟ ਦਿੰਦੇ ਸਾਰੀਆਂ। ਉਹ ਨਹਿਰਾਂ ਦੇ ਵਿੱਚ ਮੈਂ ਪਿੱਛੇ 2 ਦਿਨਾਂ 'ਚ 4 ਮੋਟਰਸਾਈਕਲ ਕੱਢ ਕੇ ਦੇਖੇ ਆਂ ਪੁਲਿਸ ਨੂੰ। ਤੇ ਥੱਲੇ ਬਹੁਤ ੜੰਗਾ ਹੈ ਔਰ 20 ਫੁੱਟ ਥੱਲੇ ਜਾਣਾ ਵਿੱਚ ਰੱਸਾ ਵੀ ਫਸ ਸਕਦਾ ਹੈ। ਸੋਕ ਕਿੱਕਰ ਪਿਆ ਪੇੜ ਪਿਆ ਟਰਾਂਸਫਰਮ ਪਿਆ ਤਾਰਾਂ ਪਈਆਂ ਤੇ ਕਈ ਵਾਰ ਆ ਸਾ 2-3 ਵਾਰ ਹੋਇਆ ਪਰ ਉਹੀ ਗੱਲ ਹੈ ਮਾਲਕ ਭਲਾ ਕਰਦਾ ਔਰ ਉੱਤਰਾਖੰਡ ਦੇ ਵਿੱਚ ਮੇਰੀ ਰੁੜਕੀ ਦੇ ਵਿੱਚ ਇੱਕ ਬੱਚਾ ਡੁੱਬ ਗਿਆ ਸੀ 5 ਸਾਲ ਦਾ ਖੇਡਦਾ ਖੇਡਦਾ ਤੇ ਮੈਂ ਚਲਾ ਗਿਆ ਤੇ ਉਹਦੇ ਵਿੱਚ ਮੇਰਾ ਰੱਸਾ ਫਸ ਗਿਆ ਸੀ ਅੱਛਾ ਰੱਸਾ ਫਸ ਗਿਆ ਸੀ ਔਰ ਇੰਨਾ ਦਰਦਨਾਕ ਹੋ ਸੀਨ ਸੀ ਮੈਨੂੰ ਲੱਗਦਾ ਮੇਰੀ ਜ਼ਿੰਦਗੀ ਦੇ ਲਾਸਟ ਦੇ 1 2 ਸੈਕਿੰਡ ਹੀ ਸਿਰਫ ਬਚੇ ਹੋਣੇ ਨੇ ਪੂਰੇ ਗੋਤੇ ਖਾ ਗਏ ਮੇਰੀਆਂ ਅੱਖਾਂ ਆਖਾਂ ਸਭ ਲੇਕਿਨ ਮੇਰੇ ਨਾਲ ਮੇਰਾ ਮਾਮਾ ਸੀ ਜੋ ਡਰਾਈਵਰ ਵੀ ਹੈ ਮਾਮਾ ਵੀ ਉਹਨਾਂ ਨੇ ਸ੍ਰੀ ਸਾਹਿਬ ਪਾਇਆ ਸੀ ਉਹਨੇ ਫਿਰ ਦਵਾ ਦਾ ਉਹ ਕਿਨਾਰੀ ਤੋਂ ਜੰਪ ਕਰਕੇ ਔਰ ਸਾਧ ਦੇ ਵਿੱਚੋਂ ਵੱਡਿਆ ਵੱਡਿਆ ਔਰ ਉਹ ਫਿਰ ਮੈਂ ਉਹਦੇ ਨਾਲ ਬਾਹਰ ਆਇਆ ਗੁਰੂ ਦੀ ਸਿੱਖੀ ਫਿਰ ਕੰਮ ਆ ਗਈ ਸ੍ਰੀ ਸਾਹਿਬ ਨੇ ਐਸੇ ਮਾਮਲੇ ਨੇ ਕਿਉਂਕਿ ਜ਼ਿੰਦਗੀ ਦੇ ਵਿੱਚ ਰਿਸਕ ਕਿੱਥੇ ਨਹੀਂ ਹੈ ਬਿਲਕੁਲ ਜਿੰਦਗੀ ਦੇ ਹਰ ਕੰਮ ਦੇ ਵਿੱਚ ਆਪਾਂ ਨੂੰ ਇੱਥੇ ਇੰਟਰਵਿਊ ਕਰਨੇ ਵੀ ਰਿਸਕ ਹੈ ਇੱਥੇ ਕੁਝ ਵੀ ਹੋ ਸਕਦਾ ਉੱਤੋਂ ਕੁਝ ਦੇਖ ਸਕਦਾ ਇੱਥੋਂ ਕੁਝ ਲੇਕਿਨ ਇਹ ਆ ਕਿ ਜੋ ਰਿਸਕ ਕਿਸੇ ਦੀ ਜ਼ਿੰਦਗੀ ਵਾਸਤੇ ਲਿਆ ਜਾਏ ਹਾਂਜੀ ਜੋ ਰਿਸਕ ਕਿਸੇ ਦਾ ਪਲਾ ਕਰ ਸਕੇ ਜੋ ਰਿਸਕ ਇੱਕ ਮਾਂ ਦੇ ਬੱਚੇ ਨੂੰ ਆਖਰੀ ਵਾਰ ਉਹਦੀ ਝੋਲੀ ਚ ਪਾ ਸਕੇ ਤੋ ਰਿਸਕ ਨਹੀਂ ਹੈ ਮੇਰੇ ਖਿਆਲ ਚੋ ਪਰਮਾਤਮਾ ਆਪਕਾ ਪਰਮਾਤਮਾ ਸਹੀ ਗੱਲ ਹੈ ਜੀ ਤੇ ਜਿਵੇਂ ਤੁਸੀਂ ਦੱਸਿਆ ਨਾ ਹੁਣ ਵੀ ਵੀ ਕਿਸੇ ਦਾ ਬੱਚਾ ਮਿਲ ਜੇ ਤੁਸੀਂ ਲੈ ਜਾ ਕੇ লাশ ਕੱਢ ਕੇ ਦੇ ਦਿੰਨੇ ਹੋ ਨਾ ਕਦੇ ਐਦਾਂ ਵੀ ਹੋਏ ਕਿ ਤੁਹਾਨੂੰ ਮਿਲਿਆ ਹੋਵੇ ਕਿਸੇ ਨੇ ਕਿਹਾ ਹੋਵੇ ਕਿ ਮੇਰੇ ਬੱਚੇ ਨੂੰ ਜਾਂ ਕਿਸੇ ਨੂੰ ਕੱਢ ਦੇ ਮੈਂ ਇੰਨੇ ਪੈਸੇ ਦੇ ਦਾਂਗਾ ਜਾਂ ਕੁਝ ਐਵੇਂ ਦਾ ਬਿਲਕੁਲ ਜੀ ਜਦੋਂ ਦਰਦ ਕਿਸੇ ਨਾਲ ਬਣਦਾ ਹੈ ਤਾਂ ਕੋਸ਼ਿਸ਼ ਕਰਦਾ ਹੈ ਕਿ દવા ਦਾ ਮੈਂ ਇਸ ਤਰ੍ਹਾਂ ਕਰਾਂ ਉਸ ਤਰ੍ਹਾਂ ਕਰਾਂ ਕਈ ਵਾਰ ਮੈਨੂੰ ਇੱਕ ਪੱਤਰਕਾਰ ਨੇ ਸਵਾਲ ਵੀ ਕੀਤਾ ਸੀ ਅੱਛਾ ਜੀ ਕਹਿ ਲਗਾ ਪਾਜੀ ਵੀ ਤੁਸੀਂ ਪੈਸੇ ਲੈ ਲਿਆ ਕਰੋ লাশ ਦੇ ਜੀ ਮੈਂ ਕਿਹਾ ਯਾਰ 4 ਦਿਨ ਤੋਂ ਇੱਕ ਬਾਪ ਆਪਣੇ ਬੱਚੇ ਦੀ ਲਾਸ਼ ਦਾ ਇੰਤਜ਼ਾਰ ਕਰ ਰਿਹਾ ਜੀ ਠੀਕ ਹੈ ਆਖਰੀ ਵਾਰ ਤਾਂ ਜਦੋਂ ਲਾਸ਼ ਬਾਹਰ ਆਣੀ ਉਹ ਪਿਓ ਨੇ ਆਪਣੇ ਆਪ ਨੂੰ ਪਤਾ ਨਹੀਂ ਕਿਵੇਂ ਸੰਭਾਲਣਾ ਸਹੀ ਗੱਲ ਹੈ ਭਾਈ ਉਹ ਤਾਂ ਮਰੀ ਜਾਣਾ ਬਹੁਤ ਔਖਾ ਉਹ ਟਾਈਮ ਤੇ ਕਿ ਉਹਨੂੰ ਮੈਂ ਕਿਵੇਂ ਕਵਾਂਗਾ ਵੀ ਤੂੰ ਫੇਰ ਰੋਈ ਪਹਿਲਾਂ ਮਨੂ ਦੇ ਬਿਲਕੁਲ ਜੀ ਕੰਮ ਛੱਡ ਦਾਂਗੇ ਸੇਵਾ ਛੱਡ ਦਾਂਗੇ ਵੀ ਨਾ ਕਦੀ ਜ਼ਿੰਦਗੀ ਵਿੱਚ ਕਿਸੇ ਤੋਂ ਪੈਸਾ ਲਿਆ ਨਾ ਲਿਆ ਭਾਜੀ ਕਦੀ ਜਿਵੇਂ ਤੁਸੀਂ ਦੱਸਿਆ ਕਿ ਬਾਪ ਦੇ ਲਈ ਬੜਾ ਔਖਾ ਟਾਈਮ ਹੁੰਦਾ ਨਾ ਕਦੀ ਤੁਹਾਨੂੰ ਥੋੜੇ ਉਸ ਟਾਈਮ ਤੇ ਉਸ ਮੂਮੈਂਟ ਤੇ ਤੁਸੀਂ ਲਾਸ਼ ਕੱਢ ਰਹੇ ਹੋ ਅੱਜ ਤੱਕ ਕੋਈ ਐਹੋ ਜਿਹਾ ਮੂਮੈਂਟ ਹੋਇਆ ਕਿ ਜਿੰਨੇ ਤੁਹਾਨੂੰ ਹੀ ਝੰਜੋੜ ਕੇ ਰੱਖਤਾ ਹੋਵੇ ਬਿਲਕੁਲ ਜੀ ਬੜੇ ਮਾਮਲੇ ਨੇ ਖਾਸ ਕਰਕੇ ਵੀ ਖੁਪੈ ਲਈ ਗੱਲ ਤਾਂ 16000 ਲਾਸ਼ਾਂ ਕੱਢਦੀਆਂ ਤੇ ਮੇਰਾ ਮਨ ਪੱਕਾ ਹੋ ਗਿਆ ਮੈਂ ਡੇਲੀ ਪਰਿਵਾਰ ਰੋਂਦੇ ਵੇਨਾਂ ਜੀ ਲੇਕਿਨ ਅੱਜ ਵੀ ਜਦੋਂ 5 ਸਾਲ ਤੋਂ ਛੋਟਾ ਬੱਚਾ ਮੈਨੂੰ ਨਹਿਰ ਦੇ ਵਿੱਚ ਮਿਲਦਾ ਹੈ ਤਾਂ ਮੈਨੂੰ ਉਹਦੇ ਵਿੱਚ ਆਪਣਾ ਬੱਚਾ ਯਾਦ ਅੱਜ ਵੇਖੋ ਇਹ ਗੱਲ ਸੱਚ ਹੈ ਕਿਸੇ ਦੇ ਦਰਦ ਦੇ ਵਿੱਚ ਆਪਣਾ ਦਰਦ ਜ਼ਰੂਰ ਨਿਕਲ ਕੇ ਆਉਂਦਾ ਆ ਜਾਂਦਾ ਭਾਜੀ ਤੇ ਉਹ ਬੱਚਾ ਜਦੋਂ ਮੈਂ 5 ਸਾਲ ਤੋਂ ਛੋਟਾ ਕਹੇ ਦਾ ਬੋਡੀਆਂਸ ਵਗੈਰਾ ਕੱਢਦਾ 5 ਸਾਲ ਦਾ ਬੱਚਾ ਕਿੰਨਾ ਸੋਹਣਾ ਹੁੰਦਾ ਬੜਾ ਖੂਬਸੂਰਤ ਹੁੰਦਾ ਇੱਕ ਕੈਥਲ ਦੇ ਵਿੱਚ ਮੈਂ ਕੰਮ ਕਰਕੇ ਆਇਆ ਸੀ ਡੇਰਾ ਸੀ ਨਹਿਰ ਦੇ ਉੱਤੇ ਹਾਂਜੀ ਡੇਰਾ ਸੀ ਨਹਿਰ ਦੇ ਉੱਤੇ ਤਾਂ ਉਸ ਦਿਨ ਉਹਨਾਂ ਦੇ ਘਰ ਫੈਮਿਲੀ ਫੰਕਸ਼ਨ ਸੀ ਸ਼ਾਦੀ ਦਾ ਅੱਛਾ ਜੀ ਵੈਸੇ ਤਾਂ ਉਹਨਾਂ ਦਾ ਦਾਦਾ ਨਹਿਰ ਤੇ ਬੈਠਾ ਰਹਿੰਦਾ ਸੀ ਕੁਰਸੀ ਢਾ ਕੇ ਬੱਚਿਆਂ ਦਾ ਧਿਆਨ ਰੱਖਦਾ ਸੀ ਲੇਕਿਨ ਉਸ ਦਿਨ ਬਰਾਤ ਸੀ ਤਾਂ ਉਹ ਚਲਾ ਗਿਆ ਤੇ ਬਰਾਤ ਚੋਂ ਪਹਿਲਾਂ ਗੱਡੀ ਅਕਸਰ ਇੱਕ ਦੋ ਗੱਡੀ ਪਹਿਲਾਂ ਆ ਜਾਂਦੀ ਉਹ ਬੱਚਾ ਆਪਣੀ ਮਾਂ ਨਾਲ ਘਰ ਆ ਗਿਆ 5 ਸਾਲ ਦਾ ਬੜੀ ਸੋਹਣੇ ਕੋਟ ਪੈਂਟ ਪਾਏ ਉਹਨਾਂ ਨੇ ਤਾਂ ਉਹ ਸਾਰੇ ਵਿਚਾਰੇ ਉਹਨਾਂ ਪਰ ਆ ਧਿਆਨੇ ਲਾ ਕੇ ਉਹ ਦੋਏ ਬੱਚੇ ਨਹਿਰ ਦੇ ਵਿੱਚ ਡਿੱਗ ਪਏ ਡਿੱਗ ਪਏ ਲਾ 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 ਹੋ ਗਈ ਜੀ ਆ ਪਰਨ ਹੋ ਗਿਆ ਜੀ ਬੱਚੇ ਕੋ ਚੁੱਕ ਕੇ ਲੈ ਗਿਆ ਜੀ ਚੁੱਕ ਕੇ ਲੈ ਗਿਆ ਜੀ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਕਿ ਨਹਿਰ ਚ ਵੀ ਡਿੱਗ ਸਕਦੇ ਆ ਸੋਚਿਆ ਹੀ ਨਹੀਂ ਉਹਨਾਂ ਨੇ ਤਾਂ ਸਾਨੂੰ ਵੀ ਫੋਨ ਆ ਗਿਆ ਅਸੀਂ ਵੀ ਚਲੇ ਗਏ ਤਾਂ ਥੋੜੀ ਦੂਰ ਰੈਸਕਿਊ ਕੀਤਾ ਤੇ ਓਏ ਹੋਏ ਜਦੋਂ ਮੈਂ ਉਹ ਬੱਚੇ ਕੱਡੇ ਬੂਟ ਪਾਏ ਜਰਾਬਾਂ ਪਾਈਆਂ ਟਾਈਆਂ ਲਾਈਆਂ ਉਹ ਵੀ ਤਿਆਰ ਹੋਏ ਵਿਆਹ ਵਾਸਤੇ ਬਸ ਉਹੋ ਜਿਹੀ ਚੀਜ਼ਾਂ ਦਰਦੇ ਦੇਂਦੀ ਇਆ 80 ਸਾਲ ਤੋਂ ਉੱਤੇ ਨਹਿਰ ਚ ਮਿਲਦਾ। ਭਾਜੀ ਮੇਰਾ ਨੇ ਇੱਕ ਸਵਾਲ ਐ 80 ਸਾਲਾਂ ਵਾਲੇ ਤੇ ਜਿਹੜੇ 80 ਸਾਲ ਦਾ ਬਜ਼ੁਰਗ ਹੈ ਨਾ ਉਹਨੂੰ ਇਹੋ ਜਿਹਾ ਕੀ ਹੁੰਦਾ ਕਿ ਜਿਹੜਾ ਕਿ 80 ਸਾਲ ਤੱਕ ਉਹ ਬਜ਼ੁਰਗ ਨੇ ਕਦੀ ਕੋਸ਼ਿਸ਼ ਨਹੀਂ ਕੀਤੀ ਤੇ 80 ਸਾਲ ਤੋਂ ਬਾਅਦ ਹੀ ਉਹ ਨਹਿਰ ਦੇ ਵਿੱਚ ਡਿੱਗਦਾ। ਇਹ ਸਵਾਲ ਦਾ ਜਵਾਬ ਅਜ ਤੱਕ ਕੋਈ ਮਨੂਵ ਨਹੀਂ ਦੇ ਪਾਇਆ। ਮੈਂ ਜਦੋਂ ਵੀ ਕੋਈ 80 ਸਾਲ ਤੋਂ ਉੱਤੇ ਬਜ਼ੁਰਗ ਮਾਤਾ ਯਾ ਕੋਈ ਬਜ਼ੁਰਗ ਬੰਦਾ ਨਹਿਰ ਚੋਂ ਕੱਢਦਾ ਤਾਂ ਘਰ ਦੇ ਆਂਦੇ ਨਾਂਦੀ ਕਹਿੰਦੇ ਜੀ ਅੱਛਾ ਬਲਾਥਾ ਜੀ ਸ਼ਾਮਨਾ ਮੰਦਰ ਮਾ ਗਿਆ ਗੁਰਦੁਆਰੇ ਗਿਆ ਬਉ ਨੇ ਚਾਹ ਦੀ ਇਹ ਦਿਆ ਉਹ ਦਿਆ ਕੱਲ ਅਸੀਂ ਦਵਾਈ ਲੈ ਕੇ ਆਇਆ ਅਗਰ ਯਾ ਸਾਰਾ ਕੁਝ ਠੀਕ ਸੀ ਤੇ 80 ਸਾਲ ਗਰੀਬੀ ਦੇ ਵਿੱਚ ਰਹਿ ਕੇ ਜੀ ਨੰਗੇ ਪੈਰੀ ਰਹਿ ਕੇ ਆਪਣੇ ਬੱਚੇ ਜੰਮ ਕੇ ਤੁਹਾਨੂੰ ਵਿਆਹ ਕੇ ਵਾਡੇ ਅਗਾ ਵਿਆਹ ਕਰਕੇ 80 ਸਾਲ ਬਾਅਦ ਐਸਾ ਕੀ ਹੋਇਆ ਕਿ ਉਹਨੂੰ ਮਰਨਾ ਪੈ ਗਿਆ ਸਹੀ ਗੱਲ ਹੈ ਕਿ 80 ਸਾਲ ਜਦੋਂ ਬੰਦਾ ਜੰਗਾਰਸ਼ ਕਰਦਾ ਆਪਣੇ ਬੱਚਿਆਂ ਲਈ ਜੀ ਆਪਣੇ ਪਰਿਵਾਰ ਲਈ ਘਰ ਬਣਾਉਂਦਾ ਵਿਆਹ ਕਰਦਾ ਰ 80 ਸਾਲਾਂ ਬਾਅਦ ਜਦੋਂ ਬੱਚਾ ਉੱਠ ਕੇ ਕਹਦੇ ਵੀ ਤੂੰ ਕੀ ਕੀਤਾ ਜੀ ਫਿਰ ਉਹਦੇ ਵਾਸਤੇ ਦੇ ਪਿੱਛੇ ਨਹਿਰੀ ਰਹਿ ਜਾਂਦੀ ਇੱਕ ਇੱਕ ਛੋਟੀ ਜੀ ਗੱਲ ਫਿਰ ਉੱਥੇ ਆ ਜਾਂਦੀ ਕਿ ਇੱਕ ਨਿੱਕੀ ਜੀ ਗੱਲ ਇਨਸਾਨ ਨੂੰ ਕਿੱਥੋਂ ਕਿੱਥੇ ਤੱਕ ਲੈ ਕੇ ਜਾ ਸਕਦੀ ਹੈ ਤੇ ਭਾਜੀ ਕੋਈ ਐਸਾ ਪਲ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਸਭ ਤੋਂ ਖੁਸ਼ੀਨ ਪਲ ਹੋਵੇ ਖੁਸ਼ੀ ਦਾ ਪਲ ਕੋਈ ਮੈਂ ਬਸ ਇੱਕ ਹੀ ਚੀਜ਼ ਜ਼ਿਆਦਾਤਰਾ ਯਾਦ ਰਹਿੰਦੀ ਮੈਨੂੰ ਤੇ ਅਸੀਂ ਘਰ ਹੀ ਬੈਠੇ ਹਾਂ ਤੇ ਮਾਮੇ ਦਾ ਫੋਨ ਆਇਆ ਤੇ ਮਾਤਾ ਨਾਲ ਲੱਗਾ ਗੱਲ ਕਰਨ ਵੀ ਤੂੰ ਇੰਨੇ ਸਾਲਾਂ ਦੀ ਹੋ ਗਈ ਮੈਂ ਮਾਤਾ ਨੂੰ ਪੁੱਛਿਆ ਮਾਤਾ ਤੂੰ ਕਹਿੰਦੀ ਹਾਂ ਮੈਂ ਅੱਛਾ ਕੋਈ ਗੱਲ ਨਹੀਂ ਮੈਂ ਨਹਿਰ ਤੇ ਚਲਾ ਗਿਆ ਤਾਂ ਮੈਂ ਉਦੋਂ 2 1/2 ਫੁੱਟ ਦਾ ਮਗਰ ਵਿੱਚ ਅੱਛਾ ਫੜ ਲਿਆ ਕੱਟੇ 'ਚ ਪਾ ਲਿਆ ਮੰਮੀ ਦੇ ਜਨਮ ਦਿਨ ਤੇ ਹਾਂ ਕੱਟੇ 'ਚ ਪਾ ਲਿਆ ਤੇ ਕੰਡ ਮਗਰ ਕੱਟਾ ਲਾਇਆ ਮਾਂ ਰੋਟੀਆਂ ਬਕਾਏ ਪਈ ਉਹ ਮਾਤਾ ਲਾਇਆ ਫਿਰ ਆਂਦੀ ਕੀ ਲਿਆ ਮੈਂ ਕੁਛ ਲਿਆ ਤੇਰੇ ਵਾਸਤੇ ਜਨਮ ਦਿਨ ਦਾ ਕਿਰਤ ਉਹ ਮੈਂ ਕੱਟਾ ਛਾੜਤਾ ਉਹ ਆਟਾ ਕਿਤੇ ਉਹ ਮਰ ਜਾ ਵੀ ਆ ਕੇ ਕਿਤੇ ਉਹ ਮਗਰਵਾਸ਼ੀ ਕਰ ਲਿਆ ਮਤਲਬ ਜਨਮ ਦਿਨ ਤੇ ਮਾਂ ਨੂੰ ਮਗਰਮਾਛੀ ਗਿਫਟ ਕਰਤਾ ਜਿਉਂਦਾ ਪਰ ਉਹ ਮਹਿਕ ਮਹਿਦਾ ਵਾਈਲਡ ਲਾਈਫ ਦਾ ਪ੍ਰੋਟੋਕੋਲ ਹੁੰਦਾ ਫਿਰ ਮੈਂ ਮਹਿਕਮੇ ਤੋਂ ਮਾਫੀ ਵੀ ਮੰਗੀ ਮੈਂ ਫਿਰ ਉਹਨਾਂ ਨੇ ਦਿੱਤਾ ਵੀ ਲਿਆ ਵਾਜੀ ਵਾਪਾ ਜੀ ਭਾਜੀ ਮੇਰਾ ਇਹ ਵੀ ਸਵਾਲ ਹੈ कि ਜਿਵੇਂ ਤੁਸੀਂ 10 ਨੇ ਹੁਣ ਆਪਣੇ ਬੈਠੇ ਬੈਠੇ ਹੀ ਘਟੋ ਘਟ 20 25 ਫੋਨ ਆ ਗਿਆ ਔਨ ਰਿਕਾਰਡ ਵੀ ਆਪਾਂ ਰਿਕਾਰਡ ਕੀਤਾ ਕਿ ਬੱਚੀ ਨਹਿਰ ਚ ਡਿੱਗ ਪਈ ਹੈ ਹਾਂ ਜੀ ਜੀ ਤੇ ਡੇਲੀ ਜਿਹੜੇ ਇੰਨੇ ਕੇਸ ਆ ਰਹੇ ਆ ਵੀ ਲੋਕ ਆਤਮ ਹੱਤਿਆ ਕਰਦੇ ਨੇ ਇਹਦੇ ਕੀ ਕਾਰਨ ਕੀ ਹੋ ਸਕਦਾ ਹੈ ਬਿਲਕੁਲ ਭਾਵੇਂ ਇਹਨਾਂ ਦੇ ਕਾਰਨ ਘਰਾਂ ਦੇ ਮਸਲੇ ਨੇ ਕੋਈ ਜ਼ਮੀਨੀ ਮਸਲਾ ਹੈ ਕੋਈ ਕੋਈ ਮਸਲਾ ਹੈ ਕੋਈ ਕਿਵੇਂ ਦਾ ਮਸਲਾ ਹੈ ਕੋਈ ਪੜ੍ਹਾਈ ਤੋਂ ਕੋਈ ਕਹਿੰਦਾ ਮੈਂ ਬਾਹਰ ਜਾਣਾ ਮੈਨੂੰ ਪੈਸੇ ਦੇ ਨਹੀਂ ਤੇ ਮੈਂ ਚੱਲੇ ਆਂ ਕੋਈ ਗੋਸ਼ੇ ਕਈ ਕਰਾਂ ਦੀਆਂ ਅਸੀਂਆਂ ਗੱਲਾਂ ਨੇ ਲੇਕਿਨ ਮੈਨੂੰ ਲੱਗਦਾ ਕਿ ਉਹ ਗੱਲਾਂ ਨੂੰ ਰੁਕਣਾ ਚਾਹੀਦਾ ਹੈ ਬੰਦੇ ਨੂੰ ਬਰਦਾਸ਼ਤ ਕਰਨਾ ਚਾਹੀਦਾ ਆਪਣੀ ਉਹ 2-4 ਮਿੰਟ ਦਾ ਗੁੱਸਾ ਕਿਤੇ ਟਾਲ ਲੈਣਾ ਚਾਹੀਦਾ ਇਹ ਚੀਜ਼ਾਂ ਮੈਂ ਮੈਂ ਪਹਿਲਾਂ ਵੀ ਦੱਸੂਕਿਆਂ ਵੀ ਘਟੋ ਘਟ ਵੀ 8-10 ਮੈਂਬਰ ਹਾਂਜੀ ਐਸੇ ਮੈਨੂੰ ਫੋਨ ਕਰਕੇ ਆਏ ਨੇ ਮੇਰੇ ਕੋਲ ਮਿਲ ਆਏ ਨੇ ਜਿਹੜੇ ਕਹਿੰਦੇ ਭਾਜੀ ਮੈਂ ਇੱਕ ਕੁੜੀ ਆ ਪੰਜਾਬ ਦੀ ਇੱਕ ਭੇਵਾ ਦਾ ਸ਼ਖਸ ਸੀ ਉਹ 2-3 ਦਿਨਾਂ ਬਾਅਦ ਮੇਰੇ ਘਰ ਆਇਆ ਚੌਲਾਂ ਦਾ ਕੱਟਾ ਲੈ ਕੇ ਆ ਤੇ ਮੈਂ ਕਿਹਾ ਕੀ ਹੋਇਆ ਕੰਨਾ ਸਰਦਾਰ ਜੀ ਚੱਪਲਾਂ ਵੀ ਤਾਰ ਲਈ ਸੀ ਅੱਛਾ ਕੱਪੜੇ ਵੀ ਤਾਰ ਲਏ ਥੇ ਲੇਕਿਨ ਮੈਂ ਸਿਰਫ ਨੈਟ ਤੇ ਤੁਹਾਡਾ ਵੀਡੀਓ ਵੇਖਿਆ ਵੀ ਤੁਹਾਡੇ ਮਰਨ ਤੋਂ ਬਾਅਦ ਤੁਹਾਡੇ ਪਰਿਵਾਰ ਰੋਲਦੇ ਨੇ ੱੱਕੇ ਖਾਂਦੇ ਨੇ ਲਾਸ਼ਾਂ ਕੁੱਤੇ ਖਾਂਦੀਆਂ ਆਂਦਾ ਪਰ ਮੈਂ ਫਿਰ ਉਹ ਗੁੱਸਾ ਮੈਂ ਦੋ ਦਿਨ ਧਰਮਸ਼ਾਲਾ ਚ ਚਲਾ ਗਿਆ ਤਿੰਨ ਚਾਰ ਦਿਨ ਬਾਅਦ ਗੁੱਸਾ ਠੰਡਾ ਹੋ ਗਿਆ ਤੇ ਮੈਂ ਆਪਣੇ ਘਰ ਚਲਾ ਗਿਆ ਅੱਛਾ ਕਿ ਕੋਈ ਬੰਦਾ ਗੰਦਾ ਸੋਚ ਰਿਆ ਸੀਗਾ ਉਹਨੇ ਵੀਡੀਓ ਦੇਖਿਆ ਤੇ ਟਲ ਗਿਆ ਜੀ ਜੀ આજ ਤੋਂ 10 ਸਾਲ ਪਹਿਲਾਂ ਮੈਂ ਇਰਤ ਚਲੀ ਗਈ ਸਾਂ ਪਰ ਮੈਂ ਤੁਹਾਡੇ ਬਾਰੇ ਸੁਣਿਆ ਵੇਖਿਆ ਤੁਸੀਂ ਲੋਕਾਂ ਨੂੰ ਹੱਥ ਜੋੜਦੇ ਹੋ ਵੀ ਬਚੋ ਬਚੋ ਤੇ ਅੱਜ ਮੈਂ ਆਪਣੇ ਘਰਾਂ ਆਪਣੇ ਪਰਿਵਾਰ ਚਾ ਮੈਂ ਜਿੰਦਾ ਵਾਂ ਤੇ ਇਹੋ ਜਿਹੜੀਆਂ ਚੰਗੀਆਂ ਚੀਜ਼ਾਂ ਲੋਕ ਮੰਨਦੇ ਵੀ ਨੇ بڑے ਐਸੇ ਲੋਕ ਨੇ ਜੋ ਸਮਝ ਵੀ ਜਾਂਦੇ ਨੇ ਫੋਨ ਵੀ ਕਰਦੇ ਨੇ ਸੋ ਇਹ ਕਈ ਚੀਜ਼ਾਂ ਨੇ ਜ਼ਿੰਦਗੀ ਦੇ ਵਿੱਚ ਮੇਰੇ ਸਾਹਮਣੇ ਇਹ ਵੱਡਾ ਕਦਮ ਚੁੱਕਣ ਤੋਂ ਪਹਿਲਾਂ ਜੇ ਇੱਕ ਵਾਰ ਆਪਣਾ ਦੁੱਖ ਕਿਸੇ ਨਾਲ ਆਪਾਂ ਸਾਂਝਾ ਕਰਦੀ ਹੈ ਨਾ ਤੇ ਸ਼ਾਇਦ ਕੋਈ ਨਾ ਕੋਈ ਹੱਲ ਨਿਕਲ ਸਕਦਾ। ਵੀ ਅਗਰ ਆਪਣੀ ਜ਼ਿੰਦਗੀ ਬਚੀ ਹੋਏਗੀ ਨਾ ਤੇ ਆਪਾਂ ਜਿੰਨਾ ਵੀ ਵੱਡਾ ਮੁਸੀਬਤ ਚ ਫਸਿਆ ਕੁਝ ਵੀ ਆਉਂਦਾ ਕੋਈ ਨਾ ਕੋਈ ਹੱਲ ਆਪਾਂ ਕੱਢ ਲਾਂਗੇ। ਪਰ ਜੇ ਜ਼ਿੰਦਗੀ ਨਾ ਰਹੀ ਤਾਂ ਫਿਰ ਉਹ ਹੱਲ ਤਾਂ ਹੋਣਾ ਨਹੀਂ ਹੈ। ਬਲਕਿ ਜਿਹੜੇ ਪਿੱਛੇ ਆਪਣੇ ਰਹਿ ਗਏ ਨੇ ਨਾ ਉਹ ਸਾਰੀ ਜ਼ਿੰਦਗੀ ਤਿਲ ਤਿਲ ਮਰਨਗੇ। ਜੀ ਬਾਜੀ ਬਿਲਕੁਲ। ਇਹ ਇੱਕ ਜ਼ਿੰਦਗੀ ਦੀ ਸੱਚਾਈ ਹੈ। ਮੇਰੇ ਸਾਹਮਣੇ ਤਾਂ ਇਨਸਾਨ ਨੂੰ ਇੱਕ ਵਾਰ ਜ਼ਰੂਰ ਸੋਚਣਾ ਚਾਹੀਦਾ ਹੈ। ਕਿ ਭਾਜੀ ਕਦੇ ਪਾਣੀ ਵਿੱਚ ਜਾਣ ਤੋਂ ਪਹਿਲਾਂ ਜਿਵੇਂ ਜ਼ਰੂਰੀ ਨਹੀਂ ਕਿ ਹਰ ਥਾਂ ਤੇ ਸਾਫ਼ ਪਾਣੀ ਹੋਵੇ ਕਿਸੇ ਗੰਦੇ ਨਾਲੇ ਦਾ ਪਾਣੀ ਵੀ ਹੁੰਦਾ ਹੈ ਕਈ ਵਾਰ ਛੱਪੜ ਕੁਝ ਵੀ ਹੁੰਦਾ ਹੈ ਕਦੀ ਔਰ ਲਾਸ਼ ਜਦੋਂ ਉਹਦੇ ਵਿੱਚ ਜਾਂਦੀ ਹੈ ਨਾ ਤਾਂ ਭਾਜੀ ਤੁਹਾਨੂੰ ਪਤਾ ਹੈ ਕਿ ਹੋਰ ਬਿਮਾਰੀਆਂ ਬੈਕਟੀਰੀਆ ਬੜੇ ਕਿਟਾਣੂ ਹੁੰਦੇ ਜਿਹੜੇ ਕਿ ਪਾਣੀ ਨੂੰ ਜ਼ਹਿਰੀਲਾ ਕਰਦੇ ਆ ਤੁਸੀਂ ਫਿਰ ਉਹ ਪਾਣੀ ਦੇ ਵਿੱਚ ਕਿਵੇਂ ਜਾਣਿਓ ਬਿਲਕੁਲ ਭਾਜੀ ਵਰਦੀ ਏ ਜਿਵੇਂ ਦਾਨ ਚ ਸੇਵਾ ਚ ਲੋਕਾਂ ਦਿੱਤੀ ਹੋਈਆਂ ਡਰੈਸੇ ਪੂਰੀ ਵਦਸਤਾਨੇ ਟੋਪੀ ਸਾਰਾ ਕੁਝ ਲੋਕ ਇਹ ਪਾਣੀ ਦਾ ਵੇਖੋ ਗੰਦਾ ਛੱਪਣਾ ਦਾ ਪਿੰਡ ਦਾ ਖਾਸ ਕਰਕੇ ਮਿਲਦਾ ਹੀ ਏ ਜੀ ਪਰ ਉਹ ਇਹ ਵੀ ਜੋ ਨਹਿਰ ਕਿਨਾਰੇ 100 200 ਬੰਦਾ ਬੈਠਾ ਹੋਵੇ ਤਰਲੇ ਕਰਦਾ ਹੋਵੇ ਦਾ ਫਿਰ ਉਹ ਆਪਣੇ ਦਰਦ ਨੂੰ ਉਹ ਚੀਜ਼ ਨੂੰ ਹੁਣ ਕਰੋਨਾ ਕਾਲ ਦੇ ਵਿੱਚ ਕਰੋਨਾ ਕਾਲ ਇੱਕ ਐਸਾ ਕਾਲ ਸੀ ਲੋਕ ਜਿੰਦੇ ਬੰਦੇ ਨੂੰ ਹੱਥ ਨਹੀਂ ਸੀ ਲਾਂਦੇ ਜੀ ਬਿਲਕੁਲ ਜਿੰਦੇ ਨੂੰ ਬਿਲਕੁਲ ਤੇ ਮੈਂ ਉਸ ਦੌਰ ਚ ਮਰੀਆਂ ਵੀ ਕੱਢੀਆਂ ਤੁਸੀਂ ਸੋਚਿਆ ਨਹੀਂ ਸੀਗਾ ਕੀ ਹੋ ਸਕਦਾ ਇਹਨੂੰ ਕਰੋਨਾ ਹੋਇਆ ਬਿਲਕੁਲ ਬਸ ਇਹ ਤਾਂ ਕਦੀ ਸੋਚਿਆ ਨਹੀਂ ਬਸ ਪੂਰੀ ਵੀ ਭਲਾਇ ਕਰਨਾ ਹੈ ਸੇਵਾ ਕਰਨੀ ਦਾ ਅਜਿਹਾ ਕਰ ਇੰਨੇ ਸਾਲ ਹੋ ਗਏ ਨੇ ਪਰਮਾਤਮਾ ਦੀ ਰੈਨਾ ਨਾ ਕਦੀ ਮਨ ਕੱਚਾ ਹੋਇਆ ਨਾ ਕਦੀ ਕੋਈ ਰੋਗ ਬਿਮਾਰੀ ਲੱਗੀ ਨਾ ਕਦੀ ਐਸਾ ਕੁ ਮਨ ਦੇ ਵਿੱਚ ਖੋਫ ਆਇਆ ਸਿਰਫ ਸੇਵਾ ਕੀਤੀ ਉਹ ਆਪਣੇ ਘਰ ਆਪ ਆਪਣੇ ਘਰ ਕਦੀ ਐਵੇਂ ਵੀ ਹੋਇਆ ਕਿ ਕਿਸੇ ਦੀ ਮਤਲਬ ਕੋਈ ਡਿੱਗ ਪਿਆ ਹੋਵੇ ਤੇ ਸਮਾਂ ਹੋ ਗਿਆ ਕਈ ਚਿਰ ਸਮਾਂ ਹੋ ਗਿਆ ਲੱਭ ਰਹੇ ਨੇ ਪਰ ਲੱਭੇ ਨਹੀਂ ਲਾਸਟ ਤੇ ਤੁਹਾਨੂੰ ਕੁਝ ਕਹਿੰਦੇ ਹੋਣ ਕਿ ਕੁਝ ਤਾਂ ਸਾਨੂੰ ਉਹ ਬਿਲਕੁਲ ਭਾਜੀ ਮੈਂ ਦੱਸ ਚੁੱਕਿਆ ਵੀ ਬੜੀਆਂ ਲਾਸ਼ਾਂ ਆਈਆਂ ਨੇ ਜਿਹੜੀਆਂ ਇਸ ਟਾਈਮ ਵੀ ਮੇਰੇ ਕੋਲ ਤਿੰਨ ਲਾਸ਼ਾਂ ਪਈਆਂ ਮੇਰੇ ਏਰੀਆ 'ਚ ਮੇਰੇ ਪੁੱਲ ਦੇ ਕੋਲ ਜਿਹੜੀਆਂ ਨਾ ਉਹਨਾਂ ਦੀ ਧੌਣ ਹੈ ਐਨੀ-ਐਨੀਆ ਬਾਹਾਂ ਨਹੀਂ ਹੈਗੀਆਂ ਸਿਰਫ ਧੜ ਪਏ ਨੇ ਉਹ ਇਨਸਾਨੀ ਧੜ ਨੇ ਤੇ ਉਹ ਵੀ ਕਿਸੇ ਨਾ ਕਿਸੇ ਮਾਂ ਦੇ ਪੁੱਤਰ ਨੇ ਪੈਣਾ ਤੇ ਭਰਾ ਨੇ ਬਸ ਉਹ ਪੰਜ ਚਾਰ ਦਿਨ ਹੋਰ ਪਏ ਰਹਿਣਗੇ ਉਹ ਪਏ ਪਏ ਉੱਥੇ ਖਤਮ ਹੋ ਜਾਣਗੇ ساری ਉਮਰ ਉਹ ਕਾਸ ਤੋਂ ਬਿਨਾ ਇੱਕ ਆਖਰੀ ਉਮੀਦ ਤੋਂ ਬਿਨਾ ਉਹਦਾ ਤੇ ਪਰਿਵਾਰ ਦੇ ਕੋਲ ਕੁਝ ਬੜੇ ਨੇ ਵੇਖ ਕੇ ਛੱਡ ਜਾਂਦੇ ਨੇ ਬੜੇ ਨੇ ਜਿਹੜੇ ਅੱਜ ਵੀ 5-6 ਲੋਕ ਨੇ 6-6 ਸਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਲੁਧਿਆਣੇ ਆਟੋ ਵਾਲੀ ਕੁੜੀ ਅੱਜ ਵੀ ਵਿਚਾਰੇ ਜੁੜੇ ਹੋਏ ਨੇ ਵੀ ਕੋਈ ਕੱਛਾ ਕਪੜਾ ਵੀ ਕੋਟੋਕਾਟ ਆਖਰੀ ਵਾਰ ਨਿਸ਼ਾਨੀ ਮਿਲ ਜੇ ਵੀ ਸਾਡਾ ਬੱਚਾ ਇਸ ਦੁਨੀਆ ਤੋਂ ਚਲਾ ਗਿਆ ਤੇ ਅਸੀਂ ਆਪਣੇ ਹੱਥੀਂ ਉਹਨੂੰ ਸੰਸਕਾਰ ਵਗੈਰਾ ਕਰ ਪਾਈ। ਸੋਚੋ ਉਹ ਘਰ ਵਾਲੇ ਮਤਲਬ 5 ਸਾਲ ਹੋ ਗਏ ਨੇ ਉਹਨਾਂ ਨੇ লাশ ਦਾ ਤਾਂ ਛੱਡ ਹੀ ਦਿੱਤੀ ਉਮੀਦ ਉਹ ਇਹ ਕਹਿ ਰਹੇ ਨੇ ਕਿ ਸਾਨੂੰ ਕੋਈ ਕੱਛਾ ਕੋਈ ਬਨਾਣ ਜੁਰਾਬ ਤਾਂ ਕੁਝ ਵੀ ਮਿਲ ਜੇ ਤਾਂ ਕਿ ਸਾਡੇ ਮਨ ਨੂੰ ਇੱਕ ਸੰਤੁਸ਼ਟੀ ਹੋ ਜਾਏ ਤਾਂ ਮੇਰੀ ਨਾ ਹੱਥ ਜੋੜ ਕੇ ਉਹਨਾਂ ਲੋਕਾਂ ਅੱਗੇ ਬੇਨਤੀ ਹੈ ਜਿਹੜੇ ਕਿ ਇੱਕ ਮਤਲਬ ਸਹਿਨਸ਼ੀਲਤਾ ਨਹੀਂ ਹੈ ਮਤਲਬ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਵੀ ਥੋੜਾ ਜਿਹਾ ਵੀ ਡਿਪਰੈਸ਼ਨ ਐਂਜਾਇਟੀ ਕੁਝ ਵੀ ਹੁੰਦਾ ਹੈ ਨਾ ਤਾਂ ਉਹਨਾਂ ਦੇ ਮਨ ਦੇ ਵਿੱਚ ਇੱਕ ਹੀ ਖਿਆਲ ਆਉਂਦਾ ਕਿ ਸ਼ਾਇਦ ਜੇ ਅਸੀਂ ਮਰ ਜਾਵਾਂਗੇ ਨਾ ਚੀਜ਼ਾਂ ਸਹੀ ਹੋ ਜਾਣੀਆਂ ਪਰ ਨਹੀਂ ਤੋ ਡੇ ਲਈਏ ਸਹੀ ਹੋ ਜਾਣੀ ਆ ਤੁਸੀਂ ਮਾਰ ਕੇ ਚਲੇ ਜਾਓਗੇ ਪਰ ਜਿਹੜਾ ਤੁਸੀਂ ਪਿੱਛੇ ਆਪ ਦੇ ਪਰਿਵਾਰ ਛੱਡ ਕੇ ਜਾ ਰਹੇ ਹੋ ਨਾ ਉਹ ساری ਜ਼ਿੰਦਗੀ ਨਾ ਮਰਿਆਂ ਚੋਂ ਨਾ ਜਿਉਂਦਿਆਂ ਚੋਂ ਉਹਨਾਂ ਨਾਲ ਕੀ ਹੋਵੇਗਾ ਇੱਕ ਵਾਰੀ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਇੱਕ ਵਾਰੀ ਇਹੋ ਜਿਹਾ ਕਦਮ ਚੁੱਕਣ ਤੋਂ ਪਹਿਲਾਂ ਆਪਣੇ ਰਿਸ਼ਤੇਦਾਰ ਆਪਣੇ ਦੋਸਤ ਮਿੱਤਰ ਨਾਲ ਇੱਕ ਵਾਰੀ ਜ਼ਰੂਰ ਡਿਸਕਸ ਕਰ ਲਓ ਕਿ ਮੈਂ ਆ ਮੁਸੀਬਤ ਚਾ ਪ੍ਰੋਬਲਮ ਚਾ ਆਪਾਂ ਕੋਈ ਹੱਲ ਕਰੀਏ ਇਹਦਾ ਪੱਕਾ ਕੋਈ ਨਾ ਕੋਈ ਹੱਲ ਮਿਲ ਜਾਂਦਾ ਤੇ ਇੱਕ ਵਾਰ ਮਾਪਿਓ ਬਾਰੇ ਜ਼ਰੂਰ ਸੋਚੋ ਭਾਈ ਕੋਈ ਹੋਰ ਤੁਹਾਡੇ ਮਨ 'ਚ ਕੋਈ ਸਵਾਲ ਜਵਾਬ ਹੋਵੇ ਜੋ ਤੁਸੀਂ ਸ਼ੇਅਰ ਕਰਨਾ ਚਾਹੋ ਕਿ ਕੁਝ ਰਹਿ ਗਿਆ ਹੋਵੇ ਕਿ ਮੈਂ ਸਾਂਝਾ ਕਰਨਾ ਹੈ। ਬਸ ਜੀ ਮੇਰੀ ਫਰਸਟ ਤੇ ਅਪੀਲ ਹੀ ਰਹੇਗੀ ਨੌਜਵਾਨ ਬੱਚਿਆਂ ਨੂੰ ਬਜ਼ੁਰਗਾਂ ਨੂੰ ਕਿ ਆਪਣੀ ਜ਼ਿੰਦਗੀ ਆਪਣੇ ਪਰਿਵਾਰਾਂ 'ਚ ਰਹੋ ਜਿੰਦਾ ਰਹੋ ਹੱਸਦੇ ਖੇਡਦੇ ਰਹੋ ਆਪਣੇ ਆਪ ਨੂੰ ਸੰਭਾਲੋ ਆਪਣੇ ਜੀਆ ਜੰਤ ਨੂੰ ਸੰਭਾਲੋ। ਔਰ ਦੂਜੀ ਅਪੀਲ ਮੇਰੀ ਇਹ ਹੀ ਰਹੇਗੀ ਕਿ ਤੁਸੀਂ ਸਾਰਾ ਪੋਡਕਾਸਟ ਵੇਖਿਆ ਜੀ ਅਗਰ ਤੁਹਾਨੂੰ ਸਹੀ ਲੱਗਦਾ ਹੈ ਕੀ ਪਰਗਟ ਸਹੀ ਇਨਸਾਨੀਅਤ ਦੀ ਸੇਵਾ ਨਿਭਾ ਰਿਹਾ ਤਾਂ ਮੇਰੇ ਲਈ ਮੇਰੇ ਪਰਿਵਾਰ ਲਈ ਤੁਸੀਂ ਜੋ ਵੀ ਤਿਲ ਫੁੱਲ ਸੇਵਾ ਕਰ ਸਕਦੇ ਹੋ ਮੈਂ ਦੁਬਾਰਾ ਫਿਰ ਨੰਬਰ ਦੇ ਦੇਣਾ 97293 34999 97293 74999 ਤੁਸੀਂ ਮਦਦ ਕਰੋ ਤਾਂ ਕਿ ਮੈਂ ਮੇਰੀ ਕੋਈ ਇਨੀ ਅਸਰਤ ਨਹੀਂ ਕਿ ਮੈਂ ਆ ਦਿੱਲੀ ਵਰਗੇ ਸ਼ਹਿਰ ਚ ਫਲੈਟ ਲਵਾ ਬੰਗਲੇ ਲਵਾ ਪੈੜੀ ਲਵਾ ਸਿਰਫ ਮੇਰੀ ਇਨੀ ਕੋ ਹਸਰਤ ਹੈ ਕਿ ਮੇਰਾ ਪਰਿਵਾਰ ਚੱਲਦਾ ਰਹੇ ਮੇਰੀਆਂ ਬੇਟੀਆਂ ਸਹੀ ਪੜ੍ਹ ਲਿਖ ਜਾਣ ਤੇ ਮੈਂ ਇਹ ਸੇਵਾ ਨਿਭਾ ਕੇ ਹਰ ਮਾਂ ਦੀ ਝੋਲੀ 'ਚ ਹਰ ਭੈਣ ਦੀ ਝੋਲੀ 'ਚ ਹਰ ਪਿਓ ਦੀ ਝੋਲੀ 'ਚ ਆਖਰੀ ਵਾਰ ਜੋ ਕੁਦਰਤੀ ਹਾਦਸੇ ਦੇ ਨਾਲ ਉਹਨਾਂ ਦਾ ਬੰਦਾ ਪਿਓ ਉਪਰਾ ਦੁਨੀਆ ਤੋਂ ਚਲਾ ਗਿਆ ਮੈਂ ਉਹ ਸੇਵਾ ਨਿਭਾਣਾਂ ਮੈਂ ਵੀ ਪਰਮਾਤਮਾ ਕੇ ਹੱਥ ਜੋੜਾਂਗਾ ਕਿ ਜੋ ਵੀ ਤੁਹਾਡੀਆਂ ਮੰਨ ਦੀਆਂ ਇੱਛਾਵਾਂ ਹੈਗੀਆਂ ਵੈਗਰੂ ਪੂਰਾ ਕਰਨ ਤੇ ਵੈਗਰੂ ਨੇ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਆ 24 ਸਾਲ ਦੀ ਪ੍ਰੀਖਿਆ ਲਈ ਤੇ ਪ੍ਰੀਖਿਆ ਤੋਂ ਬਾਅਦ ਪਰਮਾਤਮਾ ਨੇ ਤੁਹਾਨੂੰ ਥਾਪੜਾ ਦੇ ਦਿੱਤਾ ਹੈ ਕਿ ਪ੍ਰਗਟ ਸਿਆ ਹੁਣ ਇਹੀ ਤੇਰੀ ਲਾਈਨ ਹੁਣ ਅੱਗੇ ਵੱਧ ਫਲ ਦੇਣਾ ਮੇਰੇ ਹੱਥ ਚ ਹੈ ਤੇ ਪਰਮਾਤਮਾ ਤੁਹਾਨੂੰ ਜ਼ਰੂਰ ਉੱਚੇ ਮਕਾਮਾਂ ਤੱਕ ਲੈ ਕੇ ਜਾਣਗੇ ਤੇ ਬਾਕੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਪੋਡਕਾਸਟ ਦੇ ਵਿੱਚ ਆਏ ਤੇ ਦੇਣੇ ਵੀ ਲੋਕ ਵੇਖ ਰਿਆ ਨਾ ਉਮੀਦ ਕਰਦਾ ਕਿ ਉਹਨਾਂ ਨੂੰ ਇੱਕ ਨਵੀਂ ਸਿੱਖ ਮਿਲੇਗੀ ਜੀ ਬਹੁਤ ਬਹੁਤ ਸ਼ੁਕਰੀਆ ਭਾਈ ਤੁਹਾਡਾ ਥੈਂਕ ਯੂ ਸੋ ਮਚ ਧੰਨਵਾਦ ਪੀਟੀਸੀ ਧੰਨਵਾਦ ਭਾਈ ਤਾਂ ਇਹ ਸੀਗਾ ਜੀ ਆਪਣਾ ਅੱਜ ਦਾ ਪੋਡਕਾਸਟ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਜ਼ਿੰਦਗੀ ਦੇ ਵਿੱਚ ਅੱਗੇ ਕਿਵੇਂ ਕਰਨਾ ਹੈ ਤੇ ਸ਼ਾਇਦ ਉਮੀਦ ਕਰਦਾ ਕਿ ਤੁਹਾਨੂੰ ਵੀ ਜ਼ਿੰਦਗੀ ਦੇ ਵਿੱਚ ਕਿਵੇਂ ਚੱਲਣਾ ਤੁਸੀਂ ਬਹੁਤ ਕੁਝ ਸਿੱਖਿਆ ਹੋਏਗਾ ਪੋਡਕਾਸਟ ਦੇ ਵਿੱਚੋਂ ਕਿਵੇਂ ਇੱਕ ਇੱਕ ਮਿੰਟ ਸਾਡੀ ਜਾਨ ਨੂੰ ਬਚਾ ਵੀ ਸਕਦਾ ਤੇ ਕਿਵੇਂ ਇੱਕ ਮਿੰਟ ਸਾਡੀ ਜਾਨ ਲੈ ਵੀ ਸਕਦਾ ਹੈ ਬਲਕਿ ਸਾਡੀ ਨਹੀਂ ਸਾਡੇ ਪਰਿਵਾਰ ਨੂੰ ਵੀ ਖਤਮ ਕਰ ਸਕਦਾ ਤੇ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਪੋਡਕਾਸਟ ਅਸੀਂ ਲੈ ਕੇ ਆਉਂਦੇ ਰਾਵਾਂਗੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਪੋਡਕਾਸਟ ਪਸੰਦ ਆਇਆ ਹੋਵੇਗਾ ਮਿਲਦੇ ਹਾਂ ਇੱਕ ਹੋਰ ਨਵੇਂ ਪੋਡਕਾਸਟ ਦੇ ਵਿੱਚ ਤਦ ਤੱਕ ਦੇ ਲਈ ਸਸ਼ੇਗਾਰ